ਜਪ ਮਨ ਸਤਨਾਮ ਸਦਾ ਸਤਨਾਮ, 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 ਜਪ ਮਨ ਸਤਨਾਮ। ਪਲਤ ਮੁਖ ਹੈ
ਪਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਇਐ ਹਰ ਪੁਰਖ ਨਿਰੰਜਨਾ ਨਿਤ ਧਿਆਇਐ ਹਰ ਪੁਰਖ ਨਿਰੰਜਨਾ ਸਤਨਾਮ ਸਦਾ ਸਤਨਾਮ ਸਤਨਾਮ ਜਪ ਮਨ ਸਤਨਾਮ ਜਪ ਮਨ ਸਤਨਾਮ ਸਦਾ ਸਤਨਾਮ ਸਤਨਾਮ ਜਪ ਮਨ ਸਤਨਾਮ ਸਦਾ ਸਤਨਾਮ ਇੱਛਾ ਪੁਰਖ ਸਰਬ ਸੁਖ ਦਾਤਾ ਹਰ ਇੱਛਾ ਪਲਤ ਮੁਖ ਉਜਲ ਹੋਈ ਹੈ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਇਐ ਹਰ ਪੁਰਖ ਨਿਰੰਜਨਾ ਨਿਤ ਧਿਆਇਐ ਹਰ ਪੁਰਖ ਨਿਰੰਜਨਾ ਸਤਨਾਮ ਸਦਾ ਸਤਨਾਮ ਜਪ ਮਨ ਸਤਨਾਮ ਸਦਾ ਸਤਨਾਮ ਜਪ ਮਨ
ਸਤਨਾਮ ਕਰ ਡਿੰਡੋਤ ਪੁੰਨ ਵੱਡਾ ਹੈ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡਿੰਡੋਤ ਪੁੰਨ ਵੱਡਾ ਹੈ, ਕਰ ਡਿੰਡੋਤ ਪੁੰਨ ਵੱਡਾ ਹੈ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਸਾਧੂ ਅੰਜਲੀ ਪੁੰਨ ਵੱਡਾ ਕਾਮ ਕ੍ਰੋਧ ਨਗਰ ਬਵਰਿਆ।
ਪੁੰਨ ਵੱਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡੋਤ ਪੁੰਨ ਵੱਡਾ ਹੈ ਕਰ ਡੰਡੋਤ ਪੁੰਨ ਵੱਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡੋਤ ਪੁੰਨ ਵੱਡਾ ਹੈ ਕਰ ਡੰਡੋਤ
ਹਰ ਰਾਖ ਰਾਖ ਵੱਡ ਵੱਡਾ ਹੈ ਹਰ ਰਾਖ
ਤਿੰਨ ਧੰਨ ਜਣੇ ਦੀਮਾ ਆਏ ਸਫਲ ਸੇ ਤਿੰਨ ਧੰਨ ਜਣੇ ਦੀਮਾ ਸਫਲ ਸੇ ਤਿੰਨ ਧੰਨ ਤਨੇ ਦੀਮਾ ਆਏ ਸਫਲ ਸੇ ਆਏ ਸਫਲ ਸੇ ਆਪ ਲਈ ਲੜ ਲਾਏ ਦਰਵੇਸ
Yeah.
से बिन तन जने दीवाओ आए सब से बिन तन जने दीवाओ आए सब से आप लिए लड़ला अपार अगम बेअंत
ਦਰਵੇਸ਼ ਸੇ ਤਿਨ ਤਨ ਧਨ ਦੀਵਾਉ
ਤਿਨ ਤਨ ਜਣੇ ਦੀਵਾ ਐਸੋ ਰਾਜ ਛੋੜ ਔਰ ਦੂਜਾ ਕੌਣ ਤਿਆਈ ਹੈ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋੜ ਔਰ ਕੌਣ ਚਾਹੀਏ ਸੁਰਾਜ ਛੋੜ ਔਰ ਦੂਜਾ ਕੌਣ ਚਾਹੀਏ ਰਾਜਨ ਕੇ ਰਾਜਾ ਰਾਜਨ ਕੇ ਮਹਾਰਾਜਾ ਰਾਜਨ ਕੇ ਰਾਜਾ ਛੋੜਿਓ ਦੂਜਾ
ਸੁਨਾਤ ਵਿਸੰਬਰ ਵੇਦਨਾਥ ਬਲ ਕਰ ਮਾ
ਛੋੜ ਔਰ ਦੂਜਾ ਕੌਣ ਧਿਆਈਐ ਸੁਰਤ ਛੋੜ ਔਰ ਦੂਜਾ ਕੌਣ ਧਿਆਈਐ ਜਨਾ ਮਿਲ ਹਰ ਜਸ ਗਾਇ ਕੋਟ ਜਨਮ ਕੇ ਦੁੱਖ ਗਵਾਇ ਚਾਹਤ ਸੋਈ ਮਨ ਪਾਇਓ ਹਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੁਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਨ ਪਾਇਓ ਸੋ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤ ਦਿਵਸ ਰਾਤ ਤੇ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚ ਧਰਮ ਦੂਰ ਕਰਮੀ ਆਪੋ ਆਪਣੀ ਨਾਮ ਤੇ ਆਇਆ ਪੈਮ ਸਖਤ ਕਾਲ ਨਾਨਕ ਤੇ ਮੁਕੇ ਉਚਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਪਿਆਰੀ ਗੁਰੂ ਦੇ ਦਰਸ਼ਨ ਦਾਰ ਕਰ ਰਹੀ ਗੁਰੂ ਸਤਿਕਾਰੀ ਗੁਰੂ ਰੂਪ ਸਤਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਦੇ ਉਹ ਕਾਲੇ ਪੰਨੇ ਜੂਨ 84 ਦੇ ਵੇਲੇ ਦੀ ਹਕੂਮਤ ਦੀਆਂ ਕਰਤੂਤਾਂ ਅਤੇ ਉਹਦੀਆਂ ਬੜੀਆਂ ਹੀ ਅਟਕਲ ਪੱਚੂ ਪਰ ਭਰਪੂਰ ਸਿੱਖ ਧਰਮ 'ਤੇ ਹਮਲੇ ਅਤੇ ਧੰਨ ਧੰਨ ਦਮਦਮੀ ਟਕਸਾਲ ਦੇ ਚੌਦਵੇਂ ਮਹਾਂਪੁਰਖ ਮੱਦੇ ਮੁਜਾਇਦ ਜਿਨ੍ਹਾਂ ਨੇ ਕੁਰਬਾਨੀ ਕਰਕੇ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਖਾਲਸਾ ਜੀ ਜਿਨ੍ਹਾਂ ਨੇ ਕੁਰਬਾਨੀ ਕਰਕੇ ਸੰਗਤਾਂ ਦੀਆਂ ਸ਼ਹੀਦੀਆਂ ਉੱਥੇ ਹੋਈਆਂ ਸਿੰਘਾਂ ਦੀਆਂ ਸ਼ਹੀਦਾਂ ਹੋਈਆਂ ਸਿੱਖ ਧਰਮ ਦੇ ਟੈਨਰਸ ਕਾਇਮ ਰੱਖਦਿਆਂ ਜੀਵਨ ਆਹੂਤੀਆਂ ਦਿੱਤੀਆਂ ਅੱਜ ਫਿਰ ਜੂਨ ਦਾ ਮਹੀਨਾ ਜਾ ਰਿਹਾ ਚੜ੍ਹਨ ਵਾਲਾ ਹੈ ਜਾ ਰਿਹਾ ਮਈ ਦਾ ਮਹੀਨਾ 35 ਸਾਲ ਬਾਅਦ ਫਿਰ ਦਿਲ ਸਿੱਖ ਜਾਤੀ ਦੇ ਸਿੱਖ ਕੌਮ ਦੇ ਗੁਰਮੁਖ ਪਿਆਰਿਆਂ ਦੇ ਦੁੱਖ ਨਾਲ ਭਰਪੂਰ ਨੇ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਦਮਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਤਿੰਨਾਂ ਨੇ ਹਰ ਸਾਲ ਦੀ ਤਰ੍ਹਾਂ ਸੰਨ 13 ਤੋਂ ਲੈ ਕੇ 7ਵਾਂ ਸਾਲ ਹੈ ਜ਼ਿਲ੍ਹਾ ਗੁਰਦਾਸਪੁਰ ਜ਼ਿਲ੍ਹਾ ਅੰਮ੍ਰਿਤਸਰ ਦੇ ਜ਼ਿਲ੍ਹਿਆਂ ਦੇ ਪਿੰਡਾਂ 'ਚ ਸਮਾਗਮ ਰੱਖ ਕੇ ਉਸ ਯਾਦ ਨੂੰ ਫਿਰ ਸਮਰਪਿਤ ਅਤੇ ਸਮਾਗਮ ਕਰਵਾਏ ਨੇ ਆਪ ਜੀ ਸਮਾਂ ਕੱਢ ਕੇ ਸੰਗਤ ਦੇ ਪਿਆਰ ਨੂੰ ਜਿਤਲਾਉਂਦੇ ਪੂਰਾ ਕਰਦੇ ਤੁਹਾਡੀਆਂ ਅਭਿਲਾਸ਼ਾਵਾਂ ਨੂੰ ਮੁੱਖ ਰੱਖ ਕੇ ਇੱਥੇ ਪਹੁੰਚੇ ਨੇ ਉਹਨਾਂ ਦਾ ਇੱਥੇ ਪੁੱਜਣ 'ਤੇ ਬਹੁਤ ਬਹੁਤ ਸਤਿਕਾਰ ਹੈ ਬਹੁਤ ਬਹੁਤ ਅਭਿਨੰਦਨ ਹੈ ਕਿ ਉਹ ਸੰਗਤਾਂ ਨੂੰ ਸਿੱਖ ਇਤਿਹਾਸ ਗੁਰਮਤਿ ਇਤਿਹਾਸ ਸੁਣਾ ਕੇ ਕਰਤਾਰਥ ਵੀ ਕਰਨਗੇ ਅਤੇ ਸਾਨੂੰ ਜੂਨ 2019 ਜੋ ਫਿਰ ਆ ਰਿਹਾ
ਉਹਦੇ ਵਿੱਚ ਜੋ ਅਸੀਂ 6 ਜੂਨ ਨੂੰ 5 ਜਾਨ ਨੂੰ ਕਰਨਾ ਹੈ ਉਹਦੀ ਰੂਪ ਰੇਖਾ ਵੀ ਦੱਸਣਗੇ। ਮੈਂ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਾਂ ਕਿ ਉਹ ਗੁਰ ਧਿਆਸ ਨਾ ਕੇ ਸੰਗਤ ਨੂੰ ਕਰਤਾਰਥ ਕਰਨ, ਆਗਿਆ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ, ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੂ, ਗੁਰ ਹਿਰਦੈ ਧਿਆਵੂ, ਸ੍ਰੀ ਗੁਰੂ ਰਾਮਦਾਸ ਗੁਣ ਗਾਵੂ, ਸ੍ਰੀ ਅਰਜਨ ਬਿਗਨਨ ਕੇ ਨਾਸਕ, ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ, ਸ੍ਰੀ ਹਰ ਰਾਏ ਨਮੋ ਕਰ ਜੋਰੀ, ਨਮੋ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲ, ਪਰਮ ਕਿਰਪਾਲ, ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋ ਤਰਾ ਪੁਰ ਪੂਨ ਪੂਨ ਸੀਸਾ, ਪੂਨ ਪੂਨ ਸੀਸਾ, ਬੰਦੋ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਦਿਨ ਜੀਤੇ ਪੰਚ ਬਿਕਾਰ, ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ, ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਢੇਸੀ ਜੋਦ ਬਿਪਰ ਸੰਗ ਜਾਤੀ ਗੁਰ ਕੀ ਸ਼ਰਨ ਜਾਨ ਸੁਖ ਦਾਤੀ ਢੇਸੀ ਜੋਦ ਬਿਪਰ ਸੰਗ ਜਾਤੀ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੇ ਪਾਵਨ ਪ੍ਰਤੱਖ ਸਰੂਪ ਤਖ਼ਤ ਟਬਰ ਛਤਰ ਦੇ ਮਾਲਕ ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਕਰਕੇ 6 ਜੂਨ 1984 ਦੇ ਉਹ ਘੱਲੂਘਾਰੇ ਜਦੋਂ ਉਸ ਸਮੇਂ ਦੀ ਨਿਰਦਈ ਅਤੇ ਜ਼ਾਲਮ ਹਕੂਮਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉੱਤੇ ਬੜਾ ਭਿਆਨਕ ਹਮਲਾ ਕੀਤਾ। ਉਸ ਹਮਲੇ ਦੌਰਾਨ ਅਣਗਿਣਤ ਸਿੰਘਾਂ ਸਿੰਘਣੀਆਂ ਬਜ਼ੁਰਗਾਂ ਮਾਤਾਵਾਂ ਭਟੰਗੀਆਂ ਦੀਆਂ ਸ਼ਹਾਦਤਾਂ ਹੋਈਆਂ, ਮਹਾਂਪੁਰਖਾਂ ਦੀ ਸ਼ਹਾਦਤ ਹੋਈ। ਉਹਨਾਂ ਸਮੁੱਚੇ ਸ਼ਹੀਦਾਂ ਅਤੇ ਮਹਾਂਪੁਰਖਾਂ ਦੀ ਪਾਵਨ ਪਵਿੱਤਰ ਸ਼ਹੀਦੀ ਯਾਦ ਵਿੱਚ ਆਪ ਸੰਗਤਾਂ ਇਹਨਾਂ ਸ਼ਹੀਦੀ ਦੀਵਾਨਾਂ ਦੇ ਅੰਦਰ ਹਾਜ਼ਰੀਆਂ ਭਰ ਰਹੇ ਹੋ। ਆਪ ਜੀ ਨੇ ਜਥੇ ਦੇ ਸਿੰਘਾਂ ਤੋਂ ਗੁਰਬਾਣੀ ਦਾ ਬਹੁਤ ਹੀ ਰਸ ਭਿੰਨਾ ਕੀਰਤਨ ਸਰਵਣ ਕਰਕੇ ਆਨੰਦ ਮਾਣਿਆ ਹੈ। ਆਓ ਮਨ ਬਿਰਤੀ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਰਮ ਪਵਿੱਤਰ ਗੁਰ ਇਤਿਹਾਸ ਦੀ ਕਥਾ ਸੁਣੋ। ਬਹੁਤ ਹੀ ਰਸਦਾਇਕ ਕਥਾ ਹੈ, ਬੜੀ ਗਿਆਨ ਭਰਪੂਰ ਕਥਾ ਹੈ ਔਰ ਇਸ ਵਿੱਚ ਗੁਰੂ ਘਰ ਦੀ ਮਹਾਨਤਾ ਦਾ ਇੱਕ ਵੱਖਰਾ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਮਹਾਨਤਾ ਨੂੰ ਗੁਰਸਿੱਖਾਂ ਦੁਆਰਾ ਪ੍ਰਗਟ ਕਰਕੇ ਜਣਾਇਆ ਹੈ। ਆਓ ਸੰਗਤ ਜੀ, ਆਪ ਸੰਗਤਾਂ ਗੁਰ ਇਤਿਹਾਸ ਦੀ ਕਥਾ ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਢੇਸੀ ਜੋਤ ਬਿਪਰ ਸੰਗ ਜਾਤੀ। ਇੱਕ ਸਿੱਖ ਦਾ ਨਾਮ ਭਾਈ ਢੇਸੀ ਹੈ, ਦੂਸਰੇ ਦਾ ਨਾਮ ਭਾਈ ਜੋਦ ਹੈ। ਇਹ ਬ੍ਰਾਹਮਣ ਜਾਤੀ ਦੇ ਸਿੱਖ ਹਨ। ਬ੍ਰਾਹਮਣ ਜਾਤੀ ਵਿੱਚੋਂ ਇਹਨਾਂ ਨੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚੋਂ ਸਿੱਖੀ ਦੀ ਦਾਤ ਪ੍ਰਾਪਤ ਕਰਕੇ ਗੁਰੂ ਕੇ ਸਿੱਖ ਸਜੇ ਹਨ। ਗੁਰ ਕੀ ਸ਼ਰਨ ਜਾਨ ਸੁਖ ਦਾਤੀ। ਸੁਖਾਂ ਨੂੰ ਦੇਣ ਵਾਲੀ, ਗੁਰੂ ਦੀ ਸ਼ਰਨ ਨੂੰ ਸੁਖਾਂ ਦੀ ਦਾਤੀ ਸਮਝ ਕੇ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਆਏ ਹਨ। ਆਏ ਚੱਲ ਸ੍ਰੀ ਅਰਜਨ ਪਾਸ। ਚੱਲ ਕੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਦਰਸ਼ਨ ਕਰਨ ਵਾਸਤੇ ਪਹੁੰਚੇ ਹੈ। ਨਮੋ ਕੀ ਨਠਾਨੀ ਅਰਦਾਸ। ਨਮਸਕਾਰ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਇਹਨਾਂ ਸਿੱਖਾਂ ਨੇ
ਬੜੀ ਨਿਮਰਤਾ ਦੇ ਨਾਲ ਅਰਦਾਸ ਕੀਤੀ, ਬੇਨਤੀ ਕੀਤੀ ਹੈ। ਵਿਪੁਰ ਜੇ ਪੰਡਤ ਦੀਰਘ ਆਹੇ। ਹੇ ਮਹਾਰਾਜ, ਜਿਹੜੇ ਬ੍ਰਾਹਮਣ ਜਾਤੀ ਦੇ ਵੱਡੇ ਵੱਡੇ ਪੰਡਤ ਵਿਦਵਾਨ ਪੰਡਤ ਹੈ, ਪੰਡਿਤ ਤੇ ਵਿਪਰ ਦਾ ਭਾਵ ਹੈ, ਵਿਪਰ ਬ੍ਰਾਹਮਣ ਜਾਤੀ ਹੈ, ਪੰਡਿਤ ਵਿਦਵਾਨ ਬ੍ਰਾਹਮਣ ਨੂੰ ਪੰਡਿਤ ਕਿਹਾ ਜਾਂਦਾ ਹੈ, ਇਹ ਖਿਆਲ ਰੱਖਣਾ। ਇਸ ਕਰਕੇ ਜਿਹੜੇ ਬ੍ਰਾਹਮਣ ਜਾਤੀ ਦੇ ਬਹੁਤ ਵੱਡੇ ਵੱਡੇ ਵਿਦਵਾਨ ਜੋ ਪੰਡਿਤ ਹਨ, ਹਮ ਕੋ ਲੇਤ ਨਾ ਪੰਗਤ ਮਾਹੇ। ਮਹਾਰਾਜ, ਜਦੋਂ ਅਸੀਂ ਕਿਸੇ ਦੇ ਘਰੇ ਭੋਜਨ ਛਕਣ ਜਾਈਦਾ ਹੈ ਜਾਂ ਕਿਤੇ ਭੰਡਾਰੇ ਹੁੰਦੇ ਹੈ, ਉੱਥੇ ਬ੍ਰਾਹਮਣਾਂ ਦੀ ਵਿਸ਼ੇਸ਼ ਪੰਗਤ ਲਾਈ ਜਾਂਦੀ ਹੈ, ਔਰ ਉਸ ਪੰਗਤ ਵਿੱਚ ਬ੍ਰਾਹਮਣਾਂ ਨੂੰ ਬੜੇ ਸਤਿਕਾਰ ਸਨਮਾਨ ਨਾਲ ਬਿਠਾ ਕੇ ਉਹਨਾਂ ਦਾ ਪੂਜਨ ਕਰਕੇ ਫਿਰ ਉਹਨਾਂ ਨੂੰ ਭੋਜਨ ਛਕਾਉਂਦੇ ਹਨ। ਤੋ ਬ੍ਰਾਹਮਣ ਵੇਖ ਕੇ ਸਾਨੂੰ ਵੀ ਦੂਜੇ ਬ੍ਰਾਹਮਣਾਂ ਦੇ ਨਾਲ ਹੀ ਬੁਲਾਇਆ ਜਾਂਦਾ। ਜਦੋਂ ਪੰਗਤ ਸੱਜ ਜਾਂਦੀ ਹੈ ਨਾ, ਜਿਹੜੇ ਦੂਸਰੇ ਬ੍ਰਾਹਮਣ ਹੈ, ਵਿਦਵਾਨ ਵੀ ਬ੍ਰਾਹਮਣ ਹਨ, ਉੱਚ ਜਾਤੀ ਦੇ ਹਨ, ਅਸੀਂ ਬ੍ਰਾਹਮਣੀ ਪਰ ਸਿੱਖ ਹੋਣ ਕਰਕੇ ਸੱਚੇ ਪਾਤਸ਼ਾਹ ਸਾਡੇ ਤੋਂ ਨਫ਼ਰਤ ਕਰਦੇ ਹੈ, ਘਿਰਣਾ ਕਰਦੇ ਹੈ, ਸਾਨੂੰ ਆਪਣੇ ਬਰਾਬਰ ਆਪਣੇ ਨਾਲ ਪੰਗਤ ਵਿੱਚ ਨਹੀਂ ਬੈਠਣ ਦਿੰਦੇ, ਉਠਾ ਦਿੰਦੇ ਆ ਪੰਗਤ ਵਿੱਚੋਂ। ਬੈਠ ਸਭਨ ਮੈਂ ਹਮਹੋ ਸੁਣਾਇਓ। ਸਾਰਿਆਂ ਵਿੱਚ ਬੈਠ ਕੇ ਸਾਨੂੰ ਇਹ ਗੱਲ ਤਾਨੇ ਮਿਹਣੇ ਮਾਰ ਕੇ ਸੁਣਾਉਂਦੇ ਆ, ਬੋਲ ਬੋਲ ਕੇ ਸਾਡੇ ਸਨਮੁਖ ਕਹਿੰਦੇ ਹਨ, ਇਸ ਤਰ੍ਹਾਂ ਸਾਡਾ ਦਿਲ ਦਿਖਾਉਂਦੇ ਹੈ। ਜਗਤ ਗੁਰੂ ਤੁਮ ਦਿਜ ਤਨ ਪਾਇਓ। ਹੇ ਬ੍ਰਾਹਮਣੋ, ਤੁਸੀਂ ਜਗਤ ਦੇ ਗੁਰੂ ਹੋ। ਗੁਰਬਾਣੀ ਵਿੱਚ ਵੀ ਆਇਆ ਨਾ, ਬ੍ਰਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰੂ ਨਾਹੇ, ਕਿ ਬ੍ਰਾਹਮਣ ਜਿਹੜਾ ਜਗਤ ਦਾ ਗੁਰੂ ਮੰਨਿਆ, ਉੱਚੀ ਜਾਤੀ ਕਰਕੇ ਇਹ ਅਧਿਕਾਰ ਬ੍ਰਾਹਮਣ ਕੋਲੇ ਸਿਮਰਤੀਆਂ ਦੇ ਵਿੱਚ ਇਹ ਲਾ ਕਾਨੂੰਨ ਬਣਾਇਆ ਹੋਇਆ। ਉਹ ਸਾਨੂੰ ਕੀ ਕਹਿੰਦੇ ਹੈ ਕਿ ਤੁਹਾਨੂੰ ਤਾਂ ਜਗਤ ਦੇ ਗੁਰੂ ਬਣਾਇਆ ਸੀ, ਔਰ ਬ੍ਰਾਹਮਣ ਜਾਤੀ ਵਿੱਚੋਂ ਹੋਣ ਕਰਕੇ ਤੁਸੀਂ ਜਗਤ ਦੇ ਗੁਰੂ ਹੋ, ਲੋਕਾਂ ਦੇ ਗੁਰੂ ਹੋ, ਲੋਕਾਂ ਦੇ ਸਭ ਤੋਂ ਪੂਜਨੀਕ ਹੋ। ਖੱਤਰੀ ਕੇ ਸਿੱਖ ਹੋਏ ਜਾਏ। ਤੁਸੀਂ ਤਾਂ ਖੱਤਰੀ ਨੂੰ ਆਪਣਾ ਗੁਰੂ ਬਣਾ ਲਿਆ, ਧੰਨ ਗੁਰੂ ਅਰਜਨ ਦੇਵ ਜੀ ਨੂੰ। ਜੇ ਗੁਰੂ ਬਣਾਉਣਾ ਸੀ ਕਿਸੇ ਬ੍ਰਾਹਮਣ ਨੂੰ ਧਾਰਨ ਕਰਦੇ ਗੁਰੂ ਬਣਾਉਂਦੇ, ਤੁਸੀਂ ਤਾਂ ਖੱਤਰੀ ਨੂੰ ਗੁਰੂ ਮੰਨੀ ਬੈਠੇ ਹੋ। ਗੰਗਾ ਅਪਰਜ ਕਾਂਸ਼ੀ ਥਾਏ। ਗੰਗਾ ਅਤੇ ਕਾਂਸ਼ੀ ਵਾਲੀਆਂ, ਗੰਗਾ ਅਤੇ ਕਾਂਸ਼ੀ ਆਦਿਕ ਜੋ ਬੜੇ ਸਾਡੇ ਉੱਚੇ ਅਤੇ ਮਹਾਨ ਤੀਰਥ ਮੰਨੇ ਜਾਂਦੇ ਆ ਹਿੰਦੂ ਧਰਮ ਦੇ। ਵਿਸ਼ਨ ਸੁ ਮਹਾਦੇਵਪੁਰ ਇਹੀ। ਇਸੇ ਤਰ੍ਹਾਂ ਵਿਸ਼ਨੂੰ ਜੀ ਦੀ ਅਤੇ ਮਹਾਦੇਵ ਜੀ ਦੀ ਜੋ ਪੂਰੀ ਕਾਂਸ਼ੀ ਮੰਨੀ ਜਾਂਦੀ ਹੈ, ਵਿਸ਼ਨੂੰ ਜੀ ਦਾ ਔਰ ਮਹਾਦੇਵ ਜੀ ਦਾ, ਸ਼ਿਵ ਜੀ ਦਾ, ਦੋਨਾਂ ਦਾ ਇਹ ਪਵਿੱਤਰ ਤੀਰਥ ਕਾਂਸ਼ੀ ਨੂੰ ਜਾਣਿਆ ਜਾਂਦਾ, ਮੰਨਿਆ ਜਾਂਦਾ ਹੈ। ਸੋ ਤਿਆਗੇ ਤੁਮ ਸੇਵੋ ਨਹੀਂ। ਉਸ ਕਾਂਸ਼ੀ ਨੂੰ ਮੰਨਣਾ ਤੁਸੀਂ ਛੱਡ ਹੀ ਦਿੱਤਾ, ਤੁਸੀਂ ਉੱਥੇ ਜਾ ਕੇ ਗੰਗਾ ਇਸ਼ਨਾਨ ਨਹੀਂ ਕਰਦੇ, ਪੂਜਾ ਨਹੀਂ ਕਰਦੇ, ਦਰਸ਼ਨ ਨਹੀਂ ਕਰਦੇ, ਉੱਥੇ ਜਾਣਾ ਹੀ ਤੁਸੀਂ ਛੱਡ ਦਿੱਤਾ, ਉੱਥੋਂ ਦੀ ਸੇਵਾ ਕਰਨੀ ਵੀ ਤਿਆਗ ਦਿੱਤੀ ਹੈ। ਗੁਰੂ ਅਰਜਨ ਦੇਵ ਜੀ ਦੇ ਆਖੇ ਲਾਕੇ ਸਾਰੀਆਂ ਰੋਹ ਰੀਤਾਂ ਹਿੰਦੂ ਧਰਮ ਦੀਆਂ ਬ੍ਰਾਹਮਣਾਂ ਵਾਲੀਆਂ ਤੁਸੀਂ ਛੱਡ ਚੁੱਕੇ ਹੋ। ਤੀਰਥ ਕ੍ਰਿਤਮ ਅੰਮ੍ਰਿਤ ਸਰ ਹੈ। ਜਿਹੜਾ ਅੰਮ੍ਰਿਤਸਰ ਸਾਹਿਬ ਤੀਰਥ ਹੈ ਨਾ, ਇਹ ਕੀਤਾ ਹੋਇਆ, ਬਣਾਇਆ ਹੋਇਆ ਹੈ,
ਇਹ ਆਪਣੇ ਆਪ ਤੀਰਥ ਨਹੀਂ ਬਣਿਆ, ਇਹ ਤੀਰਥ ਗੁਰੂ ਰਾਮਦਾਸ ਜੀ ਨੇ, ਗੁਰੂ ਅਰਜਨ ਦੇਵ ਜੀ ਨੇ ਬਣਾਉਣਾ ਕੀਤਾ। ਇਸ ਨੂੰ ਕਿਰਤਮ ਕਿਹਾ ਜਾਂਦਾ ਜਿਹੜਾ ਕਿਸੇ ਵੱਲੋਂ ਬਣਾਇਆ ਹੋਵੇ। ਕਿ ਤੁਸੀਂ ਕਿਸੇ ਦੇ ਬਣਾਏ ਹੋਏ ਤੀਰਥ ਤੇ ਅੰਮ੍ਰਿਤਸਰ ਜਾਂਦੇ ਹੋ, ਸੇਵੋ ਤਾਹੇ ਲਖਿਓ ਬਹੁ ਬਾਰ ਹੈ, ਉੱਥੇ ਜਾ ਕੇ ਸੇਵਾ ਕਰਦੇ ਹੋ ਤੇ ਇਹ ਸਮਝਦੇ ਹੋ ਕਿ ਸਤਿਗੁਰੂ ਨੇ, ਤੁਹਾਡੇ ਗੁਰੂ ਨੇ ਬਹੁਤ ਤੁਹਾਨੂੰ ਉੱਥੋਂ ਵਰ ਬਖਸ਼ਿਸ਼ ਕੀਤੇ ਹੈ ਕਿ ਜੋ ਵੀ ਉੱਥੇ ਜਾ ਕੇ ਦਾਤ ਮੰਗਦਾ ਉਸ ਨੂੰ ਉੱਥੋਂ ਹਰ ਵਰ ਪ੍ਰਾਪਤ ਹੁੰਦਾ ਹੈ। ਤੁਸੀਂ ਉੱਥੇ ਆਪਣਾ ਨਿਸ਼ਚਾ ਬਣਾ ਲਿਆ ਹੈ। ਵੇਦਨ ਬ੍ਰਹਮ ਬਾਣੀ ਕੋ ਤਿਆਗੇ, ਜੋ ਬ੍ਰਹਮ ਦੀ ਬਾਣੀ ਵੇਦ ਹੈ ਨਾ, ਉਹਨਾਂ ਨੂੰ ਵੀ ਮੰਨਣਾ, ਉਹਨਾਂ ਦੇ ਅਨੁਸਾਰ ਚੱਲਣਾ ਵੀ ਤੁਸੀਂ ਛੱਡ ਦਿੱਤਾ ਹੈ। ਗੁਰਬਾਣੀ ਭਾਖਾ ਸੰਗ ਲਾਗੇ, ਜਿਹੜੇ ਵੇਦ ਹੈ ਇਹ ਦੇਵ ਬਾਣੀ ਸੰਸਕ੍ਰਿਤ ਵਿੱਚ ਹੈ, ਗੁਰਬਾਣੀ ਆਮ ਲੋਕਾਂ ਦੀ ਸੌਖੀ, ਲੋਕਾਂ ਦੀ ਬੋਲੀ ਚਾਲੀ ਦੇ ਅਨੁਸਾਰ ਜਿਸ ਭਾਸ਼ਾ ਵਿੱਚ ਲੋਕ ਬੋਲਦੇ ਹੈ, ਗ੍ਰਾਮੀਣ ਬੋਲੀ ਬੋਲਦੇ ਆ, ਕਹਿ ਲਓ ਕਿ ਇਹ ਬੋਲੀ ਜਿਹੜੀ ਆਮ ਲੋਕਾਂ ਦੀ ਹੈ ਨਾ, ਇਹਨੂੰ ਇਹ ਲੋਕ ਸ਼ੂਦਰ ਭਾਸ਼ਾ ਕਹਿੰਦੇ ਹੈ। ਇਸ ਕਰਕੇ ਤੁਸੀਂ ਗੁਰਬਾਣੀ ਜਿਹੜੀ ਆਮ ਭਾਸ਼ਾ ਵਿੱਚ ਉਚਾਰੀ ਹੋਈ ਹੈ, ਸੌਖੀ ਬੋਲੀ ਵਿੱਚ, ਗੁਰਮੁਖੀ ਵਿੱਚ, ਤੁਸੀਂ ਤਾਂ ਉਸ ਬਾਣੀ ਨਾਲ ਜੁੜ ਗਏ ਹੋ, ਆਪਣੇ ਆਪ ਨੂੰ ਜੋੜ ਲਿਆ ਹੈ। ਜਨਮ ਅਸ਼ਟਮੀ ਔਰ ਸ਼ਿਵਰਾਤ, ਜਨਮ ਅਸ਼ਟਮੀ ਕ੍ਰਿਸ਼ਨ ਜੀ ਦੀ ਔਰ ਸ਼ਿਵਰਾਤਰੀ ਜੀ ਸ਼ੰਕਰ ਜੀ ਦੀ, ਇਹ ਜਿੰਨੀਆਂ ਵੀ ਤਿਥੀਆਂ ਹਨ। ਵਰਤ ਇਕਾਦਸ਼ੀ ਤਜ ਤੁਮ ਖਾਤ, ਇਕਾਦਸ਼ੀ ਨੂੰ ਬ੍ਰਾਹਮਣ ਵਰਤ ਰੱਖਦੇ ਹੈ, ਉਹ ਵਰਤ ਰੱਖਣੇ ਵੀ ਜਨਮ ਅਸ਼ਟਮੀ ਦਾ, ਸ਼ਿਵਰਾਤਰੀ ਦਾ, ਇਕਾਦਸ਼ੀ ਦਾ, ਇਹ ਸਾਰੇ ਵਰਤ ਰੱਖਣੇ ਛੱਡ ਦਿੱਤੇ। ਤੁਸੀਂ ਵਰਤਾਂ ਵਾਲੇ ਦਿਨ ਜਦੋਂ ਜੀ ਕਰਦਾ ਭੋਜਨ ਖਾ ਲੈਂਦੇ ਹੋ, ਇਹ ਨਿਯਮ ਵੀ ਤੁਸੀਂ ਨਹੀਂ ਮੰਨਦੇ, ਵਰਤ ਆਦਿਕ ਵੀ ਰੱਖਣੇ ਛੱਡ ਦਿੱਤੇ ਹਨ। ਗਾਇਤਰੀ ਤ੍ਰੈ ਸੰਧਿਆ ਤਰਪਣ, ਗਾਇਤਰੀ ਦਾ ਜਾਪ ਕਰਨਾ, ਤ੍ਰੈ ਸੰਧਿਆ ਹੁੰਦੀ ਹੈ, ਸੂਰਜ ਚੜ੍ਹਨ ਦੇ ਸਾਰੀ ਸਾਧ ਸੰਗਤ ਦੀ ਦੇਵ ਪੂਜਾ ਕਰਨੀ ਆਰਤੀ ਦੁਆਰਾ, ਔਰ ਫਿਰ ਦਿਨ ਦਾ ਮਧਿਆਨ 12 ਵਜੇ ਔਰ ਸ਼ਾਮ ਨੂੰ ਸੂਰਜ ਛਿਪ ਦੇ ਨਾਲ, ਇਸ ਨੂੰ ਤ੍ਰੈ ਸੰਧਿਆ ਕਹਿੰਦੇ ਹੈ। ਕਿ ਇਹ ਦੇਵ ਪੂਜਨ ਤ੍ਰੈ ਸੰਧਿਆ ਆਦਿਕ ਵੀ, ਗਾਇਤਰੀ ਦਾ ਜਪ ਵੀ, ਤਰਪਣ ਹੁੰਦਾ ਸਾਧ ਸੰਗਤ ਜੀ ਸੂਰਜ ਨੂੰ ਪਾਣੀ ਆਦਿਕ ਦੇਣਾ, ਸਵੇਰੇ ਉੱਠ ਕੇ ਸੂਰਜ ਚੜ੍ਹਨ ਦੇ ਨਾਲ ਹੀ ਪਹਿਲੀ ਕਿਰਨ ਦੇ ਨਾਲ ਸੂਰਜ ਨੂੰ ਬ੍ਰਾਹਮਣ ਲੋਕ ਪਾਣੀ ਦਿੰਦੇ ਹੈ। ਇਸ ਕਰਕੇ ਇਹ ਜਿਹੜੇ ਸਾਰੇ ਸਾਡੇ ਧਰਮ ਦੇ ਕਰਮ ਹਨ। ਪਿੰਡ ਪੱਤਲ ਕਿਰਿਆ ਕਰ ਵਰਜਨ, ਪਿੰਡ ਪੱਤਲ, ਪਿੰਡ ਭਰਾਉਣੇ, ਮ੍ਰਿਤਕ ਪ੍ਰਾਣੀਆਂ ਦੇ ਨਿਮਿੱਤ ਇਹ ਸਾਰੇ ਪਿੰਡ ਪੱਤਲ ਆਦਿ ਕਿਰਿਆ ਜੋ ਮ੍ਰਿਤਕ ਸਰੀਰ ਦੀ ਹੈ, ਇਹ ਸਾਰੀ ਤੁਸੀਂ ਤੁਹਾਡੇ ਗੁਰੂ ਨੇ ਮੰਨਣ ਤੋਂ ਇਸ ਨੂੰ ਰੋਕਿਆ ਤੇ ਤੁਸੀਂ ਵੀ ਹਟ ਗਏ ਹੋ, ਮੰਨਦੇ ਨਹੀਂ ਹੋ। ਮ੍ਰਿਤਕ ਪਾਸ਼ੇ ਕਰ ਅਰਦਾਸ, ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਤੁਸੀਂ ਕੇਵਲ ਅਰਦਾਸ ਕਰਦੇ ਹੋ ਉਸ ਦੇ ਨਿਮਿੱਤ। ਕਰਿਓ ਕਰਾਹੋ ਲਿਹੋ ਮੁਖ ਗਰਾਸ, ਕੜਾਹ ਬਣਾ ਕੇ ਰੱਖ ਲੈਂਦੇ ਹੋ, ਕੜਾਹੀ ਭਰ ਕੇ ਤੇ ਉਸ ਤੋਂ ਬਾਅਦ ਸਾਰੇ ਇੱਕ ਦੂਜੇ ਨੂੰ ਵੰਡ ਕੇ ਤੇ ਸਾਰੇ ਤੁਸੀਂ ਖਾ ਲੈਂਦੇ ਹੋ। ਹੋਰ ਤੁਸੀਂ ਕੀ ਕਰਦੇ ਹੋ? ਕੱਖ ਵੀ ਨਹੀਂ ਕਰਦੇ। ਸਾਧ ਸੰਗਤ ਜੀ, ਜਿਹੜੇ ਲੋਕ ਇਹ ਗੱਲ ਕਹਿੰਦੇ ਆ ਨਾ ਕਿ ਸਿੱਖੀ ਦੀ ਵਿਚਾਰਧਾਰਾ, ਸਿੱਖੀ ਦੇ ਸੰਸਕਾਰ ਸਿੰਘ ਸਭਾ ਵੇਲੇ ਹੀ ਪ੍ਰਚਲਿਤ ਹੋਏ ਹੈ, ਉਹ ਸਾਧ ਸੰਗਤ ਜੀ ਕਈ ਵਾਰੀ
ਭੁਲੇਖੇ ਵਿੱਚ ਇਹ ਗੱਲਾਂ ਗਲਤ ਬਿਆਨ ਦੇ। ਇਹ ਜਿਹੜੇ ਵਿਚਾਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਇੱਥੇ ਸਾਡੇ ਸਨਮੁਖ ਰੱਖ ਰਹੇ ਆ ਨਾ, ਸਿੱਖੀ ਦੀ ਵਿਚਾਰਧਾਰਾ ਨੂੰ, ਸਿੱਖੀ ਸੰਸਕਾਰਾਂ ਨੂੰ, ਉਦੋਂ ਤਾਂ ਸਿੰਘ ਸਭਾ ਅਜੇ ਹੋਂਦ ਵਿੱਚ ਨਹੀਂ ਆਈ ਸੀ। ਇਹ ਤਾਂ 70 ਸਾਲ ਸਿੰਘ ਸਭਾ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਦੇ ਬਚਨ ਹੈ। ਇਹ ਖਿਆਲ ਰੱਖਣਾ ਚਾਹੀਦਾ ਕਿ ਸਿੰਘ ਸਭਾ ਨੇ ਆਖੇ ਸਿੱਖੀ ਦੀ ਪਰਿਪੱਕ ਵਿਚਾਰਧਾਰਾ ਦਾ ਪ੍ਰਚਾਰ ਕੀਤਾ। ਆਖੇ ਪਹਿਲਾਂ ਸਿੱਖ ਹਿੰਦੂ ਰੋਹ ਰੀਤੀਆਂ ਨੂੰ ਮੰਨਿਆ ਕਰਦੇ ਸਨ। ਇਹ ਗਲਤ ਬਿਆਨੀ ਕੀਤੀ ਜਾਂਦੀ ਹੈ, ਗਲਤ ਵਿਚਾਰਧਾਰਾ ਲੋਕਾਂ ਦੇ ਵਿੱਚ ਪ੍ਰਚਲਿਤ ਕੀਤੀ ਜਾਂਦੀ ਹੈ। ਸਿੱਖਾਂ ਦੀ ਵਿਚਾਰਧਾਰਾ, ਗੁਰਮੁਖਾਂ ਦੀ ਵਿਚਾਰਧਾਰਾ, ਜਿਨ੍ਹਾਂ ਨੇ ਗੁਰੂ ਕਾਲ ਤੋਂ ਲੈ ਕੇ ਇੰਨੀਆਂ ਘਾਲਣਾ ਘਾਲੀਆਂ, ਪਰਪੱਕ ਸਿੱਖੀ ਉੱਤੇ ਐਨ ਜਿਨ੍ਹਾਂ ਨੇ ਦ੍ਰਿੜਤਾ ਨਾਲ ਪਹਿਰਾ ਦਿੱਤਾ, ਸਿੱਖੀ ਦੀ, ਗੁਰਮਤਿ ਦੀ, ਜੋ ਸਤਿਗੁਰੂ ਜੀ ਦੀ ਰਹਿਣੀ ਬਹਿਣੀ ਨੂੰ ਸੰਸਾਰ ਵਿੱਚ ਜਿਨ੍ਹਾਂ ਨੇ ਫੈਲਾਇਆ ਵੀ ਔਰ ਉਸ ਉੱਤੇ ਕਦਮ ਬਰ ਕਦਮ ਪੂਰਾ ਪਹਿਰਾ ਦਿੱਤਾ ਨਾ, ਉਸ ਨੂੰ ਛਟਿਆਉਣ ਦਾ ਇਹ ਲੋਕ ਯਤਨ ਕਰਦੇ ਆ। ਇਸ ਕਰਕੇ ਇਹ ਬਚਨ ਤਾਂ 70 ਸਾਲ ਉਸ ਤੋਂ ਪਹਿਲਾਂ ਦੇ ਹੈ, ਔਰ ਭਾਈ ਸਾਹਿਬ ਤੋਂ ਵੀ ਪਹਿਲਾਂ ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਸਿੱਖਾਂ ਦੀ ਭਗਤ ਮਾਲਾ ਲਿਖੀ ਹੈ। ਉਹਦੇ ਵਿੱਚ ਵੀ ਇਹ ਜ਼ਿਕਰ ਆਉਂਦਾ ਗੁਰੂ ਕਾਲ ਦਾ, ਗੁਰੂ ਸਾਹਿਬ ਜੀ ਦੇ ਸਮੇਂ ਦਾ। ਇਹ ਜਿਹੜੀ ਗੁਰਮਤਿ ਦੇ ਸੰਸਕਾਰ ਹੈ ਤਾਂ ਸਤਿਗੁਰੂ ਜੀ ਦੇ ਸਮੇਂ ਤੋਂ ਜੋ ਪ੍ਰਚਲਿਤ ਆ ਉਵੇਂ ਚੱਲੇ ਆ ਰਹੇ ਆ। ਇਸ ਕਰਕੇ ਇਹ ਖਿਆਲ ਰੱਖਣਾ ਚਾਹੀਦਾ ਕਿ ਤੁਸੀਂ ਤਾਂ ਕੋਈ ਵੀ ਸੰਸਕਾਰ ਕਰਦੇ ਹੋ, ਖੁਸ਼ੀ ਗਮੀ ਦਾ ਅਰਦਾਸ ਕਰਦੇ ਹੋ, ਕੜਾਹ ਪ੍ਰਸ਼ਾਦ ਬਣਾਉਂਦੇ ਹੋ ਤੇ ਲੈ ਕੇ ਛਕ ਲੈਂਦੇ ਹੋ, ਜਾਂਦੇ ਤੁਮ ਭ੍ਰਿਸ਼ਟ ਅਬ ਹੋਏ। ਇਸ ਕਰਕੇ ਤੁਸੀਂ ਭ੍ਰਿਸ਼ਟੇ ਗਏ, ਅਪਵਿੱਤਰ ਹੋ ਗਏ। ਭ੍ਰਿਸ਼ਟ ਦਾ ਮਤਲਬ ਹੁੰਦਾ ਝੂਠਾ, ਅਪਵਿੱਤਰ ਹੋ ਜਾਣਾ, ਤੁਸੀਂ ਸੁੱਚੇ ਨਹੀਂ ਰਹੇ। ਇਸ ਕਰਕੇ ਤੁਸੀਂ ਭ੍ਰਿਸ਼ਟ ਗਏ ਹੋ, ਤੁਹਾਡੇ ਵਿੱਚ ਬ੍ਰਾਹਮਣਾਂ ਵਾਲਾ ਕੋਈ ਸ਼ੁੱਧੀ ਪੁਣਾ ਵਾਲਾ ਕਰਮ ਨਹੀਂ ਰਹਿ ਗਿਆ। ਪੰਗਤ ਉਚਿਤ ਨਹੀਂ ਕਿ ਮਜੋਏ, ਇਵੇਂ ਵੀ ਤੁਸੀਂ ਪੰਗਤ ਦੇ ਵਿੱਚ ਬੈਠਣ ਦੇ ਸਾਡੇ ਬਰਾਬਰ ਯੋਗ ਨਹੀਂ ਰਹਿ ਗਏ। ਇਸ ਕਰਕੇ ਅਸੀਂ ਤੁਹਾਨੂੰ ਆਪਣੇ ਨਾਲ ਆਪਣੇ ਬਰਾਬਰ ਨਹੀਂ ਬਿਠਾਉਣਾ। ਸ਼੍ਰੀ ਗੁਰ ਤੁਮ ਸ਼ਰਨੀ ਹਮ ਪਰੇ। ਹੁਣ ਇਹ ਸਿੱਖ ਵਿਚਾਰੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਆਏ ਹੈ ਕਿ ਸੱਚੇ ਪਾਤਸ਼ਾਹ ਅਸੀਂ ਤਾਂ ਤੁਹਾਡੇ ਚਰਨਾਂ ਦੀ ਓਟ ਲੈ ਲਈ ਹੈ, ਤੁਹਾਡੇ ਚਰਨਾਂ ਦਾ ਆਸਰਾ ਲੈ ਲਿਆ, ਤੁਹਾਡੇ ਚਰਨਾਂ ਵਿੱਚ ਆ ਕੇ ਪੈ ਗਏ ਹਾਂ। ਜਗਤ ਗਰਤ ਹੈ ਕਾਢਨ ਕਰੇ। ਇਹ ਸੰਸਾਰ ਦੇ ਵਿੱਚੋਂ ਸੱਚੇ ਪਾਤਸ਼ਾਹ ਫਸਿਆ ਹੋਇਆਂ ਨੂੰ ਸੰਸਾਰ ਵਿੱਚ ਰੋਂਦਿਆਂ ਨੂੰ, ਦੁੱਖਾਂ ਤੋਂ, ਜੰਮਣ ਮਰਨ ਦੇ ਦੁੱਖਾਂ ਦੇ ਵਿਰਲਾਪ ਤੋਂ ਤੁਸੀਂ ਸਾਨੂੰ ਕੱਢ ਕੇ ਹੱਥ ਦੇ ਕੇ ਬਚਾਉਣਾ ਹੈ। ਜਾਤ ਮਾਨ ਸ਼੍ਰਿੰਖਲ ਤੇ ਨਿਕਸੇ। ਜਾਤੀ ਅਭਿਮਾਨ ਦੀਆਂ ਜਿਹੜੀਆਂ ਬੇੜੀਆਂ ਸਨ ਨਾ ਕਿ ਸਾਡੀ ਉੱਚੀ ਜਾਤੀ ਹੈ, ਦੂਜੇ ਨੂੰ ਨੇੜੇ ਵੀ ਨਹੀਂ ਲੱਗਣ ਦੇਣਾ, ਨਾਲ ਵੀ ਨਹੀਂ ਬੈਠਣ ਦੇਣਾ ਇੱਕ ਪੰਗਤ ਦੇ ਵਿੱਚ, ਮਹਾਰਾਜ ਜਾਤ ਅਭਿਮਾਨ ਦੀਆਂ ਬੇੜੀਆਂ ਤੁਸੀਂ ਸਾਡੀਆਂ ਤੋੜ ਦਿੱਤੀਆਂ, ਸਾਨੂੰ ਉਹਦੇ ਵਿੱਚੋਂ ਕੱਢ ਲਿਆ, ਕਿਰਪਾ ਕਰਕੇ ਬਚਾ ਲਿਆ ਹੈ ਸੱਚੇ ਪਾਤਸ਼ਾਹ। ਸੀਤ ਪ੍ਰਸਾਦ ਖਾਏ ਮਨ ਬਿਕਸੇ। ਅਸੀਂ ਤਾਂ ਆਪ ਜੀ ਦਾ ਸੀਤ ਪ੍ਰਸ਼ਾਦ ਲੈ ਕੇ ਛੱਕ ਕੇ
ਸਾਡਾ ਤਾਂ ਮਨ ਅੱਠੇ ਪਹਿਰ ਆਨੰਦ ਵਿੱਚ ਖਿੜਿਆ ਰਹਿੰਦਾ ਹੈ, ਭਰਿਆ ਰਹਿੰਦਾ ਹੈ। ਪ੍ਰਾਪਤ ਪਇਓ ਹਮੈ ਸਤਨਾਮੂ, ਨਾਮ ਦੀ ਦਾਤ ਆਪ ਜੀ ਦੇ ਦਰ ਤੋਂ ਸਾਨੂੰ ਮਿਲ ਗਈ ਹੈ, ਪ੍ਰਾਪਤ ਹੋ ਗਈ ਹੈ। ਜਮ ਸੁ ਰਹਿਓ ਨਾ ਕੈਸੇ ਕਾਮੂ, ਜਮ ਨਾਲ ਸਾਡਾ ਕੋਈ ਵਾਹ ਵਾਸਤਾ ਹੀ ਨਹੀਂ ਰਹਿ ਗਿਆ ਸੱਚੇ ਪਾਤਸ਼ਾਹ। ਤਊ ਜੇ ਪੰਡਿਤ ਕਰ ਅਪਮਾਨੇ, ਤਾਂ ਵੀ ਮਹਾਰਾਜ ਜਿਹੜੇ ਪੰਡਿਤ ਹੈ ਬ੍ਰਾਹਮਣ ਜਾਤੀ ਦੇ, ਉਹ ਸਾਡਾ ਬੜਾ ਅਪਮਾਨ ਨਿਰਾਦਰ ਕਰਦੇ ਹਨ ਲੋਕਾਂ ਵਿੱਚ। ਕਿ ਮਹਾਮਤਨ ਕੇ ਸੰਗ ਬਖਾਨੇ, ਉਹਨਾਂ ਨੂੰ ਕਿਵੇਂ ਉੱਤਰ ਦਈਏ, ਉਹਨਾਂ ਨੂੰ ਅਸੀਂ ਕਿਵੇਂ ਦੱਸੀਏ ਕਿ ਅਸੀਂ ਵੀ ਆਪਣੀ ਥਾਂ ਤੇ ਤੁਹਾਡੇ ਨਾਲੋਂ ਵੀ ਵੱਡੇ ਹਾਂ। ਗੁਰਸਿੱਖੀ ਦੀ ਰੋਹ ਰੀਤ ਅਸੀਂ ਪੂਰੀ ਨਿਭਾਉਂਦੇ ਹਾਂ, ਅਸੀਂ ਕੀ ਉਹਨਾਂ ਨੂੰ ਜਵਾਬ ਦਈਏ ਜਦੋਂ ਸਾਨੂੰ ਉਹ ਸੱਚੇ ਪਾਤਸ਼ਾਹ ਲੋਕਾਂ ਦੀਆਂ ਨਜ਼ਰਾਂ ਵਿੱਚ ਨੀਵਾਂ ਵੀ ਵਿਖਾਉਂਦੇ ਹੈ, ਬੁਰਾ ਵੀ ਬੋਲਦੇ ਹੈ, ਸਾਡਾ ਤ੍ਰਿਸਕਾਰ ਨਿਰਾਦਰ ਵੀ ਕਰਦੇ ਹੈ, ਉੱਥੇ ਉਹਨਾਂ ਨਾਲ ਕਿਵੇਂ ਅਸੀਂ ਵਿਚਾਰ ਕਰਕੇ ਉਹਨਾਂ ਦੇ ਹਰ ਸਵਾਲ ਦਾ ਜਵਾਬ ਦੇ ਕੇ ਅਸੀਂ ਗੁਰੂ ਘਰ ਦੀ ਉੱਤਮਤਾ ਨੂੰ ਦਿਖਾ ਸਕੀਏ ਦੁਨੀਆਂ ਵਿੱਚ। ਸ਼੍ਰੀ ਅਰਜਨ ਸੁਣ ਬਾਕ ਬਖਾਨਾ, ਧੰਨ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਦੀ ਬੇਨਤੀ ਸੁਣ ਕੇ ਵਚਨ ਕੀਤਾ, ਉੱਤਰ ਦਿੱਤਾ, ਸਮਝਾਇਆ ਸਿੱਖਾਂ ਨੂੰ। ਤੀਰਥ ਅੰਮ੍ਰਿਤ ਤਾਲ ਮਹਾਨਾ, ਮਹਾਰਾਜ ਕਹਿੰਦੇ ਪਹਿਲੀ ਗੱਲ ਉਹ ਕਹਿੰਦੇ ਆ ਕਾਂਸ਼ੀ ਸਭ ਤੋਂ ਵੱਡਾ ਤੀਰਥ ਹੈ, ਗੰਗਾ ਸਭ ਤੋਂ ਵੱਡਾ ਤੀਰਥ ਹੈ। ਮਹਾਰਾਜ ਕਹਿੰਦੇ ਸਭ ਤੋਂ ਵੱਡਾ ਤਾਂ ਤੀਰਥ ਸ੍ਰੀ ਅੰਮ੍ਰਿਤਸਰ ਸਾਹਿਬ ਹੈ, ਇਹ ਅੰਮ੍ਰਿਤ ਦਾ ਤਾਲ ਸਰੋਵਰ ਭਰਿਆ ਹੋਇਆ, ਅੰਮ੍ਰਿਤ ਨਾਲ ਇਹ ਤਾਲ ਪੂਰਨ ਰੂਪ ਦੇ ਵਿੱਚ ਹਰ ਸਮੇਂ ਇਹ ਭਰਿਆ ਹੀ ਰਹਿੰਦਾ ਅੰਮ੍ਰਿਤ ਰੂਪ ਪਾਵਨ ਪਵਿੱਤਰ ਜਲ ਨਾਲ। ਇਸ ਕਰਕੇ ਇਹ ਮਹਾਨ ਤੋਂ ਮਹਾਨ, ਵੱਡੇ ਤੋਂ ਵੱਡਾ ਪਵਿੱਤਰ ਤੀਰਥ ਹੈ। ਨਗਰ ਭਇਓ ਇਹ ਏਕੰਕਾਰ, ਇਹ ਜਿਹੜਾ ਨਗਰ ਅੰਮ੍ਰਿਤਸਰ ਸਾਹਿਬ ਹੈ, ਇਹ ਪਰਮੇਸ਼ਰ ਦਾ ਇੱਕ ਵਾਹਿਗੁਰੂ ਦੀ ਨਗਰੀ ਹੈ। ਦੇਖੋ ਸਤਿਗੁਰੂ ਜੀ ਨੇ ਆਪਣਾ ਜ਼ਿਕਰ ਨਹੀਂ ਕੀਤਾ, ਕਹਿਣ ਲੱਗੇ ਇਹ ਨਗਰੀ, ਇਹ ਤੀਰਥ, ਇਹ ਅੰਮ੍ਰਿਤਸਰ ਸਾਹਿਬ, ਸਾਰਾ ਧਰਤੀ, ਸਾਰਾ ਨਗਰੀ, ਇਹ ਵਾਹਿਗੁਰੂ ਪਰਮੇਸ਼ਰ ਦੀ ਨਗਰੀ ਹੈ, ਅਕਾਲ ਪੁਰਖ ਦੀ। ਵਿਦ ਹਰ ਸ਼ਿਵਪੁਰ ਜਿਤਕ ਉਦਾਰਾ, ਜਿੰਨੀਆਂ ਬ੍ਰਹਮਪੁਰੀ, ਸ਼ਿਵਪੁਰੀ, ਬਿਸ਼ਨਪੁਰੀ, ਇਹ ਵੱਡੇ ਦੇਵਤਿਆਂ ਦੀਆਂ ਜਿੰਨੀਆਂ ਵੀ ਪੁਰੀਆਂ ਮੰਨੀਆਂ ਜਾਂਦੀਆਂ ਹਨ, ਸ਼ਿਤ ਮੰਡਲ ਕੇ ਤੀਰਥ ਸਾਰੇ, ਉਹਨਾਂ ਸਮੇਤ ਜਿੰਨੇ ਵੀ ਧਰਤੀ ਦੇ ਸਾਰੇ ਜਿੰਨੇ ਵੀ ਤੀਰਥ ਮੰਡਲ ਹਨ, ਭਾਵ ਇਸ ਧਰਤੀ ਮੰਡਲ ਦੇ ਜਿੰਨੇ ਵੀ ਤੀਰਥ ਹਨ, ਬਸ ਹੈ ਆਏ ਪਾਵਨਤਾ ਧਾਰੇ, ਸਾਰੇ ਇੱਥੇ ਆ ਕੇ ਵਸਦੇ ਹੈ ਔਰ ਇੱਥੇ ਇਸ਼ਨਾਨ ਕਰਦੇ ਆ, ਇੱਥੋਂ ਪਵਿੱਤਰਤਾ ਲੈ ਕੇ ਜਾਂਦੇ ਆ। ਮਹਾਰਾਜ ਕਹਿੰਦੇ ਇਸ ਕਰਕੇ ਸਭ ਤੋਂ ਵੱਡਾ ਪਵਿੱਤਰ ਤੀਰਥ ਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਹੈ। ਇੱਕ ਤਾਂ ਜਲ ਕੋ ਤੀਰਥ ਮਹਾ, ਇੱਕ ਤਾਂ ਜਿੱਥੇ ਜਲ ਹੁੰਦਾ ਉਸ ਨੂੰ ਤੀਰਥ ਮੰਨਿਆ ਜਾਂਦਾ ਹੈ, ਨਦੀਆਂ ਦੇ ਕਿਨਾਰੇ 'ਤੇ ਜਿੱਥੇ ਕਿਸੇ ਨੇ ਤਪ ਕੀਤਾ ਉਹ ਤੀਰਥ ਬਣ ਗਿਆ, ਨਾਮ ਕਰਕੇ ਉਹ ਧਰਤੀ ਪਵਿੱਤਰ ਹੋ ਗਈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਇੱਕ ਤਾਂ ਇੱਥੇ ਤੀਰਥ ਵਾਲਾ ਜਿਹੜਾ ਹਰ ਪੱਖ ਹੈ ਉਹ ਇੱਥੋਂ ਪੂਰਨ ਹੁੰਦਾ, ਕਿ ਤੀਰਥ ਅਸੀਂ ਖੁਸ਼ਕ ਥਾਂ 'ਤੇ ਨਹੀਂ ਬਣਾਇਆ, ਇਹ ਸਰੋਵਰ ਦੇ ਵਿੱਚ ਪੂਰਾ ਅੰਮ੍ਰਿਤ ਜਲ ਨੱਕੋ ਨੱਕ ਭਰਿਆ ਹੋਇਆ ਹੈ। ਹੁਣ ਜਿਹੜੇ ਲੋਕ ਇਹ ਗੱਲ ਕਹਿ ਦਿੰਦੇ ਆ ਕਿ ਜੀ ਉਦੋਂ
ਪਾਣੀ ਦੀ ਘਾਟ ਸੀ ਤਾਂ ਸਰੋਵਰ ਬਣਾਉਣੇ ਪਏ, ਸੰਗਤਾਂ ਇਸ਼ਨਾਨ ਕਰ ਲਿਆ ਕਰਨ। ਇਸ਼ਨਾਨ ਲਈ ਤਾਂ ਸਾਧ ਸੰਗਤ ਜੀ ਸਾਰੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਲੋਕ ਫਿਰ ਤਲਾਅ ਕਿਉਂ ਨਹੀਂ ਬਣਾ ਲੈਂਦੇ ਸੀ, ਖੂਹ ਕਿਉਂ ਲਾਉਂਦੇ ਸਨ, ਲੋਕ ਖੂਹਾਂ ਦਾ ਜਲ ਹੀ ਵਰਤਦੇ ਸਨ। ਜਾਂ ਜਿਹੜੇ ਨਗਰ ਸ਼ਹਿਰ ਕੋਈ ਦਰਿਆਵਾਂ ਨਦੀਆਂ ਦੇ ਕਿਨਾਰੇ 'ਤੇ ਵਸੇ ਹੁੰਦੇ ਉੱਥੇ ਨਹਾ ਧੋ ਲੈਂਦੇ, ਪਾਣੀ ਵਰਤ ਲੈਂਦੇ ਸਨ। ਸਰੋਵਰ ਬਣਾਉਣ ਦਾ ਇੱਕ ਵੱਖਰਾ ਕਾਰਨ ਸੀ, ਪਾਣੀ ਦੀ ਘਾਟ ਤਾਂ ਮਹਾਰਾਜ 10 ਖੂਹ ਲਵਾ ਦਿੰਦੇ, 20 ਲਵਾ ਦਿੰਦੇ, ਕੋਈ ਕਮੀ ਥੋੜ੍ਹੋ ਸੀ। ਅਤੇ ਉੱਥੋਂ ਇਸ਼ਨਾਨ ਕਰ ਲਿਆ ਕਰਦੀਆਂ ਸੰਗਤਾਂ ਜਲ ਵਰਤ ਲਿਆ ਕਰਦੀਆਂ ਲੰਗਰ ਵਾਸਤੇ। ਨਹੀਂ ਭਾਈ, ਇਹ ਗੁਰ ਤੀਰਥ ਰਚੇ ਆ ਜਿਹੜੇ ਸਰੋਵਰ ਬਣਾਏ ਆ ਬੌਲੀ ਸਾਹਿਬ ਗੋਇੰਦਵਾਲ ਸਾਹਿਬ ਬਣਾਏ ਆ ਸਤਿਗੁਰਾਂ ਨੇ, ਇਸ ਕਰਕੇ ਇਹ ਗੁਰ ਤੀਰਥ ਹਨ। ਮਹਾਰਾਜ ਕਹਿੰਦੇ ਇੱਕ ਤਾਂ ਇੱਥੇ ਭਾਈ ਜਲ ਵੀ ਬਹੁਤ ਹੈ ਇਸ ਤੀਰਥ ਦੇ ਉੱਤੇ, ਦੁਤੀਆ ਨਾਮ ਕੋ ਤੀਰਥ ਇਹਾਂ, ਦੂਜਾ ਨਾਮ ਦਾ ਤੀਰਥ ਵੀ ਆ, ਅੱਠੇ ਪੈਰ ਇੱਥੇ ਨਾਮ ਦਾ ਪ੍ਰਵਾਹ ਚੱਲਦਾ। ਦੁਨੀਆਂ ਦੇ ਤੀਰਥਾਂ 'ਤੇ ਅੱਠੇ ਪੈਰ ਨਾਮ ਨਹੀਂ ਜਪਿਆ ਜਾਂਦਾ, ਹਰਿਮੰਦਰ ਸਾਹਿਬ ਅੱਠੇ ਪੈਰ ਨਾਮ ਜਪਿਆ ਜਾਂਦਾ, ਇਹ ਦੂਜਾ ਨਾਮ ਦਾ ਤੀਰਥ ਹੈ। ਨਾਮ ਦਾ ਤੀਰਥ ਦੁਨੀਆਂ ਵਿੱਚ ਇੱਕੋ ਹੀ ਹੈ, ਸ੍ਰੀ ਅੰਮ੍ਰਿਤਸਰ ਸਾਹਿਬ। ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਨਾਮ ਰੂਪ ਤੀਰਥ ਹੈ। ਬ੍ਰਹਮ ਗਿਆਨੀ ਆਦਿਕ ਵੱਡ ਸੰਤ, ਵੱਡੇ ਵੱਡੇ ਬ੍ਰਹਮ ਗਿਆਨੀ, ਵੱਡੇ ਵੱਡੇ ਸੰਤ ਮਹਾਂਪੁਰਖ ਜੋ ਕਰਨੀ ਵਾਲੇ ਹੈ। ਇਸਕੇ ਤਟ ਪਰ ਬ੍ਰਿੰਦ ਬਸੰਤ, ਇਹਦੇ ਕਿਨਾਰੇ ਉੱਤੇ ਬਹੁਤ ਵਸਦੇ, ਇੱਥੇ ਨਿਵਾਸ ਰੱਖਦੇ ਹਨ। ਸ਼੍ਰੀ ਮੁਖ ਵਾਕ ਗੰਗਾ ਜਮਨਾ ਗੋਦਾਵਰੀ ਸਰਸਵਤੀ, ਸਾਧ ਸੰਗਤ ਜੀ ਮਹਾਰਾਜ ਕਹਿੰਦੇ ਤੀਰਥ ਕਿਵੇਂ ਪਵਿੱਤਰ ਹੁੰਦਾ, ਗੁਰਬਾਣੀ ਦੀ ਉਦਾਹਰਣ ਦੇ ਰਹੇ ਹੈ। ਗੰਗਾ ਜਮਨਾ ਗੋਦਾਵਰੀ ਸੁਰਸਤੀ, ਗੰਗਾ ਤੀਰਥ ਹੈ, ਜਮਨਾ ਹੈ, ਗੋਦਾਵਰੀ ਹੈ, ਸੁਰਸਤੀ। ਹੁਣ ਭਾਵੇਂ ਅਲਾਹਾਬਾਦ ਦੀ ਧਰਤੀ ਪ੍ਰਯਾਗਰਾਜ 'ਤੇ ਅਲੋਪ ਹੋ ਗਈ, ਪਰ ਉਦੋਂ ਕਿਸੇ ਸਮੇਂ ਇਹ ਸੁਰਸਤੀ ਨਦੀ ਵਗਦੀ ਵੀ ਸੀ। ਸਾਧ ਸੰਗਤ ਜੀ ਇਹ ਚਲਦੀ ਚਲਦੀ ਕੁਰਸ਼ੇਤਰ ਤੱਕ ਆ ਜਾਂਦੀ ਸੀ। ਔਰ ਜਿਹੜਾ ਰੂੜਾਮਣ ਕਵੀ, ਮਹਾਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸ਼੍ਰੀ ਗੁਰੂ ਨਾਨਕ ਪ੍ਰਕਾਸ਼, ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਕੈਂਥਲ ਰਾਜੇ ਦੇ ਪਾਸ ਰਾਜੇ ਉਦੇ ਸਿੰਘ ਦੀ ਰਿਆਸਤ ਵਿੱਚ ਲਿਖਿਆ, ਇਹ ਸੁਰਸਤੀ ਉੱਧਰ ਨੂੰ ਚਲੀ ਜਾਂਦੀ ਸੀ ਉਸ ਕਿਨਾਰੇ ਵੱਲ ਨੂੰ। ਭਾਈ ਸਾਹਿਬ ਵੀ ਇਹਦਾ ਜਲ ਲੈ ਕੇ ਇਸ਼ਨਾਨ ਕਰਦੇ ਰਹੇ ਇਸ ਨਦੀ ਦਾ, ਇਸ ਦੇ ਕਿਨਾਰੇ ਵੀ ਆਉਂਦੇ ਰਹੇ। ਪਰ ਹੁਣ ਇਹ ਸੁਰਸਤੀ ਨਦੀ ਜਿਹੜੀ ਹੈ ਇਹਦੀ ਹੋਂਦ ਸਮਾਪਤ ਹੋ ਚੁੱਕੀ ਹੈ। ਇਉਂ ਇਹ ਜਿਹੜੀਆਂ ਚਾਰ ਨਦੀਆਂ ਮੰਨੀਆਂ ਹੋਈਆਂ ਹਨ ਪ੍ਰਸਿੱਧ ਤੀਰਥ ਕਰਕੇ ਜਾਣਦੇ ਹੈ। ਤੇਕਰ ਹੈ ਉਦਮ ਧੂਰ ਸਾਧੂ ਕੀ ਤਾਈ, ਇਹ ਵੀ ਉਦਮ ਕਰਦੀਆਂ ਇਹ ਤੀਰਥ ਮੰਗਦੇ ਹੈ ਕਿ ਸਾਨੂੰ ਪੂਰਨ ਸਾਧੂ ਦੀ ਚਰਨ ਧੂੜੀ ਪ੍ਰਾਪਤ ਹੋ ਜਾਏ, ਮਿਲ ਜਾਏ। ਕਿਲ ਵਿਖ ਮੈਲ ਭਰੇ ਪਰੇ ਹਮਰਾ ਵਿੱਚ, ਇਹ ਲੋਕਾਂ ਦੇ ਬੜੇ ਵੱਡੇ ਵੱਡੇ ਪਾਪ ਜਿਹੜੇ ਲੋਕ ਕਰਦੇ ਹੈ ਨਾ, ਉਹ ਜਦੋਂ ਆਉਂਦੇ ਆ ਨਾ ਸਾਡੇ ਉੱਤੇ, ਕੋਈ ਗੰਗਾ 'ਤੇ ਜਾਂਦਾ, ਕੋਈ ਜਮਨਾ ਗੋਦਾਵਰੀ ਸੁਰਸਤੀ 'ਤੇ, ਉਦੋਂ ਸੰਕਲਪ ਕਰਦਾ ਕਿ ਜ਼ਿੰਦਗੀ ਦੇ ਜਿੰਨੇ ਪਾਪ ਕੀਤੇ ਹੈ ਨਾ, ਹੇ ਗੰਗਾ ਤੀਰਥ, ਹੇ ਜਮਨਾ ਤੀਰਥ, ਹੇ ਗੋਦਾਵਰੀ, ਹੇ ਸੁਰਸਤੀ, ਇਹ ਸੰਕਲਪ ਕਰਦੇ ਆ ਸਨਾਤਨ ਧਰਮ ਦੇ ਲੋਕ ਕਿ ਜ਼ਿੰਦਗੀ ਦੇ ਜਿੰਨੇ ਪਾਪ ਕੀਤੇ ਆ ਮੈਂ ਤੇਰੇ ਜਲ ਵਿੱਚ ਤੇਰੇ ਕਿਨਾਰੇ ਛੱਡ ਕੇ ਚੱਲਿਆ, ਮੇਰੇ ਪਾਪ ਸਾਰੇ ਹੁਣ ਤੂੰ ਧੋ ਦੇ।
ਇਉਂ ਕਹਿੰਦੇ ਪਾਪਾਂ ਦੀ ਜਿਹੜੀ ਵੱਡੀ ਮੈਲ ਹੈ ਉਹ ਪਾਪੀ ਲੋਕ ਇਹਨਾਂ ਤੀਰਥਾਂ ਉੱਤੇ ਛੱਡ ਛੱਡ ਕੇ ਤੁਰੀ ਜਾਂਦੇ ਆ, ਔਰ ਉਹ ਪਾਪ ਇਹਨਾਂ ਤੀਰਥਾਂ ਦੇ ਉੱਤੇ ਬਹੁਤ ਜ਼ਿਆਦਾ ਪਾਪਾਂ ਦੀ ਮੈਲ ਭਰੀ ਪਈ ਹੈ। ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਇਹ ਤੀਰਥ ਅਰਦਾਸ ਕਰਦੇ ਇਹ ਵਾਹਿਗੁਰੂ ਜਿਹੜੀ ਸਾਡੇ ਉੱਤੇ ਆ ਕੇ ਮੈਲ ਪੈ ਗਈ ਨਾ, ਪਾਪੀ ਲੋਕ ਇੱਥੇ ਛੱਡ ਗਏ, ਉਸ ਪਾਪਾਂ ਦੀ ਮੈਲ ਨੂੰ ਅਸੀਂ ਕਿਵੇਂ ਚੱਕ ਸਕਦੇ ਹਾਂ ਸਿਰ ਉੱਤੇ, ਇਹ ਮੈਲ ਕਿਵੇਂ ਦੂਰ ਹੋਵੇ। ਉਹ ਕਹਿੰਦੇ ਮਹਾਰਾਜ ਤੂੰ ਆਪਣਾ ਪਿਆਰਾ ਪੂਰਨ ਸਾਧੂ ਇੱਥੇ ਇਸ ਤੀਰਥ 'ਤੇ ਭੇਜ, ਉਹ ਆ ਕੇ ਆਪਣੇ ਚਰਨ ਸਾਡੇ ਤੀਰਥ ਦੇ ਉੱਤੇ ਪਾਉਣਾ ਕਰੇ, ਅਤੇ ਜਿਸ ਕਰਕੇ ਸਾਡੀ ਮੈਲ ਦਾ ਬੋਝ ਵੀ ਉਹ ਇੱਥੋਂ ਲਾਹ ਕੇ ਸਾਨੂੰ ਪਵਿੱਤਰ ਕਰ ਦੇਵੇ। ਧੰਨ ਗੁਰੂ ਅਮਰਦਾਸ ਜੀ ਜਦੋਂ ਤੀਰਥਾਂ 'ਤੇ ਗਏ ਹੈ, ਤੀਰਥ ਉਦਮ ਸਤਿਗੁਰੂ ਕੀ ਆ, ਸਭ ਲੋਕ ਉਧਰਨਾਰਥਾ, ਲੋਕਾਂ ਦੇ ਉਧਾਰ ਵਾਸਤੇ, ਤੀਰਥਾਂ ਦੇ ਉਧਾਰ ਵਾਸਤੇ ਸਤਿਗੁਰੂ ਨੇ ਉੱਥੇ ਚਰਨ ਪਾਏ। ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਗਏ ਨਾ ਪਟਨਾ ਸਾਹਿਬ ਦੀ ਧਰਤੀ 'ਤੇ, ਗੁਰਦੁਆਰਾ ਗਊ ਘਾਟ ਸਾਹਿਬ ਹੈ ਗੰਗਾ ਦੇ ਕਿਨਾਰੇ 'ਤੇ, ਥੋੜ੍ਹੀ ਗੰਗਾ ਪਿੱਛੇ ਹਟ ਗਈ, ਉੱਥੇ ਬਾਜ਼ਾਰ ਬਣ ਗਿਆ ਹੁਣ, ਪਰ ਨੇੜੇ ਹੀ ਹੈ, ਬਹੁਤੀ ਪਿੱਛੇ ਵੀ ਨਹੀਂ ਹਟੀ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਚਰਨ ਪਾਏ ਆ, ਸੱਚੇ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਜਦੋਂ ਸਾਲ ਸਰਾਏ ਜੌਹਰੀ 'ਤੇ ਕਿਰਪਾ ਕੀਤੀ ਹੈ, ਭਾਈ ਬਾਲਾ ਮਰਦਾਨਾ ਜੀ ਨਾਲ ਸਨ, ਤਾਂ ਉੱਥੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਭਗਤ ਜਗਤਾ ਜੀ ਸੇਠ ਮੱਲ ਉਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ। ਮਹਾਰਾਜ ਮੈਂ ਬੜੇ ਲੰਮੇ ਸਮੇਂ ਤੋਂ ਤੁਹਾਡੇ ਦਰਸ਼ਨਾਂ ਦੀ ਉਡੀਕ ਵਿੱਚ ਬੈਠਾ ਸੀ, ਕਿਰਪਾ ਕਰੋ ਮੇਰਾ ਉਧਾਰ ਕਰੋ। ਮਹਾਰਾਜ ਕਹਿੰਦੇ ਭਾਈ ਤੇਰਾ ਉਧਾਰ ਹੁਣ ਨੌਵੇਂ ਸਰੂਪ ਦੇ ਵਿੱਚ ਅਸੀਂ ਆ ਕੇ ਕਰਾਂਗੇ, ਉਹ ਇੱਥੇ ਆਉਣਗੇ, ਉਸ ਰੂਪ ਵਿੱਚ ਤੇਰੀ ਮੁਕਤੀ ਕਰਾਂਗੇ। ਤਾਂ ਭਗਤ ਜਗਤਾ ਸੇਠ ਮੱਲ ਕਹਿਣ ਲੱਗਾ, ਸੱਚੇ ਪਾਤਸ਼ਾਹ ਹੁਣ ਮੇਰਾ ਬਿਰਧ ਸਰੀਰ ਹੋ ਗਿਆ, ਰੋਜ਼ਾਨਾ ਗੰਗਾ 'ਤੇ ਮੈਂ ਨਹਾਉਣ ਜਾਂਦਾ, ਫਿਰ ਨਹਾ ਕੇ ਇੱਥੇ ਬੈਠ ਕੇ ਆਪਣੇ ਘਰ ਵਿੱਚ ਤਪ ਕਰਦਾ, ਨਾਮ ਜਪਦਾ, ਸਿਮਰਨ ਕਰਦਾ, ਸੱਚੇ ਪਾਤਸ਼ਾਹ ਹੁਣ ਬਿਰਧ ਸਰੀਰ ਹੈ, ਮੈਥੋਂ ਜਾਇਆ ਨਹੀਂ ਜਾਂਦਾ ਗੰਗਾ 'ਤੇ ਨਹਾਉਣ। ਸਤਿਗੁਰੂ ਕਹਿੰਦੇ ਤੂੰ ਇੱਥੇ ਅੰਮ੍ਰਿਤ ਵੇਲੇ ਕੁੰਡ ਵਿੱਚ ਚੌਂਕੜਾ ਮਾਰ ਕੇ ਬੈਠ ਜਾ ਕਰ, ਗੰਗਾ ਆਪ ਗਊ ਦਾ ਰੂਪ ਧਾਰ ਕੇ ਤੇਰਾ ਇਸ਼ਨਾਨ ਕਰਾ ਕੇ ਜਾਇਆ ਕਰੇਗੀ। ਉਸ ਗੁਰੂ ਘਰ ਦਾ ਨਾਮ ਤਾਂ ਹੀ ਗਊ ਘਾਟ ਰੱਖਿਆ ਸਤਿਗੁਰਾਂ ਨੇ। ਸੋ ਸਾਧ ਸੰਗਤ ਜੀ ਜਦੋਂ ਨੌਵੇਂ ਪਾਤਸ਼ਾਹ ਗਏ, ਸੇਠ ਭਗਤ ਜਗਤਾ ਜੀ ਸਤਿਗੁਰਾਂ ਨੂੰ ਬੇਨਤੀ ਕਰਨ ਲੱਗੇ, ਮਹਾਰਾਜ ਕਿਰਪਾ ਕਰੋ, ਮੇਰੀ ਮੁਕਤੀ ਕਰੋ। ਮਹਾਰਾਜ ਕਹਿੰਦੇ ਦਸਵੇਂ ਸਰੂਪ ਵਿੱਚ ਤੇਰੇ ਉੱਤੇ ਸਾਰੀਆਂ ਬਖਸ਼ਿਸ਼ਾਂ ਹੋਣਗੀਆਂ, ਕਰਾਂਗੇ ਮੁਕਤੀ ਜ਼ਰੂਰ। ਬੇਨਤੀ ਕਰਕੇ ਸਤਿਗੁਰੂ ਨੂੰ ਆਪਣੇ ਘਰ ਵਿੱਚ ਰੱਖਿਆ। ਇੱਕ ਦਿਨ ਸਿੱਖ ਆਖਣ ਲੱਗੇ, ਮਹਾਰਾਜ ਤੁਹਾਡਾ ਹੁਕਮ ਹੈ ਗੁਰਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ, ਨਿਤਨੇਮ ਕਰੇ, ਬਾਣੀ ਪੜ੍ਹੇ, ਇਹ ਤੁਹਾਡਾ ਸੇਵਕ ਜਗਤਾ ਸੇਠ ਤਾਂ ਇਸ਼ਨਾਨ ਹੀ ਨਹੀਂ ਕਰਦਾ, ਕਿਰਿਆ ਮਲੀਨ ਰੱਖਦਾ। ਮਹਾਰਾਜ ਕਹਿੰਦੇ ਨਹੀਂ ਭਾਈ, ਉਦੋਂ ਤੁਸੀਂ ਅੰਮ੍ਰਿਤ ਵੇਲੇ ਸੁੱਤੇ ਹੁੰਦੇ ਹੋ, ਇਹ ਅੰਮ੍ਰਿਤ ਵੇਲੇ ਤੁਹਾਡੇ ਤੋਂ ਵੀ ਪਹਿਲਾਂ ਉੱਠ ਕੇ ਇਸ਼ਨਾਨ ਕਰਦਾ। ਕਹਿੰਦੇ ਮਹਾਰਾਜ ਇਹ ਤੋਂ ਬਹੁਤਾ ਤੁਰਿਆ ਤਾਂ ਜਾਂਦਾ ਨਹੀਂ, ਇਸ਼ਨਾਨ ਕਦੋਂ ਕਰਨ ਚਲੇ ਜਾਂਦਾ, ਅਸੀਂ ਸਾਰੇ ਗੰਗਾ 'ਤੇ ਜਾ ਕੇ ਇਸ਼ਨਾਨ ਕਰਦੇ ਹਾਂ।
ਹੋਰ ਤਾਂ ਕਿਤੇ ਇਸ਼ਨਾਨ ਦਾ ਜਲ ਹੀ ਨਹੀਂ, ਅਸੀਂ ਸਾਰੇ ਅੰਮ੍ਰਿਤ ਵੇਲੇ ਉੱਠ ਕੇ ਗੰਗਾ 'ਤੇ ਜਾਈਦਾ, ਇਸ਼ਨਾਨ ਕਰਕੇ ਆਈਦਾ। ਇਹ ਤਾਂ ਗੰਗਾ 'ਤੇ ਕਿਤੇ ਜਾਂਦੇ ਹਾਂ ਅਸੀਂ ਵੇਖਿਆ ਨਹੀਂ ਇਸ਼ਨਾਨ ਕਰਨ ਵਾਸਤੇ, ਅਤੇ ਇਸ਼ਨਾਨ ਕਿੱਥੇ ਕਰ ਲੈਂਦਾ? ਨਾ ਕੋਈ ਖੂਹ ਹੈ, ਨਾ ਕੋਈ ਜਲ ਹੈ ਇਹਦੇ ਕੋਲ, ਕੋਈ ਸਾਧਨ ਨਹੀਂ। ਮਹਾਰਾਜ ਕਹਿੰਦੇ ਚੰਗਾ ਕੱਲ੍ਹ ਨੂੰ ਅੰਮ੍ਰਿਤ ਵੇਲੇ ਆਇਓ, ਅੰਮ੍ਰਿਤ ਵੇਲੇ ਆ ਕੇ ਵੇਖਿਓ, ਪਾਸੇ ਖੜ ਕੇ ਨੇੜੇ ਨਾ ਆਇਓ। ਇਸ ਸਿੱਖ ਦਾ ਇਸ਼ਨਾਨ ਗੰਗਾ ਆਪ ਆ ਕੇ ਕਰਾਉਂਦੀ ਹੈ। ਅੰਮ੍ਰਿਤ ਵੇਲਾ ਹੋਇਆ, ਸਾਧ ਸੰਗਤ ਜੀ, ਭਾਈ ਜਗਤਾ ਸੇਠ ਆਪਣੇ ਗਲ ਵਿੱਚ ਜਿਹੜਾ ਵਸਤਰ ਚੋਲਾ ਪਾਇਆ ਸੀ ਲਾਹ ਕੇ ਇੱਕ ਪਾਸੇ ਰੱਖ ਦਿੱਤਾ, ਚੌਂਕੜਾ ਮਾਰ ਕੇ ਬੈਠ ਗਿਆ। ਗੰਗਾ ਗਊ ਦਾ ਰੂਪ ਧਾਰ ਕੇ ਆਈ ਸਾਧ ਸੰਗਤ ਜੀ, ਜਿਵੇਂ ਨਾਲ ਵਿੱਚੋਂ ਪਾਣੀ ਨਿਕਲਦਾ, ਭਾਈ ਜਗਤਾ ਐਨ ਚੌਂਕੜਾ ਮਾਰ ਕੇ ਬੈਠਾ, ਗੰਗਾ ਉਹਦੇ ਉੱਤੇ ਨਾਲ ਦੀ ਤਰ੍ਹਾਂ ਸਾਰਾ ਜਲ ਛੱਡੀ ਜਾਂਦੀ ਹੈ, ਔਰ ਭਾਈ ਜਗਤਾ ਸੇਠ ਇਸ਼ਨਾਨ ਕਰੀ ਜਾਂਦਾ। ਜਦੋਂ ਇਸ਼ਨਾਨ ਹੋ ਗਿਆ, ਗਊ ਉਸੇ ਵਕਤ ਅਲੋਪ ਹੋ ਗਈ, ਵਸਤਰ ਪਾਏ ਨਿਤਨੇਮ ਵਿੱਚ ਬੈਠ ਗਏ। ਸਿੱਖਾਂ ਨੇ ਫਿਰ ਸਤਿਗੁਰੂ ਜੀ ਨੂੰ ਦੱਸਿਆ, ਮਹਾਰਾਜ ਤੁਹਾਡਾ ਬਚਨ ਤਿੰਨ ਕਾਲ ਸੱਤ ਹੈ, ਅਸੀਂ ਗਊ ਆਈ ਦੇਖੀ ਹੈ ਔਰ ਉਸਨੇ ਜਲ ਛੱਡ ਕੇ ਆਪਣੇ ਮੁੱਖ ਵਿੱਚੋਂ ਇਹਨਾਂ ਦਾ ਇਸ਼ਨਾਨ ਕਰਾਇਆ, ਉਹ ਕੌਣ ਸੀ? ਮਹਾਰਾਜ ਕਹਿੰਦੇ ਉਹ ਗੰਗਾ ਗਊ ਦਾ ਰੂਪ ਧਾਰ ਕੇ ਇਸ ਦੀ ਸੇਵਾ ਕਰਦੀ ਹੈ, ਇਸ ਬ੍ਰਹਮ ਗਿਆਨੀ ਗੁਰਸਿੱਖ ਦੀ, ਮਹਾਂਪੁਰਖ ਦੀ। ਕਹਿਣ ਲੱਗੇ ਮਹਾਰਾਜ ਉਹ ਕਿਉਂ ਸੇਵਾ ਕਰਦੀ ਹੈ? ਕਹਿੰਦੇ ਗੰਗਾ 'ਤੇ ਬੜੇ ਪਾਪੀ ਲੋਕ ਆਪਣੇ ਪਾਪ ਛੱਡ ਜਾਂਦੇ ਹੈ, ਜਦੋਂ ਇਹ ਸਿੱਖ ਦਾ ਇਸ਼ਨਾਨ ਕਰਾ ਕੇ ਜਾਂਦੀ ਹੈ, ਇਹਦੇ ਪਵਿੱਤਰ ਸਰੀਰ ਦੇ ਨਾਲ ਜਲ ਸਪਰਸ਼ ਹੋਇਆ, ਇਸ ਥਾਂ ਤੋਂ ਚੱਲਦਾ ਚੱਲਦਾ ਗੰਗਾ ਵਿੱਚ ਜਾ ਕੇ ਪੈ ਜਾਂਦਾ, ਤਾਂ ਉਹਨਾਂ ਪਾਪੀਆਂ ਦੇ ਭਾਰ ਨੂੰ ਇਸ ਬ੍ਰਹਮ ਗਿਆਨੀ ਸਿੱਖ ਦੇ ਚਰਨਾਂ ਦੇ ਜਲ ਨਾਲ ਗੰਗਾ ਤੋਂ ਸਾਰਾ ਪਾਪੀਆਂ ਦਾ ਭਾਰ ਲੈ ਜਾਂਦਾ, ਉਹ ਵੀ ਹੌਲੀ ਹੋ ਜਾਂਦੀ। ਤੀਰਥ ਭਾਈ ਸਾਧੂਆਂ ਦੇ ਮਹਾਂਪੁਰਖਾਂ ਦੇ ਚਰਨ ਪੈਣ ਨਾਲ ਹੀ ਪਵਿੱਤਰ ਹੁੰਦੇ। ਇਹ ਜਿਹੜੇ ਕੁੰਭਾਂ ਦੇ ਮੇਲੇ ਲੱਗਦੇ ਆ, ਇਹਦਾ ਮਤਲਬ ਇਹੋ ਹੀ ਹੁੰਦਾ 12-12 ਸਾਲ ਬਾਅਦ ਕਿ ਸਾਧੂ ਬੰਦਗੀ ਵਾਲੇ ਉੱਥੇ ਆਉਣ, ਇਹ ਪਰੰਪਰਾ ਬਣਾਈ ਹੋਈ ਆ ਉਹਨਾਂ ਨੇ, ਅਤੇ ਉਹ ਇੱਥੇ ਆ ਕੇ ਤੀਰਥਾਂ 'ਤੇ ਨਾਮ ਜਪਣ, ਇਸ਼ਨਾਨ ਕਰਨ, ਤਾਂ ਕਿ ਇਹ ਤੀਰਥ ਪਾਪਾਂ ਦੇ ਭਾਰ ਤੋਂ ਹੌਲੇ ਹੋ ਜਾਣ, ਉਹਨਾਂ ਦਾ ਭਲਾ ਹੋ ਜਾਏ। ਇਹ ਕਾਰਨ ਹੈ ਮਾਘ ਮੰਜਨ ਸਿੰਘ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਨ। ਇਸ ਕਰਕੇ ਇਹ ਜਿਹੜੇ ਵੱਡੇ ਵੱਡੇ ਤੀਰਥ ਵੀ ਹੈ ਨਾ ਸੰਗਤ ਜੀ, ਇਹ ਪੂਰਨ ਮਹਾਂਪੁਰਖ ਬ੍ਰਹਮ ਗਿਆਨੀਆਂ ਦੀ ਚਰਨ ਧੂੜ ਮੰਗਦੇ ਆ ਕਿ ਸਾਡੇ ਉੱਤੇ ਆ ਕੇ ਪਵੇ, ਅਸੀਂ ਵੀ ਪਵਿੱਤਰ ਹੋ ਜਾਈਏ। ਇਹ ਪੂਰਨ ਸਾਧੂਆਂ ਦੀ ਚਰਨ ਧੂੜ ਪੈਣ ਨਾਲ ਹੀ ਪਵਿੱਤਰ ਹੁੰਦੇ ਆ, ਤਾਂ ਇਹਨਾਂ ਦੀ ਮੈਲ ਜਾਂਦੀ ਹੈ, ਨਹੀਂ ਜਾਂਦੀ ਨਹੀਂ ਹੈ। ਤੀਰਥ ਵੀ ਸ਼ਕਤੀਹੀਣ ਹੋ ਜਾਂਦੇ ਹੈ ਜੇ ਪੂਰਨ ਸਾਧੂ ਨਾ ਤੀਰਥਾਂ ਉੱਤੇ ਜਾ ਕੇ ਚਰਨ ਪਾਵੇ। ਚੌਪਈ ਗਨ ਅਗ ਕਰ ਪ੍ਰਾਣੀ ਜੇ ਮੱਜਤ, ਜਿਹੜੇ ਪ੍ਰਾਣੀ ਕਹਿੰਦੇ ਬਹੁਤ ਪਾਪ ਕਰਕੇ ਤੀਰਥਾਂ ਤੇ ਨਹਾਉਂਦੇ ਆ, ਇਸ਼ਨਾਨ ਕਰਦੇ ਆ, ਤੀਰਥ ਮਹਾ ਵਿਖੇ ਸਭ ਤੱਜਤ, ਵੱਡੇ ਵੱਡੇ ਤੀਰਥਾਂ ਤੇ ਉਹ ਆਪਣੇ ਪਾਪਾਂ ਨੂੰ ਛੱਡ ਕੇ ਆਉਂਦੇ ਹਨ, ਪਾਪਨ ਤੇ ਆਕਲ ਹੋਏ ਆਵਤ, ਪਾਪਾਂ ਤੋਂ ਬਹੁਤੇ ਵਿਆਕਲ ਦੁਖੀ ਹੋ ਕਰਕੇ ਜਿਹੜੇ ਤੀਰਥ ਹੈ, ਇਹਾ ਧੂਰ ਸੰਤਨ ਕੀ ਪਾਵਤ, ਅਰਦਾਸਾਂ ਕਰਦੇ ਹੈ ਪ੍ਰਭੂ ਹੈ ਵਾਹਿਗੁਰੂ, ਕਿਰਪਾ ਕਰ ਇੱਥੇ ਸੰਤਾਂ ਨੂੰ ਭੇਜ, ਉਹਨਾਂ ਦੀ ਚਰਨ ਧੂੜ ਸਾਡੇ ਵਿੱਚ ਪਵੇ,
ਤੇ ਸਾਡਾ ਵੀ ਪਾਰ ਉਤਾਰਾ ਹੋਵੇ। ਕਥਾ ਕੀਰਤਨ ਸੁਣ ਕਰ ਤਬ ਹੀ, ਕਹਿੰਦੇ ਜਦੋਂ ਕੀਰਤਨ ਔਰ ਕਥਾ ਉੱਥੇ ਹੁੰਦਾ ਨਾ ਤੀਰਥਾਂ ਦੇ ਉੱਤੇ, ਲੋਕ ਸੁਣਦੇ ਆ, ਸੰਗਤਾਂ ਸੁਣਦੀਆਂ ਹਨ। ਤੀਰਥ ਗਨ ਪਾਵਨ ਹੋਏ ਸਭ ਹੀ, ਸਾਰੇ ਤੀਰਥ ਕੀਰਤਨ ਕਥਾ ਸੁਣ ਕੇ ਸੰਗਤਾਂ ਦੇ ਜਾਣ ਨਾਲ, ਸਾਧੂਆਂ ਦੇ ਜਾਣ ਨਾਲ ਉਹ ਵੀ ਪਵਿੱਤਰ ਹੋ ਜਾਂਦੇ ਹਨ। ਨਾਮ ਦੀ ਕਥਾ ਕੀਰਤਨ ਦੀ ਐਡੀ ਵੱਡੀ ਮਹਾਨਤਾ ਹੈ। ਇਹ ਜਿਹੜੀ ਇੱਥੇ ਚਰਨ ਧੂੜ ਸੰਗਤ ਦੀ ਪੈਂਦੀ ਹੈ, ਸਭ ਤੋਂ ਪਵਿੱਤਰ ਹੈ ਸੰਗਤ ਦੀ। ਜਿੱਥੇ ਜਿੱਥੇ ਸੰਗਤ ਬੈਠ ਕੇ ਕੀਰਤਨ ਕਥਾ ਕਰਦੀ ਹੈ, ਉਹ ਧਰਤੀ ਤੀਰਥ ਬਣ ਜਾਂਦੀ ਹੈ। ਸਿੱਖਾਂ ਬੁੱਝੋ ਜਗ ਮੈਂ ਜੋਵੈ, ਸਿੱਖਾਂ ਨੇ ਫੇਰ ਪੁੱਛਿਆ, ਮਹਾਰਾਜ ਜੀ ਜਗਤ ਦੇ ਵਿੱਚ ਜਿੰਨੇ ਵੀ ਤੀਰਥਾਂ ਦੇਖੀਦਾ ਹੈ, ਜਲ ਸੋ ਮਲ ਕਰ ਮਲ ਕੋ ਖੋਵੈ, ਜਲ ਨਾਲ ਲਾ ਕੇ ਲੋਕ ਆਪਣੀ ਮੈਲ ਨੂੰ ਨਾਸ਼ ਕਰਦੇ ਆ, ਮੈਲ ਨੂੰ ਧੋਂਦੇ ਆ, ਪਾਣੀ ਨਾਲ ਹੀ ਸਰੀਰ ਦੀ ਮੈਲ ਦੂਰ ਹੁੰਦੀ ਹੈ, ਅਸੀਂ ਦੇਖਦੇ ਹਾਂ। ਚਰਨ ਧੂਰ ਤੇ ਮਲ ਕਿਮ ਜਾਵੈ, ਸਿੱਖਾਂ ਨੇ ਸਵਾਲ ਕਰਤਾ। ਅੱਜ ਕੱਲ੍ਹ ਦੇ ਵੀ ਕੁਝ ਬਾਹਲੇ ਨਾਸਤਕ ਇਹੋ ਜਿਹੇ ਸਵਾਲ ਕਰ ਦੇਣਗੇ, ਕਹਿੰਦੇ ਚਰਨ ਧੂੜ ਨਾਲ ਮੈਲ ਕਿਵੇਂ ਜਾਏਗੀ, ਚਰਨ ਧੂੜ ਤਾਂ ਪਾਣੀ ਥੋੜੋ ਹੈ, ਉਹ ਤਾਂ ਮਿੱਟੀ ਹੈ, ਇਹੀ ਕਹਿਣਗੇ ਨਾ ਇਹ ਲੋਕ। ਪਾਣੀ ਨਾਲ ਤਾਂ ਮੈਲ ਦੂਰ ਹੋ ਗਈ, ਮਿੱਟੀ ਲਾਉਣ ਨਾਲ ਤਾਂ ਨਹੀਂ ਨਾ ਮੈਲ ਹੋਣੀ, ਉਹ ਤਾਂ ਹੋਰ ਜੰਮ ਜਾਣੀ ਹੈ ਸਰੀਰ ਉੱਤੇ, ਇਕੱਲੀ ਮਿੱਟੀ ਮਲ ਲਓ। ਅਤੇ ਕਹਿੰਦੇ ਮਹਾਰਾਜ ਚਰਨ ਧੂੜ ਨਾਲ ਮੈਲ ਕਿਵੇਂ ਜਾਵੇਗੀ, ਸਵਾਲ ਕੀਤਾ। ਸੁਣ ਸਤਿਗੁਰ ਦ੍ਰਿਸ਼ਟਾਂਤ ਬਿਤਾ, ਸੁਣ ਕੇ ਧੰਨ ਗੁਰੂ ਅਰਜਨ ਦੇਵ ਜੀ ਨੇ ਦ੍ਰਿਸ਼ਟਾਂਤ ਦਿੱਤਾ, ਇਹਨਾਂ ਨੂੰ ਸੁਣਾਇਆ। ਸੱਜੀ ਸਾਬਣ ਮਲ ਹੀ ਹੋਵੇ, ਮਹਾਰਾਜ ਕਹਿੰਦੇ ਸੱਜੀ ਸਬੂਣ ਸਾਬਣ ਤੇ ਸਾਬਣ ਦੀ ਇੱਕ ਮੈਲ, ਇਹ ਜਿੰਨੇ ਹੈ ਸਾਰੀਆਂ ਮੈਲਾਂ ਹੀ ਆ। ਕਹਿੰਦੇ ਕਾਸ਼ਟ ਆਦਿਕ ਜੋ ਪਾ ਕੇ ਬਣਾਇਆ ਹੁੰਦਾ ਹੈ, ਦਿਨ ਤੇ ਮਲ ਬਸਤਰਨ ਕੀ ਧੋਵੈ। ਜਾਂ ਸਾਧ ਸੰਗਤ ਜੀ ਪੁਰਾਣੇ ਸਮਿਆਂ ਵਿੱਚ ਕੱਲਰ ਇਕੱਠਾ ਕਰ ਲੈਂਦੇ ਸਨ ਤੇ ਵਿੱਚ ਉਹਦੇ ਆ ਸਣ ਸੁਣ ਹੋਰ ਕਈ ਚੀਜ਼ਾਂ ਬਣਾ ਕੇ ਪਾ ਕੇ ਉਹਨੂੰ ਚੰਗੀ ਤਰ੍ਹਾਂ ਪਾਣੀ ਵਿੱਚ ਰੱਖ ਲੈਂਦੇ, ਫਿਰ ਉਹਨੂੰ ਮਿੱਟੀ ਨੂੰ ਨਤਾਰ ਕੇ ਉੱਤੇ ਪਾਣੀ ਆ ਜਾਣਾ, ਉਸ ਮੈਲ ਨਾਲ ਲੋਕ ਆਪਣੇ ਕੱਪੜੇ ਧੋਂਦੇ ਸਨ। ਪੁਰਾਣੇ ਬਜ਼ੁਰਗਾਂ ਨੂੰ ਪਤਾ ਉਹ ਮੈਲ ਹੀ ਹੁੰਦੀ ਸੀ ਸਾਰੀ, ਔਰ ਉਹ ਮਿੱਟੀ ਥੱਲੇ ਬਹਿ ਜਾਣੀ, ਮੈਲ ਵਾਲਾ ਪਾਣੀ ਉੱਤੇ ਆ ਜਾਣਾ, ਉਹਦੇ ਨਾਲ ਹੀ ਲੋਕ ਆਪਣੇ ਕੱਪੜੇ ਧੋਇਆ ਕਰਦੇ ਸਨ। ਉਹ ਸੱਜੀ ਸਾਬਣ, ਉਹਨੂੰ ਸੱਜੀ ਕਹਿ ਦਿੰਦੇ ਸਨ, ਸਾਬਣ ਆਦਿਕ ਵੀ ਇਹ ਸਾਰੀ ਕਹਿੰਦੇ ਮੈਲ ਹੀ ਹੈ ਨਾ, ਔਰ ਉਹਨਾਂ ਮੈਲਾਂ ਦੇ ਨਾਲ ਲੋਕ ਵਸਤਰਾਂ ਨੂੰ ਧੋਂਦੇ ਆ ਤੇ ਵਸਤਰ ਸਾਫ਼ ਹੋ ਜਾਂਦੇ ਆ, ਉੱਜਲ ਹੋ ਜਾਂਦੇ ਹਨ। ਤਿਮ ਸੰਤਨ ਪਦ ਰਾਜ ਅਤ ਪਾਵਨ, ਤਿਵੇਂ ਸੰਤਾਂ ਦੇ ਚਰਨਾਂ ਦੀ ਧੂੜ ਵੀ ਪਵਿੱਤਰ ਤੋਂ ਪਵਿੱਤਰ ਹੈ, ਪਰ ਸੰਤ ਪੂਰਾ ਹੋਵੇ ਗੁਰਮੁਖ। ਹੈ ਸਮਰੱਥ ਗਨ ਪਾਪ ਨਸਾਵਨ, ਉਹਨਾਂ ਕੋਲੇ ਸ਼ਕਤੀ ਹੁੰਦੀ ਹੈ ਨਾਮ ਦੀ, ਵਾਹਿਗੁਰੂ ਦੀ ਕਿਰਪਾ ਦੀ, ਕਿ ਉਹਨਾਂ ਦੇ ਚਰਨਾਂ ਦੀ ਧੂੜ ਨਾਲ ਸਾਰੇ ਪਾਪ ਮਿਟ ਜਾਂਦੇ, ਅਨਾਸ਼ ਹੋ ਜਾਂਦੇ ਹੈ। ਤਿਮ ਗੁਰ ਸ਼ਬਦ ਸਰਵਨ ਧੁਨ ਪਰੇ, ਕਹਿੰਦੇ ਇੱਥੇ ਗੁਰੂ ਕੇ ਸਿੱਖ ਸੰਤ ਵੀ ਆਉਂਦੇ ਹੈ, ਔਰ ਹਰਿਮੰਦਰ ਸਾਹਿਬ ਗੁਰੂ ਦਾ ਸ਼ਬਦ, ਗੁਰੂ ਦਾ ਕੀਰਤਨ, ਨਾਮ ਦੀ ਧੁਨ ਅੱਠੇ ਪੈਰ ਲੋਕਾਂ ਦੇ ਕੰਨਾਂ ਵਿੱਚ ਪੈਂਦੀ ਹੈ। ਪ੍ਰੇਮਾ ਭਗਤ ਉਹ ਪਾਵਨ ਕਰੇ, ਪ੍ਰੇਮਾ ਭਗਤੀ ਹਿਰਦੇ ਵਿੱਚ ਪੈਦਾ ਕਰਦੀ ਹੈ, ਪਾਪ ਸਰੋਵਰ ਦਾ ਅੰਮ੍ਰਿਤ ਜਲ ਧੋਂਦਾ, ਜਿਹੜੇ ਸਰੋਵਰ ਵਿੱਚ ਇਸ਼ਨਾਨ ਕਰਦੇ ਹੈ
ਜਿਹੜਾ ਬਾਣੀ ਦਾ ਪ੍ਰਵਾਹ ਚੱਲ ਰਿਹਾ ਅੱਠੇ ਪਹਿਰੇ ਪ੍ਰੇਮਾ ਭਗਤੀ ਹਿਰਦੇ ਵਿੱਚ ਪੈਦਾ ਕਰਦਾ ਹੈ। ਸਭ ਥਲ ਜਲ ਕੋ ਤੀਰਥ ਆਹਾ, ਜਿੰਨੇ ਵੀ ਧਰਤੀ ਦੇ ਜੋ ਵੀ ਪਵਿੱਤਰ ਤੋਂ ਪਵਿੱਤਰ ਤੀਰਥ ਹਨ, ਅਦਕ ਨਾਮ ਕੋ ਤੀਰਥ ਇਹਾ, ਸਾਰਿਆਂ ਤੋਂ ਵੱਡਾ ਨਾਮ ਪਰਮੇਸ਼ਰ ਦਾ ਤੀਰਥ ਹੈ। ਕਹਿੰਦੇ ਤੀਰਥ ਡਾਵਣ ਜਾਓ, ਤੀਰਥ ਨਾਮ ਹੈ, ਤੀਰਥਾਂ ਨਾਲੋਂ ਵੀ ਵੱਡਾ ਵਾਹਿਗੁਰੂ ਪਰਮੇਸ਼ਰ ਦਾ ਉੱਤਮ ਨਾਮ ਹੈ। ਵਿੱਚ ਜਹਾਜ਼ ਸਮ ਸ੍ਰੀ ਹਰਿਮੰਦਰ, ਮਹਾਰਾਜ ਕਹਿੰਦੇ ਉਹ ਨਾਮ ਵੀ ਅੱਠੇ ਪਹਿਰ ਇੱਥੇ ਜਪਿਆ ਜਾ ਰਿਹਾ, ਔਰ ਜਿੰਨੇ ਤੀਰਥ ਹੈ ਉਹਨਾਂ ਸਾਰਿਆਂ ਤੀਰਥਾਂ ਤੋਂ ਉੱਤਮ ਹਰਿਮੰਦਰ ਸਾਹਿਬ ਹੈ, ਅੰਮ੍ਰਿਤਸਰ ਸਾਹਿਬ। ਜਿੰਨੇ ਤੀਰਥ ਹੈ ਉਹ ਸਾਰੇ ਆਹਾ ਇੱਥੇ ਆ ਕੇ ਅੰਮ੍ਰਿਤਸਰ ਸਾਹਿਬ ਹਾਜ਼ਰੀ ਭਰ ਕੇ ਇੱਥੋਂ ਦੀ ਚਰਨ ਧੂੜ ਲੈਂਦੇ ਆ। ਵਿੱਚ ਜਹਾਜ਼ ਸਮ ਸ੍ਰੀ ਹਰਿਮੰਦਰ, ਜਿਹੜਾ ਅੰਮ੍ਰਿਤ ਸਰੋਵਰ ਦੇ ਵਿੱਚ ਹਰਿਮੰਦਰ ਸਾਹਿਬ ਬਣਾਇਆ, ਇਹ ਜਹਾਜ਼ ਦੀ ਨਿਆਈ ਹੈ। ਜਿਸ ਕੋ ਨਾਮ ਮੁਹਾਣਾ ਸੁੰਦਰ, ਜਿਵੇਂ ਪਾਣੀ ਦੇ ਜਹਾਜ਼ ਹੁੰਦੇ ਆ ਨਾ, ਨੌਕਾ ਬੇੜੀ ਬਣੀ ਹੋਈ, ਐਨ ਉਸੇ ਤਰ੍ਹਾਂ ਦਾ ਨਕਸ਼ਾ ਮੇਰੇ ਸਤਿਗੁਰੂ ਨੇ ਬਣਾਇਆ। ਔਰ ਕਹਿੰਦੇ ਜਿਹੜਾ ਨਾਮ ਹੈ ਹਰਿਮੰਦਰ ਸਾਹਿਬ ਦੇ ਅੰਦਰ ਅੱਠੇ ਪਹਿਰ ਜਪਿਆ ਜਾਂਦਾ ਕੀਰਤਨ ਰੂਪ ਵਿੱਚ, ਇਹ ਇਸ ਜਹਾਜ਼ ਦਾ ਮਲਾਹ ਹੈ, ਹਰਿਮੰਦਰ ਸਾਹਿਬ ਦਾ ਤੋਰਨ ਵਾਲਾ, ਸੰਸਾਰ ਤੋਂ ਪਾਰ ਕਰਨ ਵਾਲਾ। ਸ਼ਿਵ ਸਿਰ ਤੇ ਗਿਰ ਗੰਗ ਪ੍ਰਵਾਹੁ, ਜਿਵੇਂ ਸ਼ਿਵ ਜੀ ਦੇ ਸਿਰ ਵਿੱਚੋਂ ਗੰਗਾ ਦਾ ਪ੍ਰਵਾਹ ਉਤਰਿਆ ਹੈ, ਆਈ ਹੈ ਗੰਗਾ। ਮਿਲੇ ਪੁਚਾਵਤ ਸਾਗਰ ਮਾਹੁ, ਜਿਹੜਾ ਗੰਗਾ ਦੇ ਵਿੱਚ ਆ ਕੇ ਇੱਕ ਵਾਰੀ ਮਿਲ ਗਿਆ, ਕੋਈ ਵੀ ਵਸਤੂ ਡਿੱਗ ਪਈ ਜਾਂ ਕੋਈ ਆ ਗਿਆ, ਉਸ ਨੂੰ ਚੁੱਕ ਕੇ ਸਾਗਰ ਵਿੱਚ ਸਮੁੰਦਰ ਵਿੱਚ ਲੈ ਕੇ ਚਲੀ ਜਾਂਦੀ ਹੈ, ਗੰਗਾ ਸਮੁੰਦਰ ਵਿੱਚ ਪ੍ਰਵੇਸ਼ ਹੋ ਜਾਂਦੀ ਹੈ, ਨਾਲ ਸਾਰੀਆਂ ਵਸਤੂਆਂ ਵੀ। ਤਿਮ ਗੁਰਮੁਖ ਤੇ ਨਿਕਸੀ ਬਾਣੀ, ਐਵੇਂ ਕਹਿੰਦੇ ਗੰਗਾ ਦੀ ਤਰ੍ਹਾਂ ਸਤਿਗੁਰਾਂ ਦੇ ਮੁਖਾਰ ਬਿੰਦ ਤੋਂ ਜਿਹੜੀ ਬਾਣੀ ਉਚਾਰਨ ਹੋਈ ਹੈ ਨਾ, ਇਹੀ ਕਲਯੁਗ ਦੀ ਸਭ ਤੋਂ ਵੱਡੀ ਬਾਣੀ, ਨਾਮ ਗੰਗਾ ਆਖੋ ਭਾਈ ਵਾਹਿਗੁਰੂ। ਸਤਿਗੁਰਾਂ ਦੇ ਮੁਖ ਤੋਂ ਜਿਹੜੀ ਬਾਣੀ ਉੱਚਰੀ ਹੈ ਗੰਗਾ ਹੈ। ਪਠੈ ਵਿਚਾਰ ਕਮਾਏ ਜੋ ਪ੍ਰਾਣੀ, ਜਿਹੜਾ ਪ੍ਰਾਣੀ ਪੜ੍ਹੇਗਾ ਵਿਚਾਰੇਗਾ ਤੇ ਇਹਦੀ ਕਮਾਈ ਕਰੇਗਾ ਨਾਮ ਦੀ ਬਾਣੀ ਦੀ, ਸੋ ਪ੍ਰਭ ਕੇ ਪਗ ਸੰਗ ਮਿਲਾਵਤ। ਜਿਵੇਂ ਗੰਗਾ ਸਮੁੰਦਰ ਵਿੱਚ ਹਰ ਵਸਤੂ ਨੂੰ ਮੇਲ ਦਿੰਦੀ ਹੈ, ਇਸੇ ਤਰ੍ਹਾਂ ਬਾਣੀ ਪਰਮੇਸ਼ਰ ਦੇ ਚਰਨਾਂ ਵਿੱਚ ਲੈ ਕੇ ਚਲੀ ਜਾਂਦੀ ਹੈ, ਸਿੱਖ ਨੂੰ ਵਾਹਿਗੁਰੂ ਦੇ ਚਰਨਾਂ ਵਿੱਚ ਨਿਵਾਸ ਪ੍ਰਾਪਤ ਹੋ ਜਾਂਦਾ, ਮਿਲ ਪੈਂਦਾ ਹੈ ਸਿੱਖ। ਬਹੁਰ ਬ੍ਰਹਮ ਮਹਿ ਮਿਲ ਪੋ ਪਾਵਤ, ਫਿਰ ਬ੍ਰਹਮ ਵਾਹਿਗੁਰੂ ਵਿੱਚ ਜੀਵ ਮਿਲ ਪੈਂਦਾ, ਇਕਮਿਕ ਹੋ ਜਾਂਦਾ ਹੈ। ਦੋਨੋਂ ਤੀਰਥ ਇਹਾਂ ਵਿਸਾਲੇ, ਉਹ ਤੀਰਥ ਤਾਂ ਇਕੱਲੇ ਤੀਰਥ ਹੀ ਹੈ, ਇੱਥੇ ਦੋਨੋਂ ਹੀ ਤੀਰਥ ਹਨ ਵੱਡੇ ਅੰਮ੍ਰਿਤਸਰ ਸਾਹਿਬ ਵਿਖੇ। ਜਨ ਕੋ ਕਰਹਿ ਨਿਹਾਲ ਸੁਖਾਲੇ, ਸੇਵਕਾਂ ਨੂੰ ਨਿਹਾਲ ਦੁੱਖਾਂ ਤੋਂ ਰਹਿਤ ਅਤੇ ਸੁਖ ਬਖਸ਼ਣ ਵਾਲੇ ਹੈ। ਇੱਥੇ ਅੰਮ੍ਰਿਤ ਜਲ ਵੀ ਹੈ, ਨਾਮ ਰੂਪ ਜਲ ਵੀ ਹੈ, ਦੋਨੋਂ ਹੀ ਤੀਰਥ ਹਨ। ਨਾਮ ਦਾ ਤੀਰਥ ਵੀ ਹੈ, ਅੰਮ੍ਰਿਤ ਜਲ ਦਾ ਤੀਰਥ ਵੀ ਹੈ, ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ। ਵਿਸ਼ਨ ਰੂਪ ਬਨ ਪੁਰਖ ਅਕਾਲ, ਅਕਾਲ ਪੁਰਖ ਪਰਮੇਸ਼ਰ ਨੇ ਵਿਸ਼ਨੂੰ ਦਾ ਰੂਪ ਧਾਰ ਕਰਕੇ ਕਰੇ ਸਵਾਸ ਤੇ ਬੇਦ ਵਿਸਾਲ, ਆਪਣੇ ਸਵਾਸਾਂ ਵਿੱਚੋਂ ਵੇਦਾਂ ਦੀ ਰਚਨਾ ਕੀਤੀ ਹੈ। ਜਿਹੜੇ ਵੇਦ ਹੈ ਨਾ, ਇਹ ਈਸ਼ਰ ਦੇ ਸਵਾਸ ਮੰਨੇ ਹਨ, ਵੇਦ ਜਿੰਨੇ ਵੀ ਚਾਰੇ ਹੈ। ਦਵਾਦਸ਼ ਮਹਾਵਾਕ ਕੋ ਪਾਏ, ਬਾਰਾਂ ਜਿਹੜੇ ਸਾਧ ਸੰਗਤ ਜੀ ਮਹਾਵਾਕ ਹਨ, ਅਸਲ ਤਾਂ
ਇਹ ਥੋੜ੍ਹੀ ਵਿਚਾਰ ਵਾਲੀ ਵਿਚਾਰ ਹੈ ਇੱਕ ਮਿੰਟ ਦੀ। ਜਿਹੜਾ ਪ੍ਰਗਿਆਨਮਾਨੰਦ ਬ੍ਰਹਮ, ਇਹ ਰਿਗ ਵੇਦ ਦਾ ਮਹਾਂਵਾਕ ਹੈ। ਮਹਾਂਵਾਕ ਹੁੰਦੇ ਉੱਤਮ ਬਚਨ, ਸੱਤ ਬਚਨ, ਉੱਤਮ ਸਲੋਕ ਸਾਧ ਕੇ ਬਚਨ, ਅਮਲੀਕ ਲਾਲ ਇਹ ਰਤਨ। ਔਰ ਅਹੰ ਬ੍ਰਹਮ ਅਸਮੀ, ਇਹ ਜੁਜਰ ਵੇਦ ਦਾ ਮਹਾਂਵਾਕ ਹੈ। ਇਸੇ ਤਰ੍ਹਾਂ ਤੱਤਮ ਅਸੀ ਜਿਹੜਾ ਹੈ, ਇਹ ਸ਼ਾਮ ਵੇਦ ਦਾ ਵਾਕ ਹੈ। ਔਰ ਅਯੰ ਆਤਮਾ ਬ੍ਰਹਮ, ਇਹ ਸਾਧ ਸੰਗ ਜੀ ਅਥਰਵ ਵੇਦ ਦਾ ਮਹਾਂਵਾਕ ਹੈ। ਵੇਦਾਂ ਦੇ ਵਿੱਚ ਚਾਰ ਹੀ ਮਹਾਂਵਾਕ ਹਨ ਕੇਵਲ। ਮਹਾਂਵਾਕ ਜਿਹੜੇ ਹੈ ਉਹ ਜੀਵ ਈਸ਼ ਦੀ ਏਕਤਾ ਦੇ ਬੋਧਕ ਹਨ। ਜੀਵ ਨੂੰ ਰੱਬ ਨਾਲ ਮਿਲਾਉਣ ਵਾਲੇ ਜਿਹੜੇ ਮਹਾਂਵਾਕ ਬਚਨ ਹੈ ਉਹਨਾਂ ਨੂੰ ਮਹਾਂਵਾਕ ਕਿਹਾ ਹੈ। ਹੁਣ ਤੁਸੀਂ ਦਿਲ ਦੀ ਗਹਿਰਾਈ ਵਿੱਚ ਵਿਚਾਰ ਕਰੋ, ਇੱਕ ਇੱਕ ਵੇਦ ਵਿੱਚ ਇੱਕੋ ਇੱਕ ਮਹਾਂਵਾਕ ਆਇਆ ਜਿਹੜਾ ਜੀਵ ਈਸ਼ ਦੀ ਏਕਤਾ ਕਰਾਉਂਦਾ, ਜਾਂ ਸੌਖਾ ਸਮਝ ਲਓ ਜੀਵ ਦੀ ਰੱਬ ਨਾਲ ਏਕਤਾ ਕਰਾ ਦਿੰਦਾ, ਜੀਵ ਨੂੰ ਰੱਬ ਵਿੱਚ ਜੋੜ ਦਿੰਦਾ, ਮਿਲਾ ਦਿੰਦਾ, ਇਹ ਸੌਖਾ ਸਮਝ ਆ ਜਾਏਗਾ। ਔਰ ਗੁਰਬਾਣੀ ਜਿੰਨੀ ਹੈ ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਸਾਰੀ ਮਹਾਂਵਾਕ ਹੈ। ਅਜੇ ਵੀ ਸਾਨੂੰ ਕਦਰ ਨਹੀਂ, ਐਡੀ ਵੱਡੀ ਦਾਤ ਸਤਿਗੁਰਾਂ ਨੇ ਸਾਡੀ ਝੋਲੀ ਵਿੱਚ ਪਾਈ ਹੈ। ਜਿਹੜੇ ਵੈਸ਼ਨਵ ਸੰਪਰਦਾਏ ਦੇ ਲੋਕ ਹੈ ਨਾ ਸੰਗਤ ਜੀ, ਉਹ 12 ਮਹਾਂਵਾਕ ਮੰਨਦੇ, ਵੈਸੇ ਹਨ 4 ਹੀ, ਪਰ ਉਹਨਾਂ ਨੇ ਕਲਪੇ ਹੋਏ ਹੈ ਕਿ ਮਹਾਂਵਾਕ 12 ਹਨ। ਉਹਨਾਂ ਦੀ ਕਲਪਨਾ, ਉਹਨਾਂ ਨੇ ਕਲਪੇ ਹੋਏ ਹੈ। ਉਹਨਾਂ ਨੇ ਕਲਪਲੇ ਇਸ ਤਰ੍ਹਾਂ ਕਿ ਇੱਕ ਇੱਕ ਮਹਾਂਵਾਕ ਦੇ 3-3 ਹਿੱਸੇ ਕਰ ਲਏ। ਜਿਵੇਂ ਪ੍ਰਗਿਆਨਮਾਨੰਦ ਬ੍ਰਹਮ, ਉਹਨਾਂ ਨੇ 3 ਹਿੱਸੇ ਕਰ ਲਏ, ਪ੍ਰਗਿਆ, ਪ੍ਰਗਿਆਨਮਾ, ਆਨੰਦ ਔਰ ਬ੍ਰਹਮ। ਪ੍ਰਗਿਆਨਮੰ, ਆਨੰਦ ਔਰ ਬ੍ਰਹਮ, ਇਹ 3 ਹਿੱਸੇ ਹੋ ਗਏ। ਇਸੇ ਤਰ੍ਹਾਂ ਸਾਧ ਸਿੰਘ ਜੀ ਜੁਜਰ ਵੇਦ ਦਾ ਜਿਹੜਾ ਮਹਾਂਵਾਕ ਹੈ, ਮਹਾਂਵਾਕ ਹੈ ਅਹੰ ਬ੍ਰਹਮ ਅਸਮੀ, ਉਹਦੇ 3 ਹਿੱਸੇ ਬਣਾ ਲਏ, ਅਹੰ ਬ੍ਰਹਮ ਔਰ ਅਸਮੀ, ਇਹ 6 ਹੋ ਗਏ ਨਾ। ਇਸੇ ਤਰ੍ਹਾਂ ਸ਼ਾਮ ਵੇਦ ਦਾ ਮਹਾਂਵਾਕ ਹੈ ਤੱਤਮ ਅਸੀ, ਜਦੋਂ ਇਕੱਠਾ ਬੋਲਾਂਗੇ ਤੱਤਮ ਅਸੀ, ਤੱਤ ਅਵੰਗ ਮਸੀ, ਇਹ 3 ਹਿੱਸੇ ਹੋ ਗਏ ਉਹਦੇ। ਔਰ ਇਸੇ ਤਰ੍ਹਾਂ ਅਥਰਵ ਵੇਦ ਦਾ ਮਹਾਂਵਾਕ ਹੈ ਵਾਕ ਅਯੰ ਆਤਮਾ ਬ੍ਰਹਮ, ਇਹਦੇ 3 ਹਿੱਸੇ ਕਰ ਲਓ, ਅਯੰ ਵੱਖਰਾ, ਆਤਮਾ ਵੱਖਰਾ ਔਰ ਬ੍ਰਹਮ ਵੱਖਰਾ, ਇਹ 12 ਬਣ ਗਏ। ਇਹਨਾਂ ਨੂੰ ਦਵਾਦਸ ਮਹਾਂਵਾਕ ਕਿਹਾ ਉਹਨਾਂ ਨੇ, ਵੈਸ਼ਨਵ ਸੰਪਰਦਾਇ ਦੇ ਲੋਕਾਂ ਨੇ 12 ਮਹਾਂਵਾਕ ਕਲਪੇ, ਤਤ ਅਵੰਗ ਮਸੀ। ਇਉਂ ਇਹ ਇੱਕ ਇੱਕ ਵਿੱਚੋਂ 3, 3 × 6, 6 × 12, ਇਹ 12 ਮਹਾਂਵਾਕ ਹੋ ਗਏ। ਇਹ ਤੁਹਾਡੇ ਪੜ੍ਹਨ ਵਾਲੇ ਸਿੰਘਾਂ ਦੇ ਲਈ ਗਿਆਨ ਵਾਲੀ ਵਿਚਾਰ ਹੈ। ਕਈ ਵਾਰੀ ਇਹ ਵਿਚਾਰ ਆ ਜਾਂਦੀ ਹੈ, ਕਈ ਵਾਰੀ ਪੜ੍ਹਨ ਵਾਲਾ ਵਿਦਿਆਰਥੀ ਇਹ ਭ੍ਰਾਂਤੀ ਵਿੱਚ ਪੈ ਜਾਂਦਾ ਵੀ ਮਹਾਂਵਾਕ ਤਾਂ 4 ਹੈ, 12 ਕਿੱਦਾਂ ਹੋ ਗਏ। ਦੂਸਰੇ ਧਰਮ ਦੇ ਵੀ ਤੁਹਾਡੇ 'ਤੇ ਸਵਾਲ ਕਰਨਗੇ, ਇਹਦੇ ਆਤਮ ਪ੍ਰਕਾਸ਼ ਵਿੱਚ ਇਹ ਮਹਾਂਵਾਕ 4 ਆਏ ਹੈ, ਤੁਸੀਂ ਪੜ੍ਹਦੇ ਹੋ, ਤੁਹਾਨੂੰ ਪਤਾ ਹੈ, ਅਧਿਆਤਮ ਵਿੱਚ 4 ਹੀ ਆਏ ਹੈ, ਹੋਰ ਗ੍ਰੰਥਾਂ ਵਿੱਚ ਵੀ, ਅਤੇ 12 ਕਿਵੇਂ ਹੋ ਗਏ।
ਬਾਰਾਂ ਇਸ ਤਰ੍ਹਾਂ ਬਣੇ ਆ। ਇਸ ਕਰਕੇ ਇਹਨਾਂ ਨੂੰ ਦੁਆਦਸ਼ ਮਹਾਵਾਕ ਕਿਹਾ ਹੈ। ਕਹਿੰਦੇ ਵੀ ਵੇਦਾਂ ਵਿੱਚ ਇਹ ਚਾਰ ਮਹਾਵਾਕ ਮੂਲ ਸਰੋਤ ਹਨ। ਅੱਗੇ ਉਹਨਾਂ ਨੇ ਕਲਪ ਲਏ, ਬਣਾ ਲਏ, ਇਉਂ ਕਹਿ ਲਓ ਕਲਪ ਲਿਆ ਕੀ ਬਣਾ ਲਿਆ। ਵੈਸ਼ਨਵ ਸੰਪਰਦਾਇ ਵਾਲਿਆਂ ਨੇ ਇਹ ਮਹਾਂਵਾਕ, ਔਰ ਧੰਨ ਭਾਈ ਸੰਤੋਖ ਸਿੰਘ ਜੀ ਦੀ ਵਿਦਵਤਾ ਦਾ ਬਾ ਕਮਾਲ ਦੇਖੋ, ਕਿੱਥੋਂ ਕਿੱਥੋਂ ਉਹਨਾਂ ਨੇ ਕਿੰਨਾ ਡੂੰਘਾ ਗਿਆਨ ਇਹਨਾਂ ਗ੍ਰੰਥਾਂ ਦੇ ਵਿੱਚ, ਗੁਰਪ੍ਰਤਾਪ ਸੂਰਜ ਵਿੱਚ, ਨਾਨਕ ਪ੍ਰਕਾਸ਼ ਵਿੱਚ ਰੱਖਿਆ। ਉਹ ਅੱਜ ਕੱਲ੍ਹ ਦੇ ਜਿਹੜੇ ਨਵੀਨ ਲੋਕ ਹੈ ਨਾ, ਪ੍ਰਚਾਰਕ, ਇਹ ਤਾਂ ਇਹਨਾਂ ਗ੍ਰੰਥਾਂ ਦੀ ਨਿੰਦਿਆ ਕਰਦੇ ਹੈ, ਇਹਨਾਂ ਨੂੰ ਵਿਚਾਰਿਆਂ ਨੂੰ ਇਹਨਾਂ ਦੀ ਕਥਾ ਹੀ ਨਹੀਂ ਕਰਨੀ ਆਉਂਦੀ। ਇਹ ਕਥਾ ਨਹੀਂ ਕਰ ਸਕਦੇ, ਟੀਕਿਆਂ ਨਾਲ ਕਥਾ ਨਹੀਂ ਹੁੰਦੀ, ਕਥਾ ਪੜ੍ਹ ਕੇ ਹੁੰਦੀ ਹੈ ਵਿਦਵਾਨਾਂ ਕੋਲੋਂ। ਦਮਦਮੀ ਟਕਸਾਲ ਵਿੱਚ ਰਹਿ ਕੇ, ਸੰਪਰਦਾਵਾਂ ਵਿੱਚ ਰਹਿ ਕੇ, ਵਿਦਵਾਨਾਂ ਦੀ ਸੰਗਤ ਕਰ ਕਰਕੇ ਜਦੋਂ ਵਿੱਦਿਆ ਪੜ੍ਹੋਂਗੇ, ਪੜ੍ਹਦਿਆਂ ਪੜ੍ਹਦਿਆਂ ਮਿਹਨਤਾਂ ਕਰਦਿਆਂ ਇਹ ਚੀਜ਼ਾਂ ਦਾ ਜਦੋਂ ਨਿਰਣਾ ਹੋਏਗਾ, ਫਿਰ ਅੱਗੇ ਆਪਾਂ ਵਿਆਖਿਆ ਕਰ ਸਕਦੇ ਹਾਂ। ਇਹ ਲੋਕ ਤਾਂ ਇਹਨਾਂ ਗ੍ਰੰਥਾਂ ਦੇ ਉਲਟ ਬੋਲਦੇ ਆ ਗੁਰ ਇਤਿਹਾਸ ਦੇ, ਕਿ ਇਹਨਾਂ ਨੂੰ ਵਿਚਾਰਿਆਂ ਨੂੰ ਇਹ ਵਿੱਦਿਆ ਹੀ ਨਹੀਂ ਇਹਨਾਂ ਨੇ ਪੜ੍ਹੀ, ਉਤਲੇ ਉਤਲੇ ਲੈਕਚਰ ਜੇ ਯਾਦ ਕਰਕੇ ਲੋਕਾਂ ਨੂੰ ਸੁਣਾਈ ਜਾਂਦੇ ਹੈ। ਨਿੱਗਰ ਵਿੱਦਿਆ ਨਹੀਂ ਇਹ ਪ੍ਰਾਪਤ ਕਰਦੇ। ਜੇ ਪੜ੍ਹੇ ਹੋਣ, ਮਿਹਨਤ ਮੁਸ਼ਕਤ ਕਿਸੇ ਉਸਤਾਦਾਂ ਕੋਲ ਬੈਠ ਕੇ ਕੀਤੀ ਹੋਈ ਹੋਵੇ, ਜੀਵਨ ਦਾ ਹਿੱਸਾ ਵੱਡਾ ਵਿੱਦਿਆ ਪੜ੍ਹਨ ਵਿੱਚ ਲਾਇਆ ਹੋਵੇ, ਫੇਰ ਹੀ ਅੱਗੇ ਸੁਣਾਉਣਗੇ ਨਾ। ਅਤੇ ਆਮ ਬੰਦਾ ਤਾਂ ਭੁਲੇਖੇ ਵਿੱਚ ਪੈ ਜਾਂਦਾ ਵੀ ਦੁਆਦਸ਼ ਮਹਾਂਵਾਕ ਕਿਵੇਂ ਆ ਗਏ, ਬਾਰਾਂ ਮਹਾਂਵਾਕ ਤਾਂ ਹੋ ਹੀ ਨਹੀਂ ਸਕਦੇ, ਮਹਾਂਵਾਕ ਤਾਂ ਚਾਰ ਹਨ, ਬਾਰਾਂ ਕਿਵੇਂ ਬਣ ਗਏ। ਉਹ ਬਾਰਾਂ ਇਸ ਤਰ੍ਹਾਂ ਬਣੇ ਹਨ, ਚਲੋ ਰਹੋ ਵਿਚਾਰ। ਇਸ ਕਰਕੇ ਕਹਿੰਦੇ ਮਹਾਂਵਾਕ ਜਿਹੜੇ ਹੈ ਇਹ ਵੇਦਾਂ ਦਾ ਨਿਚੋੜ ਮੰਨੇ ਆ, ਵੇਦਾਂ ਨੂੰ ਬ੍ਰਹਮ ਦਾ ਸਵਾਸ ਮੰਨਦੇ ਹੈ। ਵੇਦ ਬਾਣੀ ਨੂੰ ਜਿਹੜੇ ਸਨਾਤਨ ਧਰਮ ਵਾਲੇ ਹੈ ਨਾ, ਇਹ ਕਹਿੰਦੇ ਬ੍ਰਹਮ ਦੇ, ਪਰਮੇਸ਼ਰ ਦੇ ਕਹਿ ਲਓ ਇਹ ਸਵਾਸ ਹਨ, ਔਰ ਇਹ ਬਾਰਾਂ ਮਹਾਂਵਾਕ ਹਨ, ਵਿਸ਼ੇਸ਼ ਹਨ ਇਹ ਉਹ ਤੋਂ ਵੀ, ਕਿਉਂਕਿ ਜਿਹੜਾ ਵੇਦ ਆ ਉਹਦੇ ਵਿੱਚ ਤਿੰਨ ਤਰ੍ਹਾਂ ਦਾ ਜ਼ਿਆਦਾ ਵਰਣ ਹੈ, ਕਰਮ, ਉਪਾਸ਼ਨਾ ਔਰ ਗਿਆਨ। ਕਰਮ ਦਾ ਤਿੰਨ ਹਿੱਸੇ, ਵੇਦ ਦੇ ਚਾਰ ਹਿੱਸੇ ਹੈ। ਵੇਦਾਂ ਵਿੱਚੋਂ ਸਭ ਤੋਂ ਵੱਡਾ ਵਿਸਥਾਰ ਕਰਮ ਫਿਲਾਸਫੀ ਦਾ, ਇਉਂ ਕਹਿ ਲਓ ਕਰਮ ਕਾਂਡ ਦਾ ਹੀ ਜ਼ਿਕਰ ਕਰੀ ਜਾਂਦਾ ਵੇਦ। ਉਪਾਸ਼ਨਾ ਉਹ ਤੋਂ ਘੱਟ ਗਈ, ਅਤੇ ਗਿਆਨ ਦੇ ਤਾਂ ਚਾਰੇ ਮਹਾਂਵਾਕ ਉਹਨਾਂ ਕੋਲ ਰਹਿ ਗਏ ਕੇਵਲ। ਇਸ ਕਰਕੇ ਇਹ ਮਹਾਂਵਾਕਾਂ ਨੂੰ ਧਾਰਨ ਕੀਤਾ ਹੋਇਆ ਹੈ ਵੇਦਾਂ ਦੇ ਅੰਦਰ। ਕਮਲਾਸਨ ਵਿਸਤਾਰ ਉਪਾਏ, ਬ੍ਰਹਮਾ ਨੇ ਵੇਦ ਨਹੀਂ ਲਿਆਂਦੇ, ਬ੍ਰਹਮਾ ਨੇ ਵੇਦਾਂ ਦਾ ਵਿਸਥਾਰ ਕੀਤਾ। ਇਸ ਕਰਕੇ ਕਮਲਾਸਨ ਨਾਮ ਬ੍ਰਹਮਾ ਦਾ, ਬ੍ਰਹਮਾ ਨੇ ਅੱਗੇ ਚਾਰੇ ਵੇਦਾਂ ਦਾ ਬਹੁਤ ਵਿਸਥਾਰ ਕਰ ਦਿੱਤਾ ਹੈ। ਬਹੁਰ ਵਿਆਸ ਨੇ ਬਹੁ ਵਿਸਤਾਰੇ, ਅੱਗੋਂ ਫਿਰ ਵਿਆਸ ਰਿਸ਼ੀ ਨੇ ਹੋਰ ਵੱਡਾ ਵਿਸਥਾਰ ਕਰ ਦਿੱਤਾ ਵੇਦਾਂ ਦਾ। ਵੇਦਾਂ ਦੇ ਅਸਲੀ ਚਾਰ ਹੀ ਸੂਤਰ ਸਨ, ਵਿਗਿਆਨਮਾਨੰਦ ਬ੍ਰਹਮ, ਅਯੰ ਆਤਮਾ, ਤੱਤਮ ਅਸੀ, ਇਸੇ ਹੀ ਤਰ੍ਹਾਂ ਅਹੰ ਬ੍ਰਹਮ ਅਸਮੀ। ਇਹ ਚਾਰ ਜਿਹੜੇ ਮਹਾਂਵਾਕ ਇਹੀ ਵੇਦਾਂ ਦੇ ਨਿਚੋੜ ਸਨ। ਅੱਗੇ ਫਿਰ ਵਿਸਥਾਰ ਹੁੰਦਾ 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 ਇੰਨਾ ਵੱਡਾ ਹੋ ਗਿਆ ਕਿ ਹੁਣ ਤਾਂ ਅੰਤ ਹੀ ਨਹੀਂ। ਬ੍ਰਹਮਾ ਨੇ ਬਹੁਤ ਵੱਡਾ ਵਿਸਥਾਰ ਕਰਤਾ, ਵਿਆਸ ਨੇ ਉਸ ਤੋਂ ਵੱਡਾ ਟੀਕਾ ਕਰਤਾ ਵੇਦਾਂ ਦਾ, ਸੁਰਤੀਆਂ ਬਣਾਤੀਆਂ, ਉਪਨਿਸ਼ਦਾਂ ਬਣਾਤੀਆਂ, 27 ਸਿਮਰਤੀਆਂ ਬਣ ਗਈਆਂ,
108 ਉਪਨਿਸ਼ਦ ਆ ਗਈ, ਇਹ ਸਾਰਾ ਵੇਦਾਂ ਦਾ ਹੀ ਅੱਗੇ ਵਿਸਥਾਰ ਆ ਜਾਂਦਾ। ਔਰ ਜਿਹੜੇ ਪੁਰਾਣ ਹੈ ਇਹਨਾਂ ਦੇ ਵਿੱਚ ਜਿੰਨੀ ਵੀ ਸਾਧ ਸੰਗਤ ਦੀ ਕਥਾ ਹੈ ਉਹ ਵੀ ਵੇਦ ਵਿਆਸ ਨੇ ਲਿਖੀ ਹੈ ਸਾਰੀ। ਇਹ ਬਹੁਤ ਵੱਡਾ ਵਿਸਥਾਰ ਜਿਹੜਾ ਵਿਆਸ ਨੇ ਅੱਗੇ ਬਣਾ ਦਿੱਤਾ ਹੈ। ਜੋ ਪਰਵਿਰਤ ਭਏ ਜਗ ਸਾਰੇ, ਜੋ ਸਾਰੇ ਸੰਸਾਰ ਵਿੱਚ ਪਰਵਿਰਤ ਹੋ ਗਏ ਹਨ, ਤਿਸੀ ਅਕਾਲ ਪੁਰਖ ਤਨ ਥੀਏ। ਹੁਣ ਉਹ ਆਪਣੇ ਘਰ ਵਿੱਚ ਕਹਿੰਦੇ ਉਸੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪਣਾ ਤਨ ਮਨੁੱਖਾ ਜਾਮੇ ਵਿੱਚ ਧਾਰਿਆ, ਜਿਹਦੇ ਦੁਆਰਾ ਇਹ ਵੇਦ ਰਚੇ ਗਏ ਮੰਨੇ ਆ। ਸੰਤ ਰੂਪ ਸ਼੍ਰੀ ਨਾਨਕ ਭਏ, ਉਹ ਅਕਾਲ ਪੁਰਖ ਸ਼ਾਂਤ ਸਰੂਪ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਏ ਮਾਤ ਲੋਕ ਤੇ। ਅਕਾਲ ਪੁਰਖ ਦਾ ਸਰੂਪ, ਇੱਥੇ ਸ਼ੰਤ ਸ਼ਬਦ ਦਾ ਅਰਥ ਸ਼ਾਂਤ ਸਰੂਪ ਲਾਉਣਾ। ਸ਼ਾਂਤ ਸਰੂਪ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਏ ਸੰਸਾਰ ਦਾ ਭਲਾ ਕਰਨ ਵਾਸਤੇ। ਜਿਸ ਵਿਸ਼ਨੂੰ ਨੇ ਅਕਾਲ ਪੁਰਖ ਕੋਲੋਂ ਸ਼ਕਤੀ ਲੈ ਕੇ ਅੱਗੇ ਤੋਂ ਅੱਗੇ ਵੇਦਾਂ ਦੀ ਰਚਨਾ ਹੋਈ, ਜਿਸ ਦੁਆਰਾ ਵੈਸੇ ਤਾਂ ਸਨਾਤਨ ਧਰਮ ਵਾਲੇ ਜਿਹੜੇ ਵੇਦ ਨੂੰ ਈਸ਼ਰ ਬਾਣੀ ਮੰਨਦੇ ਹੈ, ਆਪਾਂ ਨੂੰ ਉਹਨਾਂ ਦੇ ਨਿਸ਼ਚੇ ਅਤੇ ਕਦੇ ਨੁਕਤਾਚੀਨੀ ਅਤੇ ਸ਼ੰਕਾ ਨਹੀਂ ਕਰਨਾ ਚਾਹੀਦਾ। ਪਰ ਉਹ ਅੱਗੇ ਤੋਂ ਅੱਗੇ ਕਿਵੇਂ ਉਹ ਭਗਵਾਨ ਵਿਸ਼ਨੂੰ ਦੁਆਰਾ ਪ੍ਰਵਿਰਤ ਹੋਏ, ਰਹੁ ਵਿਚਾਰ। ਤੋ ਅੱਗੇ ਫਿਰ ਬ੍ਰਹਮਾ ਨੇ ਵਿਸਤਾਰ ਕਰਤਾ, ਵਿਆਸ ਨੇ ਉਹ ਤੋਂ ਵੱਡਾ ਵਿਸਥਾਰ ਕਰ ਦਿੱਤਾ। ਇੱਥੇ ਫਿਰ ਉਦਾਹਰਣ ਸਿੱਖਾਂ ਨੂੰ ਦਿੱਤੀ ਹੈ, ਸਿੱਖਾਂ ਨੂੰ ਸਮਝਾਉਣ ਲਈ ਕਿ ਉਹੀ ਅਕਾਲ ਪੁਰਖ ਦਾ ਜਾਮਾ ਸ਼ਾਂਤ ਸਰੂਪ ਵਿੱਚ, ਜਿਸ ਨੇ ਵੇਦਾਂ ਨੂੰ, ਵੇਦਾਂ ਦੇ ਮਹਾਂਬਾਗ ਭਗਵਾਨ ਵਿਸ਼ਨੂੰ ਨੇ, ਭਗਵਾਨ ਵਿਸ਼ਨੂੰ ਨੂੰ ਜਿਹਨੇ ਇਹ ਦਾਤ ਦਿੱਤੀ, ਉਹ ਕਹਿ ਲਓ ਵੀ ਜਿਸ ਈਸ਼ਰ ਨੇ, ਜਿਸ ਪਰਮਾਤਮਾ ਨੇ ਵੇਦ ਰਚਣ ਦੀ ਸ਼ਕਤੀ ਕਹਿ ਲਓ ਜਾਂ ਮਹਾਂਵਾਕ ਕਹਿ ਲਓ, ਇਹ ਈਸ਼ਰ ਕਿਰਤ ਜੋ ਰਚਨਾ ਸੀ ਭਗਵਾਨ ਵਿਸ਼ਨੂੰ ਨੂੰ ਦਿੱਤੀ, ਕਹਿੰਦੇ ਉਹੀ ਪਰਮਾਤਮਾ ਕਲਯੁੱਗ ਦੇ ਵਿੱਚ ਮਨੁੱਖਾਂ ਜਾਮੇ ਵਿੱਚ ਸ਼ਾਂਤ ਸਰੂਪ ਧਾਰ ਕੇ ਧੰਨ ਗੁਰੂ ਨਾਨਕ ਸਾਹਿਬ ਆਪ ਆਏ ਸਰਗੁਣ ਵਿੱਚ। ਕਲ ਕੇ ਜੀਵ ਉਧਾਰਨ ਕਰ, ਕਲਯੁਗ ਦੇ ਜੀਵਾਂ ਦਾ ਉਧਾਰ ਕਰਨ ਵਾਸਤੇ। ਕਰੇ ਵੇਦ ਤੇ ਸ਼ਬਦ ਉਚਾਰਨ, ਉਹਨਾਂ ਦੇ ਵੇਦ ਹੈ, ਸਾਡੇ ਕੋਲ ਗੁਰਬਾਣੀ ਹੈ, ਕਿਉਂਕਿ ਉਹਨਾਂ ਨਾਲ ਸਿੱਖਾਂ ਦਾ ਵਾਦ ਵਿਵਾਦ ਚੱਲ ਰਿਹਾ। ਜਿਹੜੇ ਵੇਦਾਂ ਨੂੰ ਮੰਨਣ ਵਾਲੇ ਸਿੱਖਾਂ ਨਾਲ ਨਫ਼ਰਤ ਕਰਦੇ, ਸਿੱਖਾਂ ਨੂੰ ਨੀਵਾਂ ਦਿਖਾਉਂਦੇ ਸਨ, ਸਿੱਖਾਂ ਨੂੰ ਸਿੱਖ ਧਰਮ ਦੀ ਉੱਚਤਾ ਨੂੰ ਧੰਨ ਗੁਰੂ ਅਰਜਨ ਦੇਵ ਜੀ ਜਣਾ ਰਹੇ ਕਿ ਉਹਨਾਂ ਲੋਕਾਂ ਨੂੰ ਕਿਵੇਂ ਉੱਤਰ ਦੇਣਾ, ਉਹਨਾਂ ਦੇ ਮੁਕਾਬਲੇ ਕਿਵੇਂ ਗੁਰੂ ਕੇ ਪੰਥ ਨੇ ਖੜਨਾ, ਉਹਨਾਂ ਨੂੰ ਕਿਵੇਂ ਦੱਸਣਾ ਕਿ ਸਿੱਖੀ ਦੇ ਡੰਕੇ ਕਿਵੇਂ ਵੱਜਦੇ ਹੈ। ਭਾਵ ਇਹ ਲੈਣਾ ਇਸ ਵਿਚਾਰ ਤੋਂ ਕਿ ਕਲਯੁੱਗ ਦੇ ਵਿੱਚ ਗੁਰੂ ਨਾਨਕ ਸਾਹਿਬ ਆਏ, ਉਹਨਾਂ ਨੇ ਗਿਆਨ ਸਰੂਪ ਗੁਰੂ ਕੀ ਬਾਣੀ ਉਚਾਰਨ ਕੀਤੀ ਸਿੱਖਾਂ ਦੇ ਉਧਾਰ ਵਾਸਤੇ। ਔਰ ਇਹ ਬਾਣੀ ਵੀ ਉਹਦੇ ਕੋਲੋਂ ਹੀ ਆਈ ਹੈ, ਜਿਹਦੇ ਕੋਲੋਂ ਇਹ ਕਹਿੰਦੇ ਵੇਦ ਆਏ ਹੈ ਨਾ, ਇਹ ਬ੍ਰਾਹਮਣ ਕਹਿੰਦੇ ਵੇਦ ਉੱਤੋਂ ਆਏ ਆ, ਈਸ਼ਰ ਦੇ ਦਰ ਤੋਂ, ਰੱਬ ਦੇ ਦਰ ਤੋਂ। ਤਾਂ ਮਹਾਰਾਜ ਕਹਿੰਦੇ ਬਾਣੀ ਵੀ ਕੋਈ ਥੱਲੇ ਨਹੀਂ ਬਣਾਈ ਗਈ, ਇਹ ਬਾਣੀ ਵੀ ਉੱਤੋਂ ਹੀ ਆਈ ਹੈ। ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਬਾਣੀ ਕਹਿੰਦੇ ਸਾਡੀ ਨਹੀਂ ਉਚਾਰੀ। ਮਹਾਰਾਜ ਕਹਿੰਦੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਔਰ ਇਹ ਬਚਨ ਆਪ ਕੀਤੇ ਸਤਿਗੁਰੂ ਨੇ, ਹੋ ਆਪੋ ਬੋਲ ਨਾ ਜਾਣਦਾ,
ਮੈਂ ਕਹਿਆ ਸਭ ਹੁਕਮ ਆਓ ਜੀਓ, ਮੈਂ ਨਹੀਂ ਬੋਲਦਾ ਮਹਾਰਾਜ ਕਹਿੰਦੇ। ਇਹ ਵਾਹਿਗੁਰੂ ਦਾ ਹੁਕਮ ਸਰੂਪ ਬਾਣੀ ਹੈ, ਉਹ ਮਾਤ ਲੋਕ 'ਤੇ ਆ ਰਹੀ ਹੈ, ਪਰਮੇਸ਼ਰ ਦੀ ਭੇਜੀ ਹੋਈ ਬਾਣੀ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਬਾਣੀ ਵੇਦਾਂ ਤੋਂ ਨੀਵੀਂ ਨਹੀਂ, ਗੱਲ ਇੱਥੇ ਲਿਆਉਣੀ ਹੈ। ਉਹਨਾਂ ਨੂੰ ਕਹੋ ਵੇਦਾਂ ਨਾਲੋਂ ਘੱਟ ਨਹੀਂ ਜਾਂ ਵੇਦਾਂ ਨਾਲੋਂ ਨੀਵੀਂ ਨਹੀਂ, ਬਾਣੀ ਵੀ ਈਸ਼ਰ ਕਿਰਤ ਹੈ, ਰੱਬ ਦੀ ਬਣਾਈ ਹੋਈ ਹੈ, ਗੁਰਬਾਣੀ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੋਂ ਆਈ ਹੈ। ਸਮਝੈ ਨਰ ਮਤ ਮੰਦ ਸੁਖਾਰੇ, ਜਿਹੜੇ ਮੰਦੀ ਮਤ ਵਾਲੇ ਲੋਕ ਸਨ ਜਿਨ੍ਹਾਂ ਨੂੰ ਕੋਈ ਸਮਝ ਨਹੀਂ ਆਉਂਦੀ ਸੀ, ਉਹਨਾਂ ਦੇ ਭਲੇ ਲਈ ਸਮਝੈ ਨਰ ਮਤ ਮੰਦ ਸੁਖਾਰੇ। ਸਮਝ ਸ਼ਬਦ ਆਇਆ, ਸੰਚੈ ਨਹੀਂ ਸਮਝੈ, ਕਿ ਮੰਦੀ ਮਤ ਵਾਲਿਆਂ ਨੂੰ ਭਾਵ ਜਿਨ੍ਹਾਂ ਦੀ ਥੋੜ੍ਹੀ ਬੁੱਧੀ ਹੈ, ਘੱਟ ਘੱਟ ਅਕਲ ਹੈ, ਜਿਨ੍ਹਾਂ ਨੂੰ ਸਮਝ ਨਹੀਂ ਆਉਂਦੀ, ਉਹਨਾਂ ਦੀ ਸਮਝ ਗੋਚਰੇ ਕਰਾਉਣ ਲਈ ਸੁਖੈਨ ਭਾਈ ਇਹ ਬਾਣੀ ਮਹਾਰਾਜ ਨੇ ਰਚ ਦਿੱਤੀ। ਸੌਖੇ ਸ਼ਬਦਾਂ ਵਿੱਚ ਸਾਡੇ ਉੱਤੇ ਤਰਸ ਕੀਤਾ, ਕਿੱਥੋਂ ਸੰਸਕ੍ਰਿਤ ਪੜ੍ਹਨ ਜਾਣੀ ਸੀ, ਆਪਾਂ ਕਿਹਨੇ ਪੜ੍ਹਾਉਣੀ ਸੀ, ਪੜ੍ਹਾਉਣੀ ਕਿਹਨੇ ਸੀ? ਉਹ ਕਹਿੰਦੇ ਬ੍ਰਾਹਮਣ ਤੋਂ ਬਿਨਾਂ ਨਾ ਪੜ੍ਹ ਸਕਦਾ ਨਾ ਪੜ੍ਹਾ ਸਕਦਾ, ਖੱਤਰੀ ਪੜ੍ਹ ਸਕਦਾ ਪੜ੍ਹਾ ਨਹੀਂ ਸਕਦਾ, ਵੈ ਸੁਣ ਸਕਦਾ ਸ਼ੂਦਰ ਵਿਚਾਰਾ, ਉਹਦੇ ਤਾਂ ਕਹਿੰਦੇ ਕੰਨਾਂ ਵਿੱਚ ਸਿੱਕਾ ਢਾਲ ਦਿਓ ਅਤੇ ਜਵਾਨ ਵੱਢ ਦਿਓ ਉਹਦੀ, ਜੇ ਉਹਦੇ ਕੰਨਾਂ ਵਿੱਚ ਵੇਦ ਪੈ ਜੇ, ਸੰਸਕ੍ਰਿਤ ਬਾਣੀ ਪੈ ਜੇ, ਵੇਦਾਂ ਦੀ ਰਚਨਾ, ਅਤੇ ਆਪਾਂ ਨੂੰ ਕਿਹਨੇ ਪੜ੍ਹਾਉਣੀ ਸੀ ਸੰਸਕ੍ਰਿਤ? ਅਤੇ ਆਪਾਂ ਮੁਕਤ ਨਹੀਂ ਹੋਣਾ ਸੀ? ਸਾਡੀ ਸਮਝ ਲਈ, ਸਾਡੀ ਕਲਿਆਣ ਲਈ, ਸਾਡੇ ਉਧਾਰ ਲਈ ਮੇਰੇ ਸੱਚੇ ਪਾਤਸ਼ਾਹ ਨੇ ਸੁਖੈਨ ਇਹ ਬਾਣੀ ਸਾਨੂੰ ਬਖਸ਼ਿਸ਼ ਕੀਤੀ, ਨਾਮ ਦਾ ਖਜ਼ਾਨਾ। ਕਰ ਉਪਦੇਸ਼ ਕਰੋ ਰੋਹ ਤਾਰੇ, ਕਰੋੜਾਂ ਜੀਵ ਉਪਦੇਸ਼ ਬਾਣੀ ਦੁਆਰਾ ਦੇ ਕੇ ਤਾਰ ਦਿੱਤੇ, ਥੋੜ੍ਹੇ ਮਿੰਟ ਹੀ ਸੰਗਤ ਜੀ ਲੱਗਣਗੇ, ਪੂਰਾ ਪ੍ਰਸੰਗ ਸੁਣ ਕੇ, ਅੱਜ ਦਾ ਪ੍ਰਸੰਗ ਪੂਰਾ ਸੁਣ ਕੇ ਸਾਰੀ ਸਮਝ ਆਉਣੀ। ਕਰੋੜਾਂ ਜੀਵਾਂ ਦਾ ਉਧਾਰ ਕੀਤਾ, ਐਵੇਂ ਨਾ ਫਿਕਰ ਕਰੀ ਜਾਇਆ ਕਰੋ ਸਿੱਖ ਘੱਟ ਗਏ ਹੈ, ਸਿੱਖਾਂ ਦੀ ਗਿਣਤੀ ਥੋੜ੍ਹੀ ਰਹਿ ਗਈ, ਹਾਏ ਹੋਏ ਮਾਰੇ ਗਏ ਲੁੱਟੇ ਗਏ, ਇੱਕ ਇਹੋ ਹੀ ਰੱਟ ਲਾਈ ਤੁਰੇ ਜਾਂਦੇ ਆ। ਮਹਾਰਾਜ ਕਹਿੰਦੇ ਕਰੋੜਾਂ ਹੀ ਤਾਰਨੇ ਹੈ, 96 ਕਰੋੜ ਖਾਲਸਾ ਧਰਤੀ 'ਤੇ ਮਹਾਰਾਜ ਨੇ ਪੈਦਾ ਕਰ ਦੇਣਾ ਔਰ ਖਾਲਸੇ ਦਾ ਰਾਜ ਕਰਨਾ ਸਾਰੀ ਸ੍ਰਿਸ਼ਟੀ 'ਤੇ ਸੱਚੇ ਪਾਤਸ਼ਾਹ ਨੇ, ਕਰੋੜਾਂ ਹੀ ਤਰਨਗੇ ਇਸ ਬਾਣੀ ਨੂੰ ਸਮਝ ਕੇ ਕਮਾ ਕੇ। ਸੰਜਮ ਸੋ ਆਹਾਰ ਨਿਤ ਕਰਵੇ, ਜਿਹੜਾ ਸੰਜਮ ਨਾਲ ਭੋਜਨ ਕਰਨਾ ਦੋਨੋਂ ਵਕਤ, ਇਹੋ ਇਕਾਦਸ਼ੀ ਸਿੱਖ ਬ੍ਰਤ ਧਰਵੇ। ਮਹਾਰਾਜ ਕਹਿੰਦੇ ਸਿੱਖ ਰੋਜ਼ ਦਾ ਬ੍ਰਤ ਰੱਖਦਾ, ਜਿਹੜਾ ਸੰਜਮ ਨਾਲ ਖਾਂਦਾ, ਅਲਪ ਆਹਾਰ ਸੁਲਭ ਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ, ਅਲਪ ਥੋੜ੍ਹਾ ਭੋਜਨ ਲੋੜ ਅਨੁਸਾਰ ਜਿਹੜਾ ਖਾਣਾ, ਇਹੀ ਸਾਡਾ ਬਰਤ ਹੈ, ਬਰਤੀ ਬਰਤ ਰਹੇ ਨਿਸ਼ਕਾਮ, ਨਿਸ਼ਕਾਮਤਾ ਰੱਖਣੀ ਇਹ ਸਭ ਤੋਂ ਵੱਡਾ ਬਰਤ ਹੈ। ਪੇਟ ਭਰਿਓ ਪਸ਼ੂਆ ਜਿਉਂ ਸੋਇਓ, ਮਨੁੱਖ ਜਨਮ ਹੈ ਹਾਰਿਓ ਰੇ। ਪੰਡਿਤ ਨੇ ਬਰਤ ਰੱਖ ਲਿਆ ਇਕਾਦਸ਼ੀ ਦਾ, ਅਤੇ ਦੁਆਦਸ਼ੀ ਨੂੰ ਜਦੋਂ ਬਰਤ ਖੋਲ੍ਹਿਆ ਕਹਿੰਦਾ ਅੰਬ 125 ਚੂਪ, 60 ਘੜੇ ਰਸ ਕੇ ਪੀਏ, ਖੀਰੇ ਕਈ 1000 ਖੱਖੜੀਏ ਖੇਤ ਮੁਕਾਏ। ਉਹ ਕਹਿੰਦੇ 125 ਅੰਬ ਚੂਪ ਲਿਆ ਪੰਡਿਤ ਨੇ ਦੁਆਦਸ਼ੀ ਦਾ ਬਰਤ ਰੱਖਣ ਤੋਂ ਅਗਲੇ ਦਿਨ, ਇਕਾਦਸ਼ੀ ਦਾ ਕਹਿ ਲਓ ਦੁਆਦਸ਼ੀ ਦਾ ਕਹਿ ਲਓ, ਜਿੱਦਣ ਬਰਤ ਖੋਲ੍ਹਿਆ 125 ਅੰਬ ਚੂਪ ਲਿਆ, ਬੈਠ ਗਿਆ ਟੋਕਰੀ ਰੱਖ ਕੇ ਅੱਗੇ, ਅੰਬ 125 ਚੂਸ, 60 ਘੜੇ ਰਸ ਕੇ ਪੀਏ, 60 ਘੜੇ ਰੋਹਦੇ ਪੀ ਲਏ ਕਹਿੰਦੇ, ਜਾਂ ਰਸ ਪੀ ਲਿਆ, ਜੂਸ ਪੀ ਲਿਆ, ਖੀਰੇ ਕਈ 1000 ਖੱਖੜੀਏ ਖੇਤ ਮੁਕਾਏ, ਖੀਰੇ 1000ਾਂ ਦੀ ਗਿਣਤੀ ਵਿੱਚ ਖਾ ਗਿਆ, ਖੱਖੜੀਆਂ ਦੇ ਖੇਤ ਮੁਕਾਤੇ।
ਕਹਿੰਦੇ ਇਹ ਵਿਧ ਵਰਤ ਭਇਓ ਇਕਾਦਸੀ, ਰਾਤ ਸਬਰ ਸੋ ਹੋਏ ਰਹੋ ਭੋਰ ਹੋਏਗੀ ਦੁਆਦਸੀ। ਇਹ ਕਾਹਦਾ ਵਰਤ ਹੈ ਸਾਧ ਸਿੰਘ ਜੀ, ਪੇਟ ਭਰਿਓ ਪਸੂਆ ਜਿਉਂ ਸੋਇਓ। ਇੱਕ ਦਿਨ ਭੁੱਖਾ ਰਹਿ ਗਿਆ, ਅਗਲੇ ਦਿਨ ਮਣਾ ਮੂੰਹੀ ਅੰਨ ਖਾ ਲਿਆ। ਮਹਾਰਾਜ ਕਹਿੰਦੇ ਸਾਡਾ ਤਾਂ ਰੋਜ਼ ਦਾ ਵਰਤ ਹੈ, ਰੋਜ਼ ਦਾ ਜਿਹੜਾ ਸੰਜਮ ਚ ਵਿੱਚ ਸਿੱਖ ਖਾਂਦੇ ਹੈ। 15 ਦਿਵਸ ਨਮੈ ਸੋ ਆਵੈ, ਇਹਨਾਂ ਦਾ ਵਰਤ 15 ਦਿਨ ਬਾਅਦ, ਇੱਕ ਦਿਨ ਭੁੱਖਾ ਰਹਿੰਦੇ ਆ, ਬਾਕੀ ਐਨ ਰੱਜ ਰੱਜ ਖਾਂਦੇ ਹੈ। ਭਰ ਭਰ ਕੇ ਪ੍ਰਾਤਾਂ ਪ੍ਰਸ਼ਾਦ ਦੀਆਂ, ਖੀਰਾਂ ਦੀਆਂ, ਮੇਵਿਆਂ ਦੀਆਂ, ਫਲਾਂ ਦੀਆਂ। ਮਹਾਰਾਜ ਕਹਿੰਦੇ 15 ਦਿਨਾਂ ਵਿੱਚ ਇੱਕ ਵਾਰੀ ਆਉਂਦਾ ਜਿਹੜਾ ਇਹ ਰੱਖਦੇ ਹੈ। ਸੋ ਸਿੱਖਣ ਕੋ ਨਿਤ ਪ੍ਰਤ ਭਾਵ, ਆਦਸੀ ਵੀ 15 ਦਿਨਾਂ ਬਾਅਦ ਆਉਂਦੀ ਹੈ, ਪੁੰਨਿਆ ਮੱਸਿਆ ਵੀ 15-15 ਦਿਨਾਂ ਬਾਅਦ ਤੁਰੀਆਂ ਰਹਿੰਦੀਆਂ। ਮਹਾਰਾਜ ਕਹਿੰਦੇ ਸਿੱਖ ਤਾਂ ਨਿਤਾ ਪ੍ਰਤੀ ਵਰਤ ਰੱਖਦੇ ਆ, ਵਿਚਾਰੇ ਸੰਜਮ ਨਾਲ ਖਾਂਦੇ ਹੈ, ਆਪ ਥੋੜ੍ਹਾ ਖਾ ਕੇ ਦੂਜਿਆਂ ਦੇ ਮੂੰਹ ਵਿੱਚ ਪਾਉਂਦਾ ਸਿੱਖ ਗੁਰੂ ਦਾ। ਇਸ ਤੋਂ ਵੱਡਾ ਵਰਤ ਕੀ ਹੈ? ਇੱਕ ਵਿਚਾਰਾ ਖੇਤੀ ਕਰਦਾ, ਮਜ਼ਦੂਰੀ ਕਰਦਾ, ਵਪਾਰ ਕਰਦਾ, ਉਹ ਸੰਗਤ ਜੀ ਆਪਣੇ ਬੱਚਿਆਂ ਦੇ ਆਪਣੇ ਪੇਟ ਵਿੱਚ ਵੀ ਥੋੜ੍ਹਾ ਪਾ ਕੇ ਬਾਕੀ ਦਾ ਸੰਗਤ ਦੇ ਮੁੱਖ ਵਿੱਚ ਪਾਉਂਦਾ, ਉਸ ਤੋਂ ਵੱਡਾ ਪਰਉਪਕਾਰੀ ਕੌਣ ਹੈ? ਇਸ ਤੋਂ ਵੱਡਾ ਵਰਤ ਕੀ ਹੈ ਸਿੱਖ ਦਾ? ਸ਼੍ਰੀ ਨਾਮਦੇਵ ਵਾਕ, ਇਹ ਨਾਮਦੇਵ ਜੀ ਨੇ ਉਚਾਰੇ ਹਨ ਗੁਰਵਾਕ ਬਾਣੀ ਦੇ ਅੰਦਰ। ਰਾਮ ਸੰਗ ਨਾਮਦੇਵ ਜਨ ਕੋ ਪ੍ਰਤਗਿਆ ਆਈ। ਕਹਿੰਦੇ ਨਾਮਦੇਵ ਜੀ ਕਹਿੰਦੇ ਪਰਮੇਸ਼ਰ ਦਾ ਸੰਗ ਮਿਲ ਗਿਆ, ਮੈਨੂੰ ਸਾਥ ਮਿਲ ਗਿਆ ਨਾਮ ਦੁਆਰਾ, ਤੇ ਮੈਨੂੰ ਪੂਰਨ ਭਰੋਸਾ ਆ ਗਿਆ, ਵਿਸ਼ਵਾਸ ਆ ਗਿਆ, ਮੇਰਾ ਰੱਬ ਮੇਰੇ ਨਾਲ ਹੈ। ਅੱਠੇ ਪਹਿਰ ਮੈਂ ਨਾਮ ਤੇ ਭਰੋਸਾ ਕਰਦਾ। ਨਾਮਦੇਵ ਜੀ ਕਹਿੰਦੇ ਅੱਠੇ ਪਹਿਰ ਇਕਾਦਸੀ ਵਰਤ ਰਹਿ ਕਾਹੇ ਕੋ ਤੀਰਥ ਜਾਏ। ਮੈਂ ਇਕਾਦਸੀ ਦੇ ਵਰਤ ਕਿਉਂ ਕਰਾਂ, ਮੈਂ ਨਹੀਂ ਕਰਨੇ ਕੁਰਨੇ। ਨਾਮਦੇਵ ਜੀ ਕਹਿੰਦੇ ਮੇਰੇ ਰਹਿ ਗਏ ਸਾਰੇ ਵਰਤ ਇਕਾਦਸੀ ਕੁਦਸੀ ਦੇ, ਛੱਡ ਦਿੱਤੇ। ਮੈਂ ਕਿਉਂ ਤੀਰਥਾਂ ਤੇ ਜਾਵਾਂ, ਮੈਨੂੰ ਤਾਂ ਰੱਬ ਮਿਲ ਗਿਆ, ਰੱਬ ਦਾ ਨਾਮ ਮਿਲ ਗਿਆ, ਇਸ ਕਰਕੇ ਮੈਂ ਕਿਉਂ ਤੀਰਥਾਂ ਤੇ ਜਾਵਾਂ, ਕਿਉਂ ਵਰਤ ਰੱਖਾਂ। ਇਹ ਭਗਤ ਦਾ ਨਿਸ਼ਚਾ, ਜਿਹੜਾ ਭਗਤਾਂ ਦਾ ਉਹੀ ਗੁਰਮੁਖਾਂ ਦਾ ਗੁਰਸਿੱਖਾਂ ਦਾ ਨਿਸ਼ਚਾ ਹੈ। ਚੌਪਈ ਵਿਪਰ ਜਾਤ ਤਨ ਕੇ ਅਭਿਮਾਨੀ। ਮਹਾਰਾਜ ਕਹਿੰਦੇ ਵਿਪਰ ਬ੍ਰਾਹਮਣ ਜਾਤੀ ਦਾ ਹੀ ਅਭਿਮਾਨ ਕਰਦੇ ਆ ਵੀ ਅਸੀਂ ਉੱਚੀ ਜਾਤੀ ਵਾਲੇ ਹਾਂ। ਗੁਰਸਿੱਖ ਹੋਵੇ ਤੇ ਆਤਮ ਗਿਆਨੀ। ਮਹਾਰਾਜ ਕਹਿੰਦੇ ਹੰਕਾਰੀ ਹੈ ਪਰ ਗੁਰਸਿੱਖ ਆਤਮ ਗਿਆਨੀ ਹੈ। ਇਹ ਜਾਤੀ ਦਾ ਹੰਕਾਰ ਕਰਦਾ, ਗੁਰਸਿੱਖ ਆਤਮ ਗਿਆਨੀ, ਆਤਮ ਸਰੂਪ ਦਾ ਗਿਆਤਾ, ਪਰਮੇਸ਼ਰ ਨੂੰ ਮਿਲਿਆ ਹੋਇਆ। ਜਿਹਨੂੰ ਆਤਮ ਗਿਆਨ ਮਿਲ ਗਿਆ ਸਾਧ ਸੰਗਤ ਜੀ, ਉਹਦੇ ਲਈ ਕੋਈ ਦੁਨੀਆਂ ਦੀ ਵਿੱਦਿਆ ਪਿੱਛੇ ਰਹਿ ਗਈ? ਉਹਦੇ ਤਾਂ ਚਰਨਾਂ 'ਚ 14 ਵਿੱਦਿਆ ਹਾਜ਼ਰ ਰਹਿੰਦੀਆਂ ਅੱਠੇ ਪਹਿਰ, ਉਹਨਾਂ ਨੂੰ ਕੋਈ ਵਿੱਦਿਆ ਦੀ ਲੋੜ ਨਹੀਂ ਰਹਿ ਜਾਂਦੀ ਆਤਮ ਗਿਆਨੀ ਪੁਰਸ਼ਾਂ ਨੂੰ। ਗੁਰਸਿੱਖ ਆਤਮ ਗਿਆਨੀ ਹੈ। ਧਰਹਿ ਅਹੰ ਤਨ ਸੇ ਚੰਡਾ। ਜਿਹੜਾ ਬੰਦਾ ਜਾਤ ਦਾ ਆਪਣੇ ਸਰੀਰ ਦਾ ਹੰਕਾਰ ਕਰਦਾ, ਮਹਾਰਾਜ ਕਹਿੰਦੇ ਉਹ ਤਾਂ ਸਭ ਤੋਂ ਵੱਡਾ ਚੰਡਾਲ ਹੈ, ਨੀਚ ਹੈ। ਇਸ ਤੋਂ ਵੱਡਾ ਨੀਚ ਕੋਈ ਨਹੀਂ ਹੈ। ਚੰਡਾਲ ਦਾ ਅਰਥ ਹੁੰਦਾ ਨੀਚ ਹੈ। ਪ੍ਰੀਤ ਚਰਮ ਚਰਬੀ ਕੇ ਨਾਲ, ਉਹਦੀ ਤਾਂ ਚਮ ਤੇ ਚਰਬੀ ਨਾਲ ਪ੍ਰੀਤੀ ਹੈ ਨਾ ਉਹਦੀ, ਜਿਹੜਾ ਜਾਤੀ ਦਾ ਅਭਿਮਾਨ ਕਰਦਾ ਹੈ। ਸੋ ਬ੍ਰਾਹਮਣ ਜਿਨ ਬ੍ਰਹਮ ਪਛਾਣੇ। ਮਹਾਰਾਜ ਕਹਿੰਦੇ ਬ੍ਰਾਹਮਣ ਵੀ ਉਹ ਜਿਹਨੇ ਰੱਬ ਨੂੰ, ਬ੍ਰਹਮ ਨੂੰ ਪਛਾਣ ਲਿਆ, ਅਸਲੀ ਤਾਂ ਬ੍ਰਾਹਮਣ ਉਹ ਹੈ। ਸਭ ਘਟ ਮੈਂ ਇੱਕ ਪੂਰਨ ਜਾਣੇ। ਸਾਰੀਆਂ ਥਾਵਾਂ ਤੇ ਇੱਕ ਪੂਰਨ ਪਰਮਾਤਮਾ ਨੂੰ ਵੇਖ ਲਿਆ ਜਿਸਨੇ,
ਅਸਲੀ ਬ੍ਰਾਹਮਣ ਉਹ ਹੈ। ਕਹੋ ਕਬੀਰ ਜੋ ਬ੍ਰਹਮ ਵਿਚਾਰ। ਕਬੀਰ ਸਾਹਿਬ ਜੀ ਵੀ ਕਹਿੰਦੇ ਗੁਰਬਾਣੀ ਵਿੱਚ ਜਿਹਨੂੰ ਬ੍ਰਹਮ ਵਿਚਾਰ ਪ੍ਰਾਪਤ ਹੋ ਗਈ ਹੈ। ਸੋ ਬ੍ਰਾਹਮਣ ਕਹੀਅਤ ਹੈ ਹਮਾਰਾ। ਕਹਿੰਦੇ ਸਾਡੇ ਘਰ ਵਿੱਚ, ਗੁਰੂ ਘਰ ਵਿੱਚ ਉਹ ਬ੍ਰਾਹਮਣ ਹੈ, ਅਸਲੀ ਬ੍ਰਹਮ ਗਿਆਨੀ ਨੂੰ ਬ੍ਰਾਹਮਣ ਅਸਲੀ ਮੰਨਿਆ ਹੈ, ਜਿਹਨੇ ਬ੍ਰਹਮ ਵਿਚਾਰ ਕਰ ਲਈ। ਤੁਸੀਂ ਗੁਰਬਾਣੀ ਦੀ ਕਥਾ ਕਰਦੇ ਹੋ, ਇਹ ਬ੍ਰਹਮ ਵਿਚਾਰ ਹੈ, ਜਦੋਂ ਕਰਦੇ ਹੋ ਉਦੋਂ ਤੁਸੀਂ ਬ੍ਰਾਹਮਣ ਹੋ, ਸਭ ਤੋਂ ਉੱਚੇ ਹੋ। ਇਸ ਕਰਕੇ ਬ੍ਰਹਮ ਵਿਚਾਰ ਕਰਨ ਵਾਲਾ ਹੀ ਅਸਲੀ ਬ੍ਰਾਹਮਣ ਹੈ ਸਾਡੇ ਘਰ ਵਿੱਚ। ਹੱਡ ਚਰਮ ਮਿਜ ਸਰੌਣਤ ਮਾਸ। ਹੱਡ ਚਰਮ ਮਿਜ ਤੇ ਖੂਨ ਤੇ ਮਾਸ ਆਦਿਕ ਜਿੰਨਾ ਵੀ ਹੈ। ਤਰੇ ਪ੍ਰੀਤ ਚੰਡਾਲ ਆਵਾਸ। ਪਰ ਕਹਿੰਦਾ ਜਿਹੜਾ ਇਹਨਾਂ ਨਾਲ ਪ੍ਰੀਤੀ ਕਰਦਾ ਨਾ, ਉਹ ਚੰਡਾਲ ਹੈ, ਉਹਦਾ ਘਰ ਵੀ ਚੰਡਾਲ ਦਾ ਘਰ ਹੈ, ਨੀਚ ਹੈ ਉਹ ਪੁਰਸ਼। ਤੁਮ ਬ੍ਰਾਹਮਣ ਹੋ ਬ੍ਰਹਮ ਪਛਾਤਾ। ਮਹਾਰਾਜ ਕਹਿੰਦੇ ਤੁਸੀਂ ਡਰਿਆ ਨਾ ਕਰੋ, ਬ੍ਰਾਹਮਣਾਂ ਦੇ ਸਾਹਮਣੇ ਬਹਿ ਕੇ ਕਿਹਾ ਕਰੋ ਅਸੀਂ ਅਸਲੀ ਬ੍ਰਾਹਮਣ ਹੈ, ਅਸੀਂ ਰੱਬ ਨੂੰ ਪਛਾਣ ਲਿਆ, ਸਾਡੇ ਨਾਲੋਂ ਵੱਡਾ ਬ੍ਰਾਹਮਣ ਕੌਣ ਹੈ। ਨਿਜ ਸਰੂਪ ਕੇ ਨਿਤ ਰੰਗ ਰਾਤਾ। ਆਪਣੇ ਸਰੂਪ ਦੇ ਰੰਗ ਵਿੱਚ ਰੰਗੇ ਰਿਹਾ ਕਰੋ, ਨਾਮ ਵਿੱਚ ਸੁਰਤ ਲਾਈ ਰੱਖਿਆ ਕਰੋ, ਇਹੀ ਰੰਗਣਾ ਹੈ। ਤਰਪਣ ਪਿੰਡ ਪੱਤ ਲਗਾਏ ਤਰੀ। ਜਿਹੜਾ ਤਰਪਣ ਦੇਣਾ, ਪਾਣੀ ਦੇਣਾ ਸੂਰਜ ਨੂੰ, ਪਿੰਡ ਪੱਤਲ ਅਤੇ ਗਾਇਤਰੀ ਆਦਿਕ ਦੇ ਸਾਧਨ ਕਰਨੇ ਹੈ। ਪਿੱਤਰ ਲੋਕ ਪ੍ਰਾਪਤ ਪਾਵਿੱਤਰੀ। ਮਹਾਰਾ ਕਹਿੰਦੇ ਇਹਨਾਂ ਨੂੰ ਪਵਿੱਤਰ ਪਿੱਤਰ ਲੋਕ ਤਾਂ ਕੀ ਇਹ ਜਾਂਦੇ ਆ, ਬਸ ਉੱਥੇ ਹੀ ਪਹੁੰਚ ਸਕਦੇ ਜਿਹੜੇ ਇਹ ਕਰਦੇ ਹਨ। ਤੁਮ ਸਤਨਾਮ ਜਪੋ ਸੁਖ ਰਾਸ। ਸੁਖਾਂ ਦਾ ਰਾਸ, ਸੁਖਾਂ ਦਾ ਖਜ਼ਾਨਾ ਵਾਹਿਗੁਰੂ ਦਾ ਨਾਮ ਜਪੋ ਸਿੱਖੋ। ਪਹੁੰਚੋ ਵਾਹਿਗੁਰੂ ਪੱਗ ਪਾਸ। ਆਖੋ ਭਾਈ ਵਾਹਿਗੁਰੂ, ਤੁਸੀਂ ਕਿੱਥੇ ਪਹੁੰਚੋਗੇ? ਮਹਾਰਾਜ ਕਹਿੰਦੇ ਰੱਬ ਦੇ ਚਰਨਾਂ 'ਚ, ਵਾਹਿਗੁਰੂ ਦੇ ਚਰਨਾਂ 'ਚ ਪਹੁੰਚ ਜਾਓਗੇ। ਤੁਹਾਨੂੰ ਵਿਚਾਲੇ ਕੋਈ ਰੋਕਣ ਵਾਲਾ ਹੀ ਨਹੀਂ ਜੰਮਿਆ, ਨਾ ਪਿੱਤਰ ਲੋਕ ਰੋਕੇਗਾ ਤੁਹਾਨੂੰ, ਨਾ ਦੇਵ ਲੋਕ। ਤੁਸੀਂ ਸਭ ਤੋਂ ਉੱਤੇ ਜਾਓਗੇ ਰੱਬ ਦੀ ਦਰਗਾਹ ਵਿੱਚ, ਸੱਚਖੰਡ ਵਿੱਚ ਤੁਹਾਡਾ ਵਾਸਾ ਹੋਏਗਾ। ਪਿੱਤਰ ਲੋਕ ਸਿੱਖ ਬਾਂਸ਼ਿਤ ਨਹੀਂ। ਪਿੱਤਰ ਲੋਕ ਦੀ ਦਾਤ ਨਹੀਂ ਸਿੱਖ ਮੰਗਦਾ ਕਿ ਜਿੱਥੇ ਮੇਰੇ ਬਜ਼ੁਰਗ ਗਏ ਉੱਥੇ ਮੈਂ ਜਾ ਕੇ ਸੁੱਖ ਮਾਣਾ, ਉਹ ਨਹੀਂ ਜਾਂਦੇ ਉੱਥੇ। ਉੱਥੇ ਦੀ ਸੁਰਗ ਬਾਛਨਾ ਬਾਛੀਆ ਡਰੀਆ ਨਾ ਨਰਕ ਨਿਵਾਸ। ਸਿੱਖ ਸਵਰਗ ਦੀ ਇੱਛਾ ਨਹੀਂ ਕਰਦਾ, ਨਰਕਾਂ ਤੋਂ ਡਰਦਾ ਨਹੀਂ, ਭੈ ਭੀਤ ਨਹੀਂ ਹੁੰਦਾ, ਉਹ ਤਾਂ ਵਾਹਿਗੁਰੂ ਨਾਮ ਵਿੱਚ ਜੁੜਿਆ ਰੱਬ ਦੇ ਚਰਨਾਂ 'ਚ ਪਹੁੰਚ ਜਾਂਦਾ ਹੈ। ਅਬਨਾਸੀ ਨਿਜ ਰੂਪ ਸਮਾਹੀ। ਨਾਸ਼ ਤੋਂ ਰਹਿਤ ਪਰਮਾਤਮਾ ਦਾ ਜਿਹੜਾ ਆਪਣਾ ਅਸਲੀ ਆਪਾ, ਆਪਣਾ ਆਪਾ ਸਰੂਪ ਹੈ ਪਰਮਾਤਮਾ, ਵਾਹਿਗੁਰੂ ਹੀ ਆਪਣਾ ਆਤਮ ਸਰੂਪ ਹੈ, ਉਹਦੇ ਵਿੱਚ ਜਾ ਕੇ ਸਮਾ ਜਾਂਦੇ ਹੈ। ਜਿਮ ਸਭ ਛੇਤ ਕੋ ਨਿਰਪਤ ਪਰਪੰਨਾ। ਜਿਵੇਂ ਸਾਰੀ ਛੇਤ ਧਰਤੀ ਦਾ ਰਾਜਾ ਹੋਵੇ, ਚੱਕਰਵਰਤੀ ਬਾਦਸ਼ਾਹ, ਇੱਕ ਗ੍ਰਾਮ ਤੇ ਹੋਇਆ ਨਾ ਪ੍ਰਸੰਨਾ। ਜੇ ਉਹਨੂੰ ਕੋਈ ਕਹੇ ਤੂੰ ਆਪਣਾ ਰਾਜ ਛੱਡ ਦੇ, ਇੱਕ ਪਿੰਡ ਦੀ ਤੈਨੂੰ ਸਰਦਾਰੀ ਦੇ ਦਿੰਦੇ ਹੈ, ਉਹ ਕਹੇਗਾ ਮੂਰਖਾ ਮੈਂ ਸਾਰੀ ਸ੍ਰਿਸ਼ਟੀ ਦਾ ਰਾਜਾ, ਸਾਰੀ ਧਰਤੀ ਦਾ, ਤੂੰ ਮੈਨੂੰ ਇੱਕ ਪਿੰਡ ਦੇਣਾ ਚਾਹੁੰਦਾ? ਉਹ ਕਦੇ ਪ੍ਰਸੰਨ ਹੋਵੇਗਾ? ਨਹੀਂ ਹੋਵੇਗਾ। ਜੇ ਗਰੀਬ ਲੈ ਬਹੁ ਹਰਕਾਵੈ। ਗਰੀਬ ਨੂੰ ਕਹਿੰਦੇ ਇੱਕ ਪਿੰਡ ਦਾ ਹੀ ਰਾਜ ਬਣਾ, ਉਹ ਇੱਕ ਪਿੰਡ ਦਾ ਹੀ ਰਾਜ ਲੈ ਕੇ ਪ੍ਰਸੰਨ ਹੋ ਜਾਂਦਾ ਹੈ। ਤਿਮ ਨਰਕੀ ਪਿਤਰਨ ਪੁਰ ਪਾਵੈ। ਇਵੇਂ ਕਹਿੰਦੇ ਗੁਰਸਿੱਖ ਤਾਂ ਸਾਰੀ ਸ੍ਰਿਸ਼ਟੀ ਦਾ ਰਾਜਾ, ਉਹ ਸੱਚਖੰਡ ਤੋਂ ਉਰੇ ਨਹੀਂ ਰੁਕਦਾ, ਨਰਕੀ ਜੀਵ ਜਿਹੜੇ ਹੈ ਉਹ ਇੱਕ ਪਿੰਡ ਦਾ ਰਾਜ ਲੈਣ ਦੀ ਤਰ੍ਹਾਂ ਪਿੱਤਰ ਲੋਕ ਤਾਂ ਕੀ ਆਪਣੀ ਵਾਸ਼ਨਾ ਰੱਖਦੇ ਆ ਵੀ ਉੱਥੇ ਹੀ ਅੱਪੜ ਜਾਈਏ, ਉਹ ਤਾਂ ਇੱਕ ਪਿੰਡ ਲੈਣ ਦੇ ਤੁੱਲ ਹੈ, ਸੁੱਖ ਹੈ ਜ਼ਰੂਰ। ਕਹਿੰਦੇ ਉਹਨਾਂ ਦੇ ਨਿਸ਼ਚੇ ਨੂੰ ਵੀ ਮਹਾਰਾਜ ਠੇਸ ਨਹੀਂ ਪਹੁੰਚਾਉਂਦੇ, ਗੁਰੂ ਘਰ ਦੇ ਮਤ ਵਿੱਚ ਕਿਸੇ ਦੀ ਨਿੰਦਿਆ ਨਹੀਂ, ਨਾ ਹੀ ਕਿਸੇ ਨੂੰ ਦੁਖਦ ਕੀਤਾ ਗਿਆ। ਮਹਾਰਾਜ ਕਹਿੰਦੇ ਪਿੱਤਰ ਲੋਕ ਜਾਣ ਵਾਲੇ ਤਾਂ ਇੱਕ ਦੇਸ਼
ਦਾ ਸੁੱਖ ਛੱਡ ਕੇ ਇੱਕ ਪਿੰਡ ਦਾ ਸੁੱਖ ਲੈਣ ਦੇ ਤੁਲ ਨਰਕੀ ਜੀਵਾਂ ਦੀ ਇੱਛਾ ਹੈ ਵਾਸ਼ਨਾ ਹੈ। ਗੁਰ ਕੇ ਸਿੱਖ ਸਵਰਗ ਨਹਿ ਬਾਂਛੇ, ਗੁਰੂ ਕੇ ਸਿੱਖ ਸਵਰਗ ਵੀ ਨਹੀਂ ਚਾਹੁੰਦੇ ਕਿ ਦੇਵ ਲੋਕ ਵਿੱਚ ਸਵਰਗਾਂ ਵਿੱਚ ਜਾਈਏ। ਬ੍ਰਹਮ ਰੂਪ ਪ੍ਰਾਪਤ ਜੇ ਆਛੇ, ਉਹ ਤਾਂ ਅੱਛੀ ਤਰ੍ਹਾਂ ਚਾਹੁੰਦੇ ਬ੍ਰਹਮ ਪਰਮੇਸ਼ਰ ਮਿਲ ਜਾਏ, ਜੀਵਨ ਵਿੱਚ ਰੱਬ ਮਿਲ ਜੇ, ਪਰਮਾਤਮਾ ਅਕਾਲ ਪੁਰਖ, ਇਹੀ ਉਹਨਾਂ ਦੀ ਇੱਛਾ, ਇਹੀ ਚੰਗੀ ਤਰ੍ਹਾਂ ਚਾਹੁੰਦੇ ਹੈ। ਸ੍ਰੀ ਅਰਜਨ ਤੇ ਨਿਰਣੇ ਸੁਣ ਕਰ, ਗੁਰੂ ਅਰਜਨ ਦੇਵ ਜੀ ਤੋਂ ਸਾਰਾ ਨਿਰਣਾ ਸੁਣ ਕੇ, ਭਏ ਪ੍ਰਸੰਨ ਨਿਰਸੰਸ਼ੈ ਦਿਜਬਰ, ਇਹ ਬ੍ਰਾਹਮਣ ਉੱਚੀ ਜਾਤੀ ਵਾਲੇ ਗੁਰਮੁਖ ਭਾਈ ਢੇਸੀ ਭਾਈ ਜੋਧ ਬੜੇ ਪ੍ਰਸੰਨ ਹੋਏ, ਮਹਾਰਾਜ ਸਾਡੇ ਤੇ ਤਾਂ ਅਪਾਰ ਬਖਸ਼ਿਸ਼ਾਂ ਕਰ ਦਿੱਤੀਆਂ ਤੁਸੀਂ। ਗੁਰ ਨਿਸ਼ਚੇ ਤੇ ਲਹਿ ਬ੍ਰਹਮ ਗਿਆਨ, ਕਹਿੰਦੇ ਜਿਹਦਾ ਗੁਰੂ ਉੱਤੇ ਭਰੋਸਾ ਨਾ, ਨਾਮ ਜਪਦਿਆਂ ਸੇਵਾ ਕਰਦਿਆਂ ਮਹਾਰਾਜ ਕਹਿੰਦੇ ਉਹ ਬ੍ਰਹਮ ਗਿਆਨ ਲਵੇਗਾ ਲਵੇਗਾ, ਉਹਨੂੰ ਮਿਲੇਗਾ। ਭਰੋਸਾ ਰੱਖੇ ਸਿੱਖ, ਕਦੇ ਵੀ ਭਰੋਸੇ ਤੋਂ ਨਾ ਪਿੱਛੇ ਹਟੇ, ਔਰ ਕਮਾਈ ਕਰੇ, ਕਮਾਈ ਕਰਦਾ ਭਰੋਸਾ ਰੱਖੇ ਮਹਾਰਾਜ, ਬ੍ਰਹਮ ਗਿਆਨ ਉਹ ਲੈ ਲਵੇਗਾ ਸਤਿਗੁਰਾਂ ਤੋਂ, ਇਹ ਦਾਤ ਨੂੰ ਪ੍ਰਾਪਤ ਕਰ ਲਏਗਾ ਇੱਕ ਨਾ ਇੱਕ ਦਿਨ, ਸਿੱਖ ਇਸ ਜਨਮ 'ਚ ਨਹੀਂ ਅਗਲੇ 'ਚ ਮਿਲ ਜਾਏਗੀ, ਅਗਲੇ 'ਚ ਨਹੀਂ ਅਗਲੇ 'ਚ ਦੇ ਦੇਣਗੇ ਸੱਚੇ ਪਾਤਸ਼ਾਹ। ਜਾਤ ਪਾਤ ਕੀ ਤਿਆਗੀ ਆਨ, ਜਾਤ ਪਾਤ ਦੀ ਜਿਹੜੀ ਦਵੈਸ਼ ਹੈ ਨਾ, ਊਚ ਨੀਚ ਦੀ ਜਿਹੜੀ ਸੋਚ ਹੈ, ਇਹ ਸਾਰੀ ਗੁਰੂ ਕੇ ਸਿੱਖਾਂ ਨੇ ਤਿਆਗ ਦਿੱਤੀ ਹੈ। ਇੱਕ ਪਿਤਾ ਇੱਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ ਹੈ ਆਪਾਂ ਤਾਂ। ਜਾਤ ਕਾਨ ਗਾਡੀ ਪੱਗ ਬੇਰੀ, ਜਾਤ ਪਾਤ ਦੀ ਜਿਹੜੀ ਕਾਨ ਕਨੌੜ ਹੈ ਤਾਂ ਪੱਕੀਆਂ ਬੇੜੀਆਂ, ਸਾਧ ਸੰਗਤ ਦੀ ਜੀਵ ਨੂੰ ਪਈਆਂ ਹੋਈਆਂ ਹੰਕਾਰ ਦੀਆਂ। ਬੰਦੇ ਦੁੱਖ ਪ੍ਰਾਪਤ ਬਹੁ ਬੇਰੀ, ਜਿਹੜਾ ਬੱਝ ਗਿਆ ਉਹਨਾਂ ਨੂੰ ਬੜਾ ਦੁੱਖ ਪ੍ਰਾਪਤ ਹੁੰਦਾ, ਬਹੁਤ ਦੁੱਖ ਭੋਗਣਾ ਪੈਂਦਾ ਜਿਹੜਾ ਜਾਤ ਪਾਤ ਦੇ ਚੱਕਰਾਂ ਵਿੱਚ ਪਿਆ ਹੋਇਆ ਹੈ। ਬਿਨ ਗੁਰ ਕਰਨਾ ਛੂਟਤ ਨਾਹੀਂ, ਬਿਨਾਂ ਗੁਰੂ ਦੀ ਕਿਰਪਾ ਤੋਂ ਇਹਨਾਂ ਤੋਂ ਛੁੱਟਿਆ ਨਹੀਂ ਜਾਂਦਾ, ਬਚਿਆ ਨਹੀਂ ਜਾਂਦਾ। ਬਚੇ ਪਰ ਹੈ ਪਰਿਵਾਰ ਨਮਾਹੀ, ਪਰਿਵਾਰਾਂ ਵਿੱਚ ਹੀ, ਸੰਸਾਰ ਵਿੱਚ ਹੀ ਬੰਦਾ ਜਿਹੜਾ ਜਾਤ ਪਾਤ ਦੀਆਂ ਬੇੜੀਆਂ ਵਿੱਚ ਪੈ ਗਿਆ ਨਾ ਹੰਕਾਰ ਵਿੱਚ, ਮਹਾਰਾਜ ਕਹਿੰਦੇ ਉਹ ਭੱਜ ਭੱਜ ਕੇ ਬਾਰ ਬਾਰ ਦੁਖੀ ਹੋ ਹੋ ਕੇ ਸੰਸਾਰ ਵਿੱਚ, ਪਰਿਵਾਰ ਦਾ ਅਰਥ ਹੁੰਦਾ ਸੰਸਾਰ ਵਿੱਚ ਬਾਰ ਬਾਰ ਜੰਮਦਾ ਮਰਦਾ, ਇਸ ਕਰਕੇ ਮਹਾਰਾਜ ਕਹਿੰਦੇ ਭਾਈ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ, ਹੇ ਬੇਸਮਝ ਹੇ ਵੱਡੇ ਮੂਰਖ ਗਵਾਰ, ਇਉਂ ਕਹਿ ਦਿਓ, ਆਪਾਂ ਕਹਿ ਦਿੰਦੇ ਹਾਂ ਵੀ ਇਹ ਮੂਰਖ ਹੈ, ਕਹਿੰਦਾ ਨਹੀਂ ਜੀ ਇਹ ਤਾਂ ਉਹ ਤੋਂ ਵੀ ਵੱਡਾ ਮੂਰਖ ਹੈ, ਉਹ ਕਹਿੰਦਾ ਇਹ ਨਹੀਂ ਜੀ ਇਹ ਤਾਂ ਸਾਰਿਆਂ ਤੋਂ ਵੱਡਾ ਮੂਰਖ ਹੈ, ਗਵਾਰ ਸਭ ਤੋਂ ਵੱਡੇ ਮੂਰਖ ਨੂੰ ਸਮਝ ਲਓ। ਮਹਾਰਾਜ ਕਹਿੰਦੇ ਵੈਸੇ ਗਵਾਰ ਦਾ ਅਰਥ ਹੁੰਦਾ ਪਸ਼ੂਆਂ ਨੂੰ ਚਰਾਉਣ ਵਾਲਾ, ਅਤੇ ਲੋਕ ਉਦੋਂ ਇਹ ਪ੍ਰਮਾਣ ਦਿੰਦੇ ਸਨ, ਮੂਰਖ ਬੰਦੇ ਲਈ ਇਹ ਪ੍ਰਮਾਣ ਵਰਤਿਆ ਜਾਂਦਾ ਸੀ ਕਿ ਪਸ਼ੂਆਂ ਨੂੰ ਚਾਰਨ ਕਰਕੇ ਪਸ਼ੂ ਬੁੱਧੀ ਹੋ ਗਈ, ਇਸ ਕਰਕੇ ਗਵਾਰ ਹੈ, ਬੇਸਮਝ ਹੈ, ਇਹਨੂੰ ਕੋਈ ਸਮਝ ਨਹੀਂ। ਇਹ ਸ਼ਬਦ ਦਾ ਭਾਵ ਲਿਆ ਜਾਂਦਾ ਅਰਥ ਕੱਢਣ ਵਾਸਤੇ, ਇਸ ਕਰਕੇ ਉਹ ਵੱਡੇ ਤੋਂ ਵੱਡਾ ਮੂਰਖ ਹੈ ਜਿਹੜਾ ਜਾਤੀ ਦਾ ਹੰਕਾਰ ਕਰਦਾ, ਔਰ ਸਾਰਿਆਂ ਤੋਂ ਵੱਡਾ ਮਹਾਂਮੂਰਖ ਹੈ, ਔਰ ਇਸ ਹੰਕਾਰ ਨਾਲ ਬੜੇ ਵਿਕਾਰ, ਬੜੇ ਦੁੱਖ, ਬੜੇ ਦੋਸ਼ ਜੀਵਨ ਵਿੱਚ ਪੈਦਾ ਹੁੰਦੇ ਆ। ਮਹਾਰਾਜ ਜੀ ਨੇ ਕਿਹਾ ਸੱਚੇ ਪਾਤਸ਼ਾਹ ਜੀ ਨੇ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੱਤਾ। ਇਸ ਕਰਕੇ ਗੁਰਸਿੱਖੋ ਸਰਬ ਸਾਂਝੀ ਵਾਲਤਾ ਦਾ ਦਰ ਹੈ, ਮੇਰੇ ਸਤਿਗੁਰੂ ਦਾ ਘਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਦਰ, ਕੋਈ ਵੀ ਇੱਥੇ ਆਉਂਦਾ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਕੋਈ ਵਿਤਕਰਾ ਹੈ, ਸਭ ਦਾ ਪੂਰਾ ਸਨਮਾਨ, ਸਾਰੀ ਸੰਗਤ ਗੁਰੂ ਦਾ ਰੂਪ ਹੈ।
ਇਹੋ ਜਿਹਾ ਧਰਮ ਕਦੇ ਮਿਲ ਸਕਦਾ ਸਾਨੂੰ? ਕਦੇ ਵੀ ਨਹੀਂ ਮਿਲ ਸਕਦਾ। 100 ਜਨਮ ਜੰਮ ਕੇ ਵੀ ਨਹੀਂ ਇਹੋ ਜਿਹੀ ਦਾਤ ਕਿਸੇ ਹੋਰ ਥਾਂ ਤੋਂ ਮਿਲ ਸਕਦੀ। ਆਪਾਂ ਭਾਗਾਂ ਵਾਲੇ ਹਾਂ, ਕਦਰ ਹੋਣੀ ਚਾਹੀਦੀ ਹੈ ਮਨ ਵਿੱਚ। ਸਮਾਂ ਨਹੀਂ ਅੱਗੇ ਜਾਣ ਦੀ ਆਗਿਆ ਦਿੰਦਾ, ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ। 1 ਜੂਨ ਤੋਂ ਲੈ ਕੇ 6 ਜੂਨ ਦੇ ਸ਼ਹੀਦੀ ਸਮਾਗਮਾਂ ਵਿੱਚ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਤੁਸੀਂ ਰੋਜ਼ਾਨਾ ਸ਼ਾਮ ਨੂੰ 4 ਵਜੇ ਤੋਂ 6:30 ਵਜੇ ਤੱਕ, ਇਹ 5 ਜੂਨ ਤੱਕ ਦੇ, 1 ਜੂਨ ਤੋਂ ਲੈ ਕੇ 5 ਜੂਨ ਤੱਕ ਦੇ ਸਮਾਗਮ ਹੈ। 6 ਜੂਨ ਨੂੰ ਸੁਬਹਾ ਤੁਸੀਂ ਸਮੇਂ ਸਿਰ ਪਹੁੰਚ ਕੇ ਸ਼ਾਮ ਦੇ 4 ਵਜੇ ਤੱਕ ਆਪਣੀ ਹਾਜ਼ਰੀ ਯਕੀਨੀ ਬਣਾਉਣੀ ਹੈ। ਸਾਰੀ ਸੰਗਤ ਨੇ ਸ਼ਹੀਦੀ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ ਹਨ, ਸੇਵਾਵਾਂ ਵੀ ਕਰਨੀਆਂ ਹਨ। 30 ਮਈ ਨੂੰ ਪਤਵੰਤੇ ਮੁਖੀ ਸਿੰਘਾਂ ਦੀ 12 ਵਜੇ ਮੀਟਿੰਗ ਰੱਖੀ ਹੈ, ਉਸ ਵਿੱਚ ਵੀ ਤੁਸੀਂ ਹੁੰਮ ਹਮਾ ਕੇ ਗੁਰਮੁਖ ਸਿੰਘਾਂ ਨੇ ਪਤਵੰਤੇ ਮੁਖੀ ਜ਼ਿੰਮੇਵਾਰਾਂ ਨੇ ਪਹੁੰਚਣਾ ਹੈ, ਇਤਨੀ ਹਾਜ਼ਰੀ ਪ੍ਰਵਾਨ ਕਰਨੀ ਸਾਰੇ ਨਗਰ ਦੀ ਸੰਗਤ ਦਾ ਔਰ ਗੁਰੂ ਘਰ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ, ਗ੍ਰੰਥੀ ਸਾਹਿਬ ਜੀ ਦਾ, ਔਰ ਇਸੇ ਤਰ੍ਹਾਂ ਸੰਤ ਬਾਬਾ ਗੁਰਭੇਟ ਸਿੰਘ ਜੀ ਖੁਡਾਲੇ ਵਾਲੇ, ਜੋ ਸਾਡੀ ਮਹਾਨ ਸੰਸਥਾ ਸੰਤ ਸਮਾਜ ਦੇ ਮੁੱਖ ਬੁਲਾਰੇ ਹਨ, ਸਰਦਾਰ ਭਗਵੰਤ ਸਿੰਘ ਜੀ ਸਿਆਲਕਾ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਰਦਾਰ ਸਵਰਨ ਸਿੰਘ ਜੀ ਕੁਰਾਲੀਆਂ, ਸੋ ਜਿੰਨੇ ਵੀ ਸਾਰੇ ਸਿੰਘ ਪਤਵੰਤੇ ਬੈਠੇ ਆ, ਮੈਂ ਸਭ ਦਾ ਹੀ ਬਹੁਤ ਬਹੁਤ ਧੰਨਵਾਦ ਕਰਦਾ, ਸਾਰੀ ਸੰਗਤ ਦਾ ਧੰਨਵਾਦ ਕਰਦਾ। ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀ ਆ। ਆਓ ਹੁਣ ਅਰਦਾਸ ਵਿੱਚ ਜੁੜੀਏ, ਉਪਰੰਤ ਸ਼੍ਰੀ ਮੁਖਵਾਕ ਸਰਵਣ ਕਰਕੇ ਉਸ ਤੋਂ ਬਾਅਦ ਸੰਗਤ ਜੀ ਫਿਰ ਆਪਾਂ ਪ੍ਰਿੰਸੀਪਲ ਸਰਦਾਰ ਗੁਰਦੀਪ ਸਿੰਘ ਜੀ ਕੁਝ ਬੇਨਤੀਆਂ ਕਰਨਗੇ, ਉਹ ਧਿਆਨਪੂਰਵਕ ਸੁਣਨੀ ਆ, ਨਾਲ ਦੇਗ ਮਹਾਰਾਜ ਬਿਰਾਜਮਾਨ ਹੋ ਗਏ, ਫਿਰ ਸਾਰਿਆਂ ਨੇ ਲੰਗਰ ਛੱਕ ਕੇ ਘਰਾਂ ਨੂੰ ਜਾਣਾ। ਇਹ ਬੇਨਤੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਬਿਨ ਗੁਰ ਕਰਨਾ ਛੂਟਤ ਨਾਹੀ, ਪਚੇ ਪਰੈ ਪਰਵਾਰ ਨ ਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾ